ਲਓ ਜੀ ਇੱਕ ਵਾਰ ਫਿਰ ਤੋਂ ਹਾਜ਼ਰੀ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਅਤੇ ਗੱਲ ਆ ਕਿ ਦੋ ਭਰਾ ਮਿਲੇ ਨੇ ਉਹਨਾਂ ਦੀ ਗੱਲ ਵੀ ਕਰਨੀ ਪੈਣੀ ਇਹ ਨਹੀਂ ਕਿ ਅਸੀਂ ਦੋਵੇਂ ਜਣੇ ਮਿਲੇ ਅਸੀਂ ਤਾਂ ਰੋਜ਼ ਮਿਲਦੇ ਹਾਂ ਇਸ ਵੇਲੇ ਸਾਨੂੰ ਹੋਰ ਦੋ ਭਰਾ ਮਿਲੇ ਨੇ ਉਹਨਾਂ ਦੀ ਗੱਲ ਵੀ ਕਰਾਂਗੇ ਫਿਰ ਮਸਲੇ ਜਿਹੜੇ ਸੀਗੇ ਬੜੀ ਦੇਰ ਤੋਂ ਚੱਲੇ ਆ ਰਹੇ ਉਹਨਾਂ ਨੂੰ ਹੱਲ ਕਰ ਦਿੱਤਾ ਕੁਛ ਕਹਿੰਦੇ 30 ਨੂੰ ਕਰ ਲੈਣੇ ਆ ਫਿਰ ਅਗਾਊਂ ਕੋਸ਼ਿਸ਼ ਕੀਤੀ ਗਈ ਆ ਵੀ ਜੇ ਜ਼ਮਾਨਤ ਦੀ ਗੱਲ ਬਣ ਜੇ ਉਹਦੀ ਗੱਲ ਵੀ ਥੋੜ੍ਹੀ ਜਿਹੀ ਕਰਾਂਗੇ ਅਤੇ ਬਾਕੀ ਇਲੈਕਸ਼ਨਾਂ ਦੇ ਵਿੱਚ ਇੱਧਰ ਉੱਧਰ ਫਿਰ ਰੈਲੀਆਂ ਤਾਂ ਹੈਗੀਆਂ ਅਤੇ ਰੈਲੀਆਂ 'ਚ ਕਿੰਨੇ ਕਿਹਨੂੰ ਕੀ ਕੁਛ ਕਿਹਾ ਉਹ ਜ਼ਿਕਰ ਵੀ ਕਰਨਾ ਅਤੇ ਅੱਜ ਇੱਕ ਫਿਰ ਚਰਚਾ ਜੇ ਵੀ ਸ਼ਾਇਦ ਮੈਨੂੰ CM ਐਲਾਨ ਦੇਣ ਮਤਲਬ ਮੈਨੂੰ ਨਹੀਂ ਮਤਲਬ ਕਿਸੇ ਨੂੰ ਵੀ ਤੁਸੀਂ ਸੁਣ ਰਹੇ ਹੋ ਪ੍ਰਾਈਮ ਫੋਕਸ ਪ੍ਰਾਈਮ ਏਸ਼ੀਆ TV 'ਤੇ ਨਾਲ ਮੇਰੇ ਵੀਰ ਪਰਮੀ ਬਾਠੂਨੀ ਸ਼ਾਇਦ ਤੁਹਾਨੂੰ ਐਲਾਨ ਦੇ ਬਾਠਾ ਸਤਿ ਸ਼੍ਰੀ ਅਕਾਲ ਜੀ ਨਹੀਂ ਇਹ ਤਾਂ ਜਿਹਦੇ ਮੂੰਹੋਂ ਨਿਕਲਿਆ ਆਸ ਤਾਂ ਉਹਨੂੰ ਹੁੰਦੀ ਸਾਨੂੰ ਕਾਹਦਾ ਆਸ ਹੈ ਤਾਂ ਇੱਦਾਂ ਹੀ ਹੁੰਦਾ ਵੀ ਭਾਈ ਕੱਟੀ ਬੰਨਣ ਨੂੰ ਨਵਾਂ ਕੀਲਾ ਹੀ ਮਿਲ ਜਾਵੇ ਡੈਰੀ ਪੱਕੀ ਰੱਖਣੀ ਨਾਲ ਲੈ ਗਈ ਮੈਂ ਕਿਹਾ ਪੱਕਾ ਬਸ ਜਿਹੜਾ ਕਿਸੇ ਦਾ ਫੋਨ ਆਇਆ ਨਾਲ ਕੰਮ ਨੋਟ ਕਰ ਲੈਣਾ ਅਗਲੇ ਪਾਸੇ ਦੋ ਇੱਦਾਂ ਸਹੀਆਂ ਪਾਉਣੀਆਂ ਉਹਦਾ ਬਰਾਬਰ ਦਾ ਸਾਈਨ ਫਿਰ ਉਹ ਤਾਂ ਰੇਟ ਲੈ ਲੈਣਾ ਵੀ ਕਿੰਨੇ ਲੈਣੇ ਇਹਦੇ ਕੋਲੋਂ ਨਹੀਂ ਨਹੀਂ ਬਿਲਕੁਲ ਗੱਲ ਠੀਕ ਆ ਉਹ ਮੁੜ ਕੇ ਤੁਸੀਂ ਚੁੱਪ ਚਪੀਤੇ ਨਿਕਲ ਜਾਓ ਅਤੇ ਮੇਰੇ ਵਰਗਾ ਬੰਦਾ ਅੰਦਰ ਹੁੰਦਾ ਉਹਨੂੰ ਫਿਰ ਪੁੱਛੀ ਜਾਂਦੇ ਹੁੰਦੇ ਫਿਰ ਲੀਡਰ ਸਾਹਿਬ ਨੇ ਕੀ ਖਾਧਾ ਅਤੇ ਬੰਦਾ ਦੱਸੇ ਕੀ ਵੀ ਉਹਨਾਂ ਨੇ ਕੀ ਨਹੀਂ ਖਾਧਾ ਨਹੀਂ ਨਹੀਂ ਇੱਦਾਂ ਦਾ ਕੁਛ ਨਹੀਂ ਯਾਰ ਸਭ ਅੱਜ ਕੱਲ੍ਹ ਦੇ ਤੁਸੀਂ ਦੇਖੋ ਜਿਹੜਾ ਬੰਦਾ ਨਾਲ ਤੁਰ ਪੈਂਦਾ ਨੇ ਜੀ ਉਹਦੀਆਂ ਵੀ ਕੁਲਾਂ ਤਰ ਜਾਂਦੀਆਂ ਨੇ ਚੰਦ ਸਾਲ ਤੁਸੀਂ ਡੈਰੀ ਲੈ ਕੇ ਚੱਲਣਾ ਉਪਰੰਤ ਤੁਸੀਂ ਹੌਲੀ ਹੌਲੀ ਡੈਰੀ ਜਿਹੜੀ ਉਹ ਛੱਡ ਕੇ ਅਤੇ ਫਿਰ ਟਿਕਟ ਵਾਲੇ ਪਾਸੇ ਜਾਣਾ ਨਹੀਂ ਨਹੀਂ ਡੈਰੀ ਲੈ ਕੇ ਤੁਰਨਾ ਫਿਰ ਡੈਰੀ ਵਾਲੇ ਨੂੰ ਨਾਲ ਲੈ ਕੇ ਤੁਰਨਾ ਆਹੋ ਨਹੀਂ ਜਾਂ ਤਾਂ ਉਦਾਹਰਨਾਂ ਤੁਸੀਂ ਵੇਖ ਲਓ ਆਪਣੀ ਦੇਸ਼ ਦੀ ਮੈਂ ਪੰਜਾਬ ਨਹੀਂ ਮੈਂ ਦੇਸ਼ ਦੀ ਸਿਆਸਤ 'ਚ ਕਹਿ ਰਿਹਾ ਦੇਸ਼ ਦੀ ਸਿਆਸਤ 'ਚ ਬਹੁਤ ਸਾਰੀਆਂ ਉਦਾਹਰਨਾਂ ਨਹੀਂ ਬਹੁਤ ਸਾਰੀਆਂ ਉਦਾਹਰਨਾਂ ਪਰ ਜਿੱਥੋਂ ਤੁਸੀਂ ਗੱਲ ਸੰਧ ਵਾਲੀ ਸਭ ਸ਼ੁਰੂ ਕੀਤੀ ਸੀ ਨਾ ਦੇਖੋ ਬਹੁਤ ਚੰਗੀ ਗੱਲ ਹੁੰਦੀ ਆ ਕਿ ਜੇ ਵਿਛੜੇ ਮਿਲ ਜਾਣ ਅਤੇ ਮਿਲਣ ਵੀ ਐਨ ਬਹੁਤ ਗਰਮਜੋਸ਼ੀ ਦੇ ਨਾਲ ਅਤੇ ਇੱਦਾਂ ਮਿਲਣ ਕਿ ਲੋਕਾਂ ਨੂੰ ਐਂ ਲੱਗੇ ਕਿ ਭਾਈ ਪਤਾ ਨਹੀਂ ਕਿੰਨਾ ਕੁ ਜ਼ੋਰ ਲਾਇਆ ਸੀ ਇਹਨਾਂ ਨੇ ਮਿਲਣ ਨੂੰ ਅਤੇ ਐਂ ਲੱਗੇ ਕਿ ਉਹ ਕੌਣ ਨੇ ਜਿਨ੍ਹਾਂ ਨੇ ਇਹਨਾਂ ਨੂੰ ਵਿਛੋੜ ਦਿੱਤਾ ਸੀ ਕਿ ਕਿਹੜੇ ਦੁਸ਼ਮਣ ਸੀ ਜਿਹੜੇ ਇਹਨਾਂ ਨੂੰ ਖਿੱਚ ਕੇ ਲੈ ਗਿਆ ਸੀ ਕਿਹਨਾਂ ਨੇ ਕੰਡਿਆਲੀ ਤਾਰ ਰਾਹ 'ਚ ਵਿਛਾਤੀ ਸੀ ਕਿਹਨਾਂ ਨੇ ਨੋ ਮੈਨਸ ਲੈਂਡ ਜਾਣੀ ਕਿ ਬਾਰਡਰ ਏਰੀਆ ਬਣਾਤਾ ਸੀ ਇਹਨਾਂ ਦੇ ਵਿਚਾਲੇ ਅਤੇ ਕਿੰਨੀਆਂ ਕੋਸ਼ਿਸ਼ਾਂ ਕਰ ਕਰਕੇ ਜਾਣੀ ਇੱਕ ਦੂਜੇ ਨੂੰ ਮਿਲਿਆ ਅਤੇ ਮੈਨੂੰ ਲੱਗਦਾ ਕਿ ਆਪਾਂ ਬ੍ਰਹਮਪੁਰਾ ਸਾਹਿਬ ਸਾਬਕਾ MP ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮਿਲਣੀ ਦੇ ਉੱਤੇ ਚਰਚਾ ਜ਼ਰੂਰ ਕਰੀਏ ਨਹੀਂ ਬਣਦੀ ਹੈ ਦੇਖੋ ਗੱਲ ਆਪਾਂ ਕੱਲ੍ਹ ਕਲੀਅਰ ਕਰਤਾ ਸੀ ਵੀ ਭਾਈ ਇਹ ਕੰਮ ਹੋਣਾ ਐਂਡ ਉਹ ਤੋਂ 10 ਕੁ ਦਿਨ ਪਹਿਲਾਂ ਆਪਾਂ ਇਸ਼ਾਰਾ ਜਿਹਾ ਵੀ ਦਿੱਤਾ ਸੀ ਵੀ ਹੋਣਾ ਜੀ ਉਦੋਂ ਬਾਅਦ ਗੱਲ ਠੰਡੀ ਪੈ ਗਈ ਨਹੀਂ 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 ਇੱਦਾਂ ਕਿੱਦਾਂ ਯਾਰ ਉਹ ਤਾਂ BJP ਨਾਲ ਜਾ ਰਹੀ ਉਹਨਾਂ ਦੀ ਟੀਮ ਉਹ ਤਾਂ ਗੱਲ ਉੱਧਰ ਬਣ ਜਾਣੀ ਪਰ ਚਲੋ ਫਾਈਨਲੀ ਦੋਵੇਂ ਭਰਾ ਆਪਸ ਦੇ ਵਿੱਚ ਜੁੜ ਕੇ ਬੈਠੇ ਪਰ ਇਹ ਸਾਰੇ ਕੁਛ ਦੇ ਵਿੱਚ ਦੇਖੋ ਤੁਸੀਂ ਵੀ ਉਹਨਾਂ 'ਤੇ ਜਾਣ ਤੋਂ ਪਹਿਲਾਂ ਕਿਉਂਕਿ ਆਸੇ ਪਾਸੇ ਖੜ੍ਹੇ ਬੰਦੇ ਦੀ ਗੱਲ ਵੀ ਕਰਨੀ ਪੈਂਦੀ ਆ ਕਾਗਜ਼ ਦੇ ਉੱਪਰ ਜਿਹੜੇ ਨਾਂ ਲਿਖੇ ਸੀ ਸਾਰਿਆਂ ਦੇ ਨਾਂ ਪੜ੍ਹਨ ਦੀ ਜ਼ਿੰਮੇਵਾਰੀ ਕਰਨੈਲ ਸਿੰਘ ਪੀਰ ਮੁਹੰਮਦ ਉਹਨਾਂ ਦੀ ਲਾਈ ਸਾਰਿਆਂ ਦੇ ਨਾਂ ਪੜ੍ਹੇ ਉਹਨਾਂ ਨੇ ਆਪਣਾ ਨਾਂ ਹੀ ਨਹੀਂ ਲਿਆ ਉਹਨਾਂ ਨੇ ਵੀ ਆਹ ਹਾਜ਼ਰ ਨੇ ਲਾਗੇ ਚੰਦੂ ਮਾਹਰਾ ਸਾਹਿਬ ਬੇਟਾ ਉਹ ਕਹਿੰਦੇ ਯਾਰ ਆਪਣਾ ਨਾਂ ਤਾਂ ਲੈ ਲਾ ਤੂੰ ਵੀ ਹੈਗਾ ਵਿੱਚ ਬੰਦਾ ਕਈ ਵੇਲੇ ਐਕਸਾਈਟਮੈਂਟ 'ਚ ਭੁੱਲ ਜਾਂਦਾ ਹੈ ਨਾ ਸੋ ਚੰਗੇ ਨਹੀਂ ਲੱਗੀਦਾ ਆਪਣਾ ਨਾਂ ਲੈਂਦੇ ਨਹੀਂ ਉਹਨਾਂ ਨੂੰ ਹੋਣਾ ਵੀ ਯਾਰ ਚਲੋ ਕੋਈ ਦੇ ਨਾਂ ਲੈ ਦੇਵੇ ਪਰ ਚੰਦੂ ਮਹਿਰਾ ਸਾਹਿਬ ਨੇ ਕਹਿਣਾ ਵੀ ਸ਼ਾਇਦ ਇਹ ਭੁੱਲ ਗਿਆ ਯਾਰ ਆਪਣਾ ਨਾਂ ਲੈਣਾ ਕੱਲ੍ਹ ਨੂੰ ਕਹਿਣ ਮੈਂ ਤਾਂ ਸ਼ਾਮਲ ਹੀ ਨਹੀਂ ਹੋਇਆ ਮੈਂ ਤਾਂ ਫਿਰ ਪ੍ਰੋਗਰਾਮ ਦੇ ਵਿੱਚ ਗਿਆ ਸੀ ਮੰਚ ਸੰਚਾਲਨ ਨਹੀਂ ਉਹ ਹੋ ਸਕਦਾ ਚੰਦੂ ਮਹਿਰਾ ਸਾਹਿਬ ਦੇ ਫੋਨ 'ਤੇ ਕਿਤੇ ਟੜਿੰਗ ਕਰਕੇ ਮੈਸੇਜ ਆ ਗਿਆ ਹੋਵੇ ਕਿਉਂਕਿ ਜਦੋਂ ਇਹ ਸਾਰਾ ਕੁਛ ਚੱਲ ਰਿਹਾ ਸੀ ਉਹ ਤੋਂ ਕੁਛ ਸਮਾਂ ਪਹਿਲਾਂ ਜਾਂ ਉਹਦੇ ਦੌਰਾਨ ਹੀ ਜਿਸ ਪਾਰਟੀ 'ਚੋਂ ਆਏ ਨੇ ਇੱਧਰ ਸ਼ਾਮਲ ਹੋਣ ਉਸ ਪਾਰਟੀ ਵਾਲੇ ਨੇ ਕਿਹਾ ਸੀ ਅਸੀਂ ਕੱਢਤਾ ਜੇ ਪਾਰਟੀ 'ਚੋਂ ਅਨੁਸ਼ਾਸਨੀ ਕਾਰਵਾਈ ਕੀਤੀ ਹੈ ਕਹਿੰਦੇ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਉਹਨਾਂ ਨੇ ਦੇਖੋ ਚੰਦ ਮਹੀਨੇ ਪੁਰਾਣੀ ਪਾਰਟੀ ਦੀਆਂ ਵਿਰੋਧੀ ਗਤੀਵਿਧੀਆਂ ਵੀ ਹੋਣ ਲੱਗ ਪਈਆਂ ਠੀਕ ਹੈ ਢੀਂਡਸਾ ਸਾਹਿਬ ਦਾ ਵਜ਼ਨ ਥੋੜ੍ਹਾ ਜਿਹਾ ਘਟਿਆ ਇੱਧਰਲੇ ਪਾਸੇ ਬ੍ਰਹਮਪੁਰਾ ਸਾਹਿਬ ਦਾ ਵਜ਼ਨ ਹੁਣ ਕਿੰਨਾ ਕੁ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂ ਪਰ ਇੱਕ ਗੱਲ ਹੈਗੀ ਆ ਵੀ ਖਾਧੀਆਂ ਖੁਰਾਕਾਂ ਕੰਮ ਆਉਂਦੀਆਂ ਇਹ ਗੱਲ ਪੱਕੀ ਹੋ ਗਈ ਕਿ ਜਿੰਨੇ ਮਰਜ਼ੀ ਬਜ਼ੁਰਗ ਹੋ ਗਏ ਦੋਨੋਂ ਜਣੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਅਤੇ ਬ੍ਰਹਮਪੁਰਾ ਸਾਹਿਬ ਹੈਗੇ ਪੂਰੇ ਕਾਇਮ ਆ ਕਿਉਂਕਿ ਜਦੋਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਫਿਰ ਆਪਣਾ ਪਰਚਾ ਕੱਢਿਆ ਕਹਿੰਦੇ ਜੀ ਲਿਸਟ ਪੜ੍ਹਨ ਲੱਗਿਆ ਬੜੀ ਖੁਸ਼ੀ ਹੋਈ ਹੈ ਮੇਰੇ ਤਾਂ ਪਿਤਾ ਸਮਾਨ ਨੇ ਨਾਲ ਹੀ ਗੋਡਾ ਘੁੱਟਿਆ ਹੀ ਬ੍ਰਹਮਪੁਰਾ ਸਾਹਿਬ ਦਾ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਪ ਸਰਪ੍ਰਸਤ ਹੋਣਗੇ ਬ੍ਰਹਮਪੁਰਾ ਸਾਹਿਬ ਬ੍ਰਹਮਪੁਰਾ ਸਾਹਿਬ ਇੱਕਦਮ ਉੱਠ ਕੇ ਖੜੇ ਹੋ ਗਏ ਸਹਾਰਾ ਨਹੀਂ ਲੈਣਾ ਪਿਆ ਕਹਿੰਦੇ ਨਹੀਂ 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 ਮੈਂ ਨਹੀਂ ਬਾਦਲ ਸਾਹਿਬ ਹੀ ਕਿਉਂਕਿ ਉਹ ਸਰਪ੍ਰਸਤ ਨੇ ਕੋਈ ਅਹੁਦਾ ਨਹੀਂ ਚਾਹੀਦਾ ਮੈਂ ਕੁਛ ਨਹੀਂ ਲੈਣਾ ਮੈਂ ਦੁੱਧ ਸੋਡਾ ਨਹੀਂ ਪੀਣਾ ਮੈਂ ਕੁਛ ਨਹੀਂ ਲੈਣਾ ਕਹਿੰਦੇ ਹੁਣ ਠੀਕ ਹੈ ਜਾਣੀ ਜਿੰਨੀ ਤੇਜ਼ੀ ਦੇ ਨਾਲ ਉੱਠ ਕੇ ਖੜ੍ਹੇ ਹੋਏ ਤਾਂ ਕਿਸੇ ਦੀ ਸਹਾਰੇ ਦੀ ਲੋੜ ਨਹੀਂ ਪਈ ਐਤਕੀ ਪ੍ਰਚਾਰ ਕਰ ਸਕਦੇ ਆ ਇੱਦਾਂ ਹੀ ਆ ਉੱਥੇ ਕਿਤੇ ਵਿਖਾਉਣਾ ਹੀ ਪੈਣਾ ਇੰਨਾ ਇਹ ਦੇਖੋ ਇਹ ਉਹ ਕੰਮ ਹੁੰਦਾ ਫੌਜ ਦੀ ਭਰਤੀ ਅਤੇ ਵਾਪਸੀ ਇੱਕੋ ਹੀ ਗੱਲ ਹੁੰਦੀ ਹੈ ਜੇ ਉੱਥੇ ਫੌਜ ਦੀ ਭਰਤੀ 'ਚ ਛਾਤੀ ਪੂਰੀ ਨਾ ਫੁੱਲੀ ਫੀਤੇ ਦੇ ਹਿਸਾਬ ਨਾਲ ਉਹਨਾਂ ਨੇ ਕਹਿੰਦਾ ਓਹ ਇੰਨੇ ਸੈਂਟੀਮੀਟਰ ਘੱਟ ਆ ਨਾਲ ਇਹਨਾਂ ਨੇ ਕਾਕਾ ਤੂੰ ਬਾਹਰ ਆ ਜਾ
ਇਸ ਕਰਕੇ ਉਹ ਵੀ ਇੱਕ ਤਰ੍ਹਾਂ ਚੋਣਾਂ ਦੀ ਭਰਤੀ ਆ, ਉੱਥੇ ਕਲੀਅਰ ਕੱਟ ਵਿਖਾਉਣਾ ਪੈਣਾ ਵੀ ਮੈਂ ਹੈਗਾ ਜੀ। ਤੁਸੀਂ ਹੋਰ ਦੇਖੋ ਕਮਾਲ ਦੀ ਗੱਲ, ਬ੍ਰਹਮਪੁਰਾ ਸਾਹਿਬ ਨੂੰ ਜਦੋਂ ਪੁੱਛਿਆ ਉਹ ਕਹਿੰਦੇ ਜੀ ਦੇਖੋ ਘਰੇ ਮੁੜਿਆ ਆ, ਕਹਿੰਦੇ ਕਈ ਵਾਰੀ ਫੌਜੀ ਛੁੱਟੀ ਜਾਂਦੇ ਹੁੰਦੇ ਨਾ, ਉਹ ਛੁੱਟੀ ਕੱਟ ਕੇ ਮੁੜ ਕੇ ਉਸੇ ਪਲਟਣ ਦੇ ਵਿੱਚ ਵਾਪਸ ਆ ਜਾਂਦੇ ਹੁੰਦੇ ਆ। ਬ੍ਰਹਮਪੁਰਾ ਸਾਹਿਬ ਦੀ ਇਹ ਗੱਲ ਬਿਲਕੁਲ ਠੀਕ ਹੈ, ਪਰ ਮੈਂ ਕੋਈ ਫੌਜੀ ਛੁੱਟੀ ਕੱਟਣ ਗਿਆ ਵਿਰੋਧੀ ਫੌਜ ਨਾਲ ਰਲ ਕੇ ਲੜਦਾ ਨਹੀਂ ਦੇਖਿਆ ਕਦੀ ਫੌਜ ਨਾਲ, ਵੈਸੇ ਗੱਲ ਆ। ਚਲੋ ਇੱਕ ਗੱਲ ਤਾਂ ਹੈਗੀ ਆ ਵੀ ਇੱਕ ਨਾ ਜਿਹੜੇ ਸੋਸ਼ਲ ਮੀਡੀਆ ਵਾਲੇ ਵੀਰ ਆ ਬੜੇ ਤੇਜ਼ ਨੇ ਯਾਰ, ਜਾਂ ਤਾਂ ਪਤਾ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਇਹਨਾਂ ਨੇ ਹੁਣ ਰਲਣਾ ਹੀ, ਉਹ ਦੁਬਾਰਾ ਬ੍ਰਹਮਪੁਰਾ ਸਾਹਿਬ ਦੀ ਉਹੀ ਗੱਡੀ ਵਾਲੀ ਵੀਡੀਓ ਜਿਹ 'ਚ ਉਹਨਾਂ ਨੇ ਕੁਛ ਕਿਹਾ ਸੀ ਨਾ ਵੀ ਆਹ ਕੀ ਕਿਹਾ ਸੀ, ਅਸੀਂ ਨਹੀਂ ਕਹਿੰਦੇ, ਉਹਨਾਂ ਨੇ ਜਦੋਂ ਕਿਹਾ ਸੀ ਉਦੋਂ ਵੀ ਉਹ ਕਹਿੰਦੇ ਮੇਰਾ ਮਤਲਬ ਨਹੀਂ ਇਹ ਕਹਿਣ ਦਾ, ਪਰ ਨਿਕਲ ਗਿਆ ਮੂੰਹੋਂ। ਚਲੋ ਉਹ ਵਾਲੀ ਵੀਡੀਓ ਅਤੇ ਹੁਣ ਵਾਲੀ ਵੀਡੀਓ ਲਾਗੋ ਲਾ ਕੱਢ ਕੇ ਫਿਰ ਜੋੜ ਕੇ ਪੇਸ਼ ਕਰੀ ਜਾਂਦੇ। ਮੈਂ ਸੋਚਦਾ ਸੀ ਕਈ ਬੰਦੇ ਸੀ ਉੱਥੇ, ਉਜਾਗਰ ਸਿੰਘ ਬਡਾਲੀ ਸ਼ਾਮਿਲ ਹੋਏ, ਮਨਮੋਹਨ ਸਿੰਘ ਸਠਿਆਲਾ ਸਾਹਿਬ ਸ਼ਾਮਿਲ ਹੋਏ, ਕਰਨੈਲ ਸਿੰਘ ਪੀਰ ਮੁਹੰਮਦ, ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ, ਇਹ ਸਾਰੇ ਬੰਦੇ ਸ਼ਾਮਿਲ ਹੋਏ। ਮੈਂ ਸੋਚਦਾ ਸੀ ਕਿ ਪਿਛਲੇ ਡੂਢ ਸਾਲ ਦੀਆਂ ਇਹਨਾਂ ਦੀਆਂ ਸਾਰੀਆਂ ਵੀਡੀਓਜ਼ ਜੇ ਦੇਖ ਲਈਏ ਸਾਰੀਆਂ, ਤਾਂ ਜਿੱਦਾਂ ਇਹ ਨੁਕਸ ਕੱਢਦੇ ਸੀ, ਜਿੱਦਾਂ ਕਹਿੰਦੇ ਸੀ ਪੰਥ ਨੂੰ ਖੋਰਾ ਲਾਤਾ, ਪੰਜਾਬ ਦੇ ਪੱਲੇ ਕੱਖ ਨਹੀਂ ਛੱਡਿਆ, ਆਹ ਵੀ ਖਾ ਗਏ, ਉਹ ਵੀ ਖਾ ਗਏ, ਆਹ ਵੀ ਖਾ ਗਏ, ਲੱਗਦਾ ਸਾਰੀ ਫਰਿੱਜ ਖਾ ਗਈ, ਉਹ ਸਾਰੀਆਂ ਵੀਡੀਓ ਜੇ ਇਕੱਠਿਆਂ ਨੂੰ ਬਿਠਾ ਕੇ ਦਿਖਾਤੀਆਂ ਜਾਣ ਤਾਂ ਫਿਰ ਔਖਾ ਹੋ ਜੂ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੀ ਕਿਹੜਾ ਘੱਟ ਗਿਆ ਸੀ ਕਿ ਇਹਨਾਂ ਦੇ ਪੱਲੇ ਪੰਜ ਬੰਦੇ ਨਹੀਂ, ਉਹ ਕਹਿੰਦੇ ਫਿਰ ਆਹ ਹੁਣ ਤੁਸੀਂ ਲੜਾਉਣ ਵਾਲੀਆਂ ਗੱਲਾਂ ਕਰ, ਮੈਂ ਨਹੀਂ ਕਰਦਾ, ਨਹੀਂ ਤੁਸੀਂ ਕੀਤੀਆਂ। ਹੁਣ ਤੁਸੀਂ ਦੇਖੋ ਵੀ ਗੱਲ ਇੰਨੇ ਦਿਨ ਦੀ ਚੱਲਦੀ ਰਹੀ, ਜਦੋਂ ਪ੍ਰੈਸ ਕਾਨਫਰੰਸ ਹੋਣੀ ਸੀ ਉਦੋਂ ਪਹਿਲਾਂ ਵੀ ਮਿਲੇ ਹੋਣਗੇ, ਉਹ ਸਾਰਾ ਕੁਛ ਨੂੰ ਪਾਸੇ ਰੱਖ ਕੇ ਜਦੋਂ ਸੁਖਬੀਰ ਬਾਦਲ ਸਾਹਿਬ ਨੇ ਮਾਈਕ ਫੜਿਆ ਅਤੇ ਉਹ ਸਾਰਾ ਕੁਛ ਕਰਦਿਆਂ ਸਾਰੇ ਉਹਨਾਂ ਆਖਿਆ ਵੀ ਇੱਕ ਮਿੰਟ ਪਹਿਲਾਂ ਰੁਕੋ, ਮੈਂ ਜਹਿਦਾਰ ਸਾਹਿਬ ਤੋਂ ਆਸ਼ੀਰਵਾਦ ਲਵਾਂਗਾ। ਹੁਣ ਤੁਸੀਂ ਦੇਖੋ ਵੀ ਜਦੋਂ ਆਸ਼ੀਰਵਾਦ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਲਿਆ ਜਾਂਦਾ, ਇਹਦੇ ਕੋਈ ਤਾਂ ਮਾਇਨੇ ਹੁੰਦੇ ਨਾ ਯਾਰ, ਤੁਸੀਂ ਨਜਾਇਜ਼ ਲੜਾਈ ਨਹੀਂ, ਮੈਂ ਨਹੀਂ ਲੜਵਾਉਣਾ। ਅੱਜ ਜਦੋਂ ਮਾਝੇ ਦੇ ਵਿੱਚੋਂ ਬਿਕਰਮ ਸਿੰਘ ਮਜੀਠੀਆ ਸਾਹਿਬ ਦਾ ਮਸਲਾ ਖੜਾ ਹੈ, ਉਸੇ ਵੇਲੇ ਮਾਝੇ ਦੇ ਵਿੱਚੋਂ ਬੰਦਾ ਲਿਆਉਣਾ, ਉਹ ਛੋਟੀ ਗੱਲ ਨਹੀਂ। ਦੂਸਰੀ ਗੱਲ ਸੰਧਾਲੀਆ ਸਾਹਿਬ, ਤੁਸੀਂ ਇਹ ਦੇਖੋ, ਮੈਨੂੰ ਦਿਨ ਯਾਦ ਆ ਰਿਹਾ ਸੀ, ਮੈਂ ਨਹੀਂ ਕਹਿੰਦਾ ਅਸੀਂ ਸਾਰਿਆਂ ਦਾ ਹੀ ਸਤਿਕਾਰ ਕਰਦੇ ਹਾਂ ਅਤੇ ਪੰਜਾਬ ਦੇ ਲੋਕਾਂ ਲਈ ਗੱਲ ਦੱਸਣ ਲੱਗੇ। ਇੱਕ ਦਿਨ ਐਸਾ ਆਇਆ ਜਦੋਂ ਸੇਵਾ ਸਿੰਘ ਸੇਖਵਾਂ ਸਾਹਿਬ, ਚਲੋ ਹੁਣ ਤਾਂ ਦੁਨੀਆ 'ਤੇ ਨਹੀਂ ਹੈਗੇ, ਉੱਧਰਲੇ ਪਾਸਿਓਂ ਜੇ ਆਪਾਂ ਗੱਲ ਕਰ ਲਈਏ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਅਤੇ ਤੀਸਰੇ ਉਹ ਤਾਂ ਅਜਨਾਲਾ ਸਾਹਿਬ ਰਤਨ ਸਿੰਘ ਹੋਰੀ, ਉਹ ਤਾਂ ਵੇਲੇ ਸਿਰ ਹੀ ਚਲੋ ਕਹਿੰਦੇ ਸੀ ਚਿੱਤ ਨਹੀਂ ਤਕੜਾ। ਹੁਣ ਉਹ ਤਿੰਨੋਂ ਜਣੇ ਅਕਾਲੀ ਦਲ 'ਚੋਂ ਬਾਹਰ ਆਉਂਦੇ ਆ, ਤਿੰਨੋਂ ਹੀ ਕੋਰ ਕਮੇਟੀ ਦੇ ਮੈਂਬਰ, ਠੀਕ ਆ ਜੀ, ਤਿੰਨੋਂ ਜਣੇ ਜਿਹੜੇ ਹੈ ਵੱਡੀ ਤੋਪ ਮੰਨੇ ਜਾਂਦੇ ਸੀ ਅਕਾਲੀ ਦਲ ਦੇ ਵਿੱਚ, ਅਤੇ ਜਦੋਂ ਇਕੱਠੇ ਜਾ ਕੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਮੱਥਾ ਟੇਕਿਆ, ਅਹਿਦ ਕੀਤਾ, ਇਹ ਆਖਿਆ ਕਿ ਭਾਈ ਉਹ ਤਾਂ ਪਰਿਵਾਰ ਹੈ ਅਤੇ ਆਹ ਅਸਲੀ ਅਕਾਲੀ ਦਲ ਹੈ, ਮੈਂ ਸੋਚ ਰਿਹਾ ਸੀ ਕਿ ਭਾਈ ਜਦੋਂ ਉਹ ਅਰਦਾਸ ਕੀਤੀ ਸੀ, ਉਹ ਅਰਦਾਸ ਸਵਾ ਦੋ ਸਾਲਾਂ 'ਚ ਮੱਠੀ ਪੈ ਗਈ ਕਿ ਇੱਕ ਆਮ ਆਦਮੀ ਪਾਰਟੀ ਵਾਲੇ ਪਾਸੇ ਨੂੰ ਤੁਰ ਪਿਆ ਸੀ, ਦੂਸਰੇ ਟਾਈਮ ਨਹੀਂ ਚੁੱਪ ਕਰਕੇ ਬਹਿ ਗਿਆ ਸੀ, ਤੀਸਰੇ ਸਿੱਧੇ ਹੀ ਅਕਾਲੀ ਦਲ ਬਾਦਲ ਦੇ ਵਿੱਚ ਜਾ ਕੇ ਹੁਣ ਉਪ ਸਰਪ੍ਰਸਤ ਬਣ ਗਿਆ, ਵੈਸੇ ਗੱਲ ਹੀ ਹੈ। ਕਰੀ ਜਾਓ ਗੱਲਾਂ, ਲੋਕਾਂ ਦਾ ਕੀ ਹੈ, ਲੋਕਾਂ ਦਾ ਗੱਲਾਂ ਹੀ ਕਰਨੀਆਂ, ਅਗਲਿਆਂ ਨੂੰ ਕਿਹੜਾ ਕੋਈ ਫਰਕ ਪੈਂਦਾ। ਅਗਲਿਆਂ ਨੇ ਆਖਿਆ ਵੀ ਆਪਾਂ ਭਾਈ ਸਾਹਿਬ ਪਾਰਟੀ ਦੇ ਵਿੱਚ ਹਾਂ, ਪਾਰਟੀ ਦੇ ਨਾਲ ਹਾਂ, ਮੋਢੇ ਨਾਲ ਮੋਢਾ ਜੋੜ ਕੇ ਆਪਾਂ ਤੁਰਨਾ ਜੀ। ਪਰ ਮੈਂ ਇਦੋਂ ਗੱਲੋਂ ਹੈਰਾਨ ਹਾਂ ਵੀ ਦੇਖੋ, ਇਹ ਨਹੀਂ ਆਪਾਂ ਕਹਿ ਸਕਦੇ ਵੀ ਬ੍ਰਹਮਪੁਰਾ ਸਾਹਿਬ ਦਾ ਸਤਿਕਾਰ ਨਹੀਂ ਕੀਤਾ, ਸਤਿਕਾਰ ਅਕਾਲੀ ਦਲ ਨੇ ਪੂਰਾ ਕੀਤਾ, ਜਿੱਦਾਂ ਸੁਖਬੀਰ ਬਾਦਲ ਸਾਹਿਬ ਨੇ ਖੜ ਕੇ ਦੁਬਾਰਾ ਆਸ਼ੀਰਵਾਦ ਲਿਆ ਵੀ ਪ੍ਰੈਸ ਕਾਨਫਰੰਸ, ਕੈਮਰਿਆਂ ਦੇ ਸਾਹਮਣੇ ਵੀ ਇੱਕ ਵਾਰ ਨੋਟ ਕੀਤਾ ਜਾਵੇ ਵੀ ਆਸ਼ੀਰਵਾਦ ਲਿਆ ਗਿਆ। ਦੂਜੇ ਪਾਸੇ ਵੱਡੇ ਬਾਦਲ ਸਾਹਿਬ ਨੇ ਜਿੱਦਾਂ ਕਿਹਾ ਵੀ ਕਹਿੰਦੇ ਵੀ ਮੈਂ ਜੇ 5 ਵਾਰ ਮੁੱਖ ਮੰਤਰੀ ਬਣਿਆ ਬ੍ਰਹਮਪੁਰਾ ਸਾਹਿਬ ਦਾ ਕਰਕੇ ਬਣਿਆ, ਬਹੁਤ ਦੇਣ ਇਹਨਾਂ ਦੀ, ਬਾਕੀ ਇਹ ਮੇਰਾ ਭਰਾ ਆ, ਕਿਤੇ ਉਹ ਜਾਣੇ ਮੇਰੇ ਕੋਈ ਗਲਤੀ ਹੋ ਗਈ ਜਿਹਦਾ ਕਰਕੇ ਇੱਦਾਂ ਹੋ ਗਿਆ ਗੱਲ। ਤੁਸੀਂ ਦੇਖੋ ਵੀ ਇਹ ਲਾਈਨ ਬੋਲਣ ਦੀ ਉਹਨਾਂ ਨੂੰ ਪ੍ਰੈਸ ਕਾਨਫਰੰਸ 'ਚ ਲੋੜ ਕੀ ਪਈ, ਇਹ ਇਸੇ ਕਰਕੇ ਪਈ ਵੀ ਯਾਰ ਹੁਣ ਤੁਸੀਂ ਵਾਰ ਵਾਰ ਪੱਤਰਕਾਰ ਵੀਰੋ ਆਪਣੇ ਵਾਲੇ ਭਾਈਚਾਰੇ ਨੂੰ ਆਖਿਆ ਵੀ ਐਵੇਂ ਖਿੱਚ ਕੇ ਪੁਰਾਣੀਆਂ ਗੱਲਾਂ ਨਾ ਕਰਿਓ, ਤੁਸੀਂ ਸੀਗੀ ਕੋਈ ਗੱਲਬਾਤ ਅਸੀਂ ਨਿਬੇੜ ਲਈ ਨਜਿੱਠ ਲਈ। ਆਪਾਂ ਇਹ ਖਬਰ ਇੱਥੇ ਹੀ ਨਿਬੇੜ ਦਿੰਦੇ ਹਾਂ, ਆਪਾਂ ਬ੍ਰਹਮਪੁਰਾ ਸਾਹਿਬ ਨੂੰ ਕਹਿੰਦੇ ਬ੍ਰਹਮਪੁਰਾ ਸਾਹਿਬ ਘਰੇ ਮੁੜੇ ਆਏ ਹੋ, ਛੁੱਟੀ ਮੁੱਕ ਗਈ ਹੈ, ਤੁਸੀਂ ਆਓ ਹੁਣ ਪਾਰਟੀ ਲਈ ਕੰਮ ਕਰੋ, ਤੁਸੀਂ ਭੋਰਾ ਚੇਤੇ ਨਹੀਂ ਕਰਨਾ, ਟੌੜਾ ਪਰਿਵਾਰ ਦਾ, ਬਰਨਾਲਾ ਪਰਿਵਾਰ ਦਾ ਛੱਡਣਾ ਹੀ ਪਰੇ, ਤੁਸੀਂ ਕੰਮ ਕਰਨੇ ਠੋਕ ਹੈ ਟਲਦਾ ਬੰਦਾ ਫਿਰ ਨਹੀਂ। ਮੈਂ ਵੈਸੇ ਗੱਲ ਕਰਦਾ ਹੀ, ਮੈਨੂੰ ਤਾਂ ਇਹ ਸੀ ਵੀ ਚਲੋ ਆ ਪਰਚਾ ਹੋ ਗਿਆ ਕਰਕੇ, ਨਹੀਂ ਤਾਂ ਇੱਕ ਮਾਝੇ ਵਾਲੇ ਸਰਦਾਰ ਉੱਥੇ ਹੋਰ ਹੋਣੇ ਸੀ, ਉੱਥੇ ਉਹ ਮਸਲਾ ਵੀ ਹੱਲ ਹੋ ਜਾਣਾ, ਕਿਉਂਕਿ ਪਤਾ ਨਹੀਂ ਹੋਰ ਕੋਈ ਜਾਣੇ ਨਾ ਜਾਣੇ, ਪਰ ਮਾਝੇ 'ਚ ਅਜੇ ਵੀ ਚੱਲਦਾ, ਕਿਉਂਕਿ ਬ੍ਰਹਮਪੁਰਾ ਸਾਹਿਬ ਨੇ ਕਈ ਨਾ ਇਸ ਚੀਜ਼ ਦਾ ਜ਼ਿਕਰ ਕੀਤਾ ਭਾਵੇਂ ਨਹੀਂ ਕੀਤਾ, ਪਰ ਕਹਿੰਦੇ ਆ ਵੀ ਹੈ। ਉਹ ਕਹਿੰਦੇ ਜਦੋਂ ਮਾਝੇ ਦੇ ਜਰਨੈਲ ਦੀ ਗੱਲ ਹੁੰਦੀ ਨਾ, ਤਾਂ ਉਹ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਮ ਲੱਗਦਾ ਸੀ, ਅੱਜ ਕੱਲ੍ਹ ਮਜੀਠੀਆ ਸਾਹਿਬ ਨੂੰ ਕਹਿਣ ਲੱਗ ਪਏ, ਪਰ ਹੁਣ ਜੇ ਉੱਥੇ ਹੁੰਦੇ ਤਾਂ ਕੀ ਪਤਾ ਉਹ ਵੀ ਕਹਿੰਦੇ ਵੀ ਦੇਖੋ ਐਵੇਂ ਮੈਨੂੰ ਨਾ ਕਹੀ ਜੋ ਹੈ ਉਹ ਜਰਨੈਲ ਬਜ਼ੁਰਗ ਹੀ ਨੇ, ਨਹੀਂ ਉਹਨਾਂ ਕਹਿਣਾ ਇਹਨਾਂ ਤੋਂ ਸਿੱਖੇ ਆ, ਬੱਚੇ ਆ ਇਹਨਾਂ ਦੇ, ਹੈ ਨਾ। ਚਲੋ ਹੁਣ ਪਤਾ ਨਹੀਂ ਕਿੱਥੇ ਨੇ, ਆਪਾਂ ਹੁਣ ਅਗਲੇ ਪਾਸੇ ਨੂੰ ਤੁਰਦੇ ਹਾਂ।
ਸੰਧਾਲੀਆ ਸਾਹਿਬ ਇੱਕ ਵਾਰੀ ਫਿਰ ਅਕਾਲੀ ਦਲ ਤੋਂ ਬਾਅਦ ਸਿੱਧੇ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰਦੇ ਹਾਂ। ਬੜੇ ਬੰਦੇ ਕਾਂਗਰਸ ਪਾਰਟੀ ਦੇ ਵਿੱਚ ਉਹ ਸਵੇਰੇ ਜਦੋਂ ਘਰੋਂ ਉੱਠ ਕੇ ਪ੍ਰਚਾਰ ਲਈ ਜਾਂਦੇ ਸੀ ਲੀਡਰ ਤਾਂ ਕਹਿੰਦੇ ਉਹ ਇਹਨੂੰ ਠਾਲਦੇ, ਇਹਨੂੰ ਠਾਲਦੇ, ਐਤਕੀ ਇਲੈਕਸ਼ਨ ਲੜਾਉਣੀ ਆ, ਮੈਂ ਤਾਂ ਲੜਨੀ ਆ, ਇਹਨੂੰ ਕਿ ਆਪਣੇ ਹਲਕੇ 'ਚ ਜਾ, ਲੋਕਾਂ ਨੂੰ ਮਿਲ, ਸੋਸ਼ਲ ਮੀਡੀਏ 'ਤੇ ਕੁਛ ਪਾ, ਉੱਧਰ ਮੈਂ ਦਿਖਾਉਣ ਜੋਗਾ ਹੋ ਜੂੰਗਾ, ਟਿਕਟ ਦੀ ਮੇਰੀ ਗੱਲ ਉੱਪਰਲੇ ਪਾਸੇ ਹੋ ਜਾਣੀ ਆ। ਯਾਨੀ ਆਪਣੀ ਘਰਵਾਲੀ ਨੂੰ ਕਹਿੰਦੇ ਕਹੀ ਕਿ ਜਵਾਕ ਨੂੰ ਠਾਲਦੇ ਹੁਣ। ਕੱਚੀ ਗੱਲ ਆ ਗਈ ਨਾ, ਕਿਵੇਂ ਇਹਤੋਂ ਬਾਅਦ ਨਾ ਜਿਵੇਂ ਲੀਡਰ ਕਹਿੰਦੇ ਫਿਰ ਮੈਨੂੰ ਦੱਸਣੀ ਪੈਂਦੀ, ਫਿਰ ਤੁਸੀਂ ਮੇਰੇ ਦੁਆਲੇ ਨੇ, ਮੈਂ ਕਹਿੰਦਾ ਦੱਸ ਦੇਣਾ, ਪਹਿਲਾਂ ਆ ਗਾ ਥੋੜ੍ਹਾ ਆਖਣੀ, ਪਹਿਲਾਂ ਤਾਂ ਐਂ ਕਰ ਘੜੀ ਵੇਖਣੀ, ਉੱਠਿਆ ਨਹੀਂ ਅਜੇ, ਮੈਂ ਨਹੀਂ ਅਜੇ ਨਹੀਂ, ਰਾਤੀ ਲੇਟ ਆਇਆ ਸੀ ਅਜੇ। ਹਾਂਜੀ ਹਾਂਜੀ, ਇਹ ਨਹੀਂ ਤੂੰ ਦੱਸਦੀ ਨਹੀਂ, ਮੈਨੂੰ ਲੱਗਦਾ ਆਇਆ ਹੀ ਨਹੀਂ ਰਾਤੀ ਉਹ। ਆਹ ਗੱਲ ਤੁਸੀਂ ਤਾਂ ਹੋਰ ਪਾਸੇ ਲੈ ਕੇ ਚਲੋ ਮੰਨ ਲੈਂਦੇ ਹਾਂ। ਹੁਣ ਕਾਂਗਰਸ ਪਾਰਟੀ ਦੇ ਵਿੱਚ ਕਈ ਬੰਦੇ ਦੁਬਾਰਾ ਥਾਪੀਆਂ ਮਾਰਦੇ ਫਿਰਦੇ ਸੀ, ਡੰਡ ਬੈਠਕਾਂ ਮਾਰਦੇ ਫਿਰਦੇ ਸੀ, ਪਰ ਉੱਧਰ ਪਤਾ ਲੱਗਾ ਕਿ ਸਕਰੀਨਿੰਗ ਕਮੇਟੀ ਦੀ ਇੱਕ ਬੈਠਕ ਹੋਈ ਹੈ ਅਜੇ ਮਾਕਨ ਸਾਹਿਬ ਦੀ ਅਗਵਾਈ 'ਚ ਦਿੱਲੀ, ਅਤੇ ਬੀਬੀ ਸੋਨੀਆ ਗਾਂਧੀ ਤੋਂ ਟੈਲੀਫੋਨ ਦੇ ਉੱਤੇ ਪੁੱਛਿਆ ਹੋਊਗਾ ਕਿ ਬੀਬੀ ਜੀ ਕਿਵੇਂ ਕਰਨਾ ਪੰਜਾਬ ਦੀਆਂ 117 ਸੀਟਾਂ, 400 ਲੀਡਰ ਟਿਕਟਾਂ ਮੰਗਦਾ। ਫੈਸਲਾ ਕਰ ਲਿਆ ਗਿਆ, ਪੁਸ਼ਟੀ ਹਰੀਸ਼ ਚੌਧਰੀ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਵੀ ਕਰ ਦਿੱਤੀ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਦੌਰ ਵੀ ਪਾ ਦਿੱਤੀ। ਕਹਿੰਦੇ ਜੀ ਇੱਕ ਟੱਬਰ ਦੇ ਵਿੱਚੋਂ ਟਿਕਟ ਮਿਲੂਗੀ ਪੰਜਾਬ ਵਿਧਾਨ ਸਭਾ ਦੀ, ਇੱਕ ਇੱਕ ਟੱਬਰ ਦੇ ਵਿੱਚੋਂ ਦੋ ਟਿਕਟਾਂ ਨਹੀਂ ਮਿਲਣੀਆਂ, ਅਸੀਂ ਮਿਹਨਤੀ ਵਰਕਰਾਂ ਨੂੰ ਅੱਗੇ ਲੈ ਕੇ ਆਉਣਾ। ਮੇਰੇ ਚੇਤਿਆਂ ਦੇ ਵਿੱਚ ਤਿੰਨ ਚਾਰ ਬੰਦੇ ਆਏ, ਲਾਲ ਸਿੰਘ ਹੋਰੀ ਆਏ ਅਤੇ ਉਹਨਾਂ ਦਾ ਬੇਟਾ ਰਜਿੰਦਰ ਸਿੰਘ ਪਿਛਲੀ ਵਾਰੀ ਦਾ MLA ਐਤਕੀ ਦੋਨੋਂ ਟਿਕਟ ਮਾਲਦੇ ਸੀ। ਨਾਲ ਦੀ ਨਾਲ ਇੱਧਰਲੇ ਪਾਸਿਓਂ ਮੈਨੂੰ ਡਾਕਟਰ ਮਨੋਹਰ ਸਿੰਘ ਚੇਤੇ ਆ ਗਏ, ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਭਾਈ ਸਾਹਿਬ। ਉੱਧਰਲੇ ਪਾਸਿਓਂ ਚੇਤੇ ਆ ਗਏ ਰਾਣਾ ਗੁਰਜੀਤ ਸਿੰਘ, ਉਹ ਕਹਿੰਦੇ ਸੀ ਬੇਟਾ ਆਪਣੇ ਦਮ 'ਤੇ ਸੁਲਤਾਨਪੁਰ ਲੋਧੀ ਤੋਂ ਕੋਸ਼ਿਸ਼ ਕਰ ਰਿਹਾ, ਪਾਰਟੀ ਟਿਕਟ ਦੇ ਦੇਵੇ ਕੋਈ ਨਹੀਂ। ਮੈਂ ਬਾਜਵਿਆਂ ਦਾ ਚੇਤਾ ਜੇ ਭੁਲਾ ਗਿਆ, ਤੁਸੀਂ ਗੁੱਸਾ ਕਰਨਾ ਨਹੀਂ, ਅਸੀਂ ਕਿਉਂ ਗੁੱਸਾ ਕਰਨਾ, ਪਰ ਉਹਨਾਂ ਨੇ ਆਪਣੇ ਨੂੰ ਕਲੀਅਰ ਕਰ ਦੇਣਾ, ਦੇਖੋ ਅਸੀਂ ਅੱਡੋ ਅੱਡ ਹਾਂ ਵੀਰ ਜੀ, ਜਦੋਂ ਚੁੱਲ੍ਹਾ ਅੱਡੋ ਅੱਡ ਹੋਵੇ ਨਾ ਤਾਂ ਫਿਰ ਘਰ ਅੱਡੋ ਅੱਡ ਹੁੰਦਾ, ਉਹਨੇ ਇੱਦਾਂ ਇੱਥੇ ਨਹੀਂ ਹੁੰਦਾ, ਉਹ ਕਹਿੰਦੀ ਇੱਦਾਂ ਕਿੱਦਾਂ ਨਹੀਂ ਹੁੰਦਾ, ਤੁਸੀਂ ਰਾਸ਼ਨ ਕਾਰਡ ਦੇਖ ਲਓ, ਨਹੀਂ ਨਹੀਂ ਪਿੰਡ ਜਾ ਕੇ ਪੁੱਛ ਲਓ, ਸਾਡੇ ਘਰ 'ਤੇ ਸੱਦਾ ਦੇਣ ਜਿਹੜਾ ਬੰਦਾ ਉਹ ਵੀ ਅੱਡੋ ਅੱਡ ਦੇ ਕੇ ਜਾਂਦਾ ਵੀ ਫਲਾਨਾ ਸੋ ਘਰੇ ਭਾਈ ਸਾਹਿਬ ਸਵੇਰੇ ਵੀ ਪ੍ਰੋਗਰਾਮ ਹੈ ਤੁਸੀਂ ਜ਼ਰੂਰ ਆਉਣਾ, ਉਹ ਕਹਿੰਦੇ ਉਹਨਾਂ ਦਾ ਮੈਂ ਉੱਧਰ ਜਾ ਕੇ ਸੱਦਾ ਦੇ ਗਿਆ, ਸੱਦਾ ਦੇ ਕੇ, ਹੈ ਨਾ। ਸੋ ਜਦੋਂ ਘਰ ਅੱਡੋ ਅੱਡ ਹੈ ਤਾਂ ਇਸ ਕਰਕੇ ਉਹਨਾਂ ਦੀ ਟਿਕਟ ਦਾ ਤਾਂ ਵੱਖੋ ਵੱਖਰਾ ਹੈਗਾ। ਬਾਕੀ ਚਲੋ ਇਹ ਸਾਰੇ ਕੁਛ ਜਿੱਧਰ ਨੂੰ ਇਹ ਗੱਲ ਤੋਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ, ਇੱਕ ਚੀਜ਼ ਹੈ ਵੀ ਇਹਦਾ ਮਤਲਬ ਫਿਰ ਹੁਣ ਥੋੜ੍ਹਾ ਜਿਹਾ ਸਕੂਨ ਜਿਹੜਾ ਉਹ ਰਾਜਾ ਵੜਿੰਗ ਸਾਹਿਬ ਨੂੰ ਵੀ ਹੋ ਗਿਆ। ਕਿਵੇਂ? ਕਿਉਂਕਿ ਚਰਚਾ ਸੀ ਨਾ ਪਿਛਲੇ ਦਿਨ ਇੱਕ ਰੌਲਾ ਰੱਪਾ ਜਿਹਾ ਪੈਂਦਾ, ਉੱਧਰ ਸ਼ਾਇਦ ਕੋਈ ਗਿੱਦੜਵਾ ਏਰੀਏ ਦੇ ਵਿੱਚ ਕੋਈ ਕਹਿੰਦੇ ਸੀ ਸ਼ਾਇਦ, ਮਤਲਬ ਮਨਪ੍ਰੀਤ ਬਾਦਲ ਸਾਹਿਬ ਦੇ। ਦੇਖੋ ਉਹ ਮੈਨੂੰ ਲੱਗਦਾ ਸੀ ਕਿ ਅਜੇ ਵਕਤ ਤੋਂ ਪਹਿਲਾਂ ਦੀ ਗੱਲ ਹੈ, ਟਰਾਈ ਤਾਂ ਸਾਰਿਆਂ ਨੇ ਕਰਨੀ ਹੁੰਦੀ ਹੈ, ਪਰ ਰਾਜਾ ਹੁਣ ਤਾਂ ਲੀਕ ਵੱਜ ਗਈ, ਨਹੀਂ ਹੁਣ ਤਾਂ ਇਹ ਨਹੀਂ ਲੀਕ ਵੱਜ, ਸਟਾਮ ਹੀ ਪਾੜਤਾ ਉਹਨਾਂ ਨੇ, ਹੈ ਨਾ। ਉਹ ਕਹਿੰਦੇ ਜੀ ਛੱਡੋ ਪਰਾਂ ਕੋਈ ਗੱਲ ਨਹੀਂ, ਗਲੇ ਮਿਲੋ ਅਤੇ ਅੱਗੇ ਪੈਂਦੇ ਆ, ਪਹਿਲਾਂ ਗਲ ਪੈਂਦੇ ਸੀ ਹੁਣ ਗਲੇ ਮਿਲਦੇ ਹੋਣਗੇ। ਬਾਕੀ ਨਾਲ ਦੀ ਨਾਲ ਕਾਂਗਰਸ ਪਾਰਟੀ ਦੇ ਵਿੱਚ ਇੱਕ ਹੋਰ ਜਿਹੜੀ ਗੱਲ ਚੱਲਦੀ, ਦੇਖੋ ਸਕਰੀਨਿੰਗ ਕਮੇਟੀ ਕਿਤੇ ਹੈ, ਉਮੀਦਵਾਰਾਂ ਦੀ ਚੋਣ ਕਿਸੇ ਨੇ ਕਰਨੀ ਹੈ। ਚੰਨੀ ਸਾਹਿਬ ਨੂੰ ਪਹਿਲੇ ਦੋ ਦਿਨ ਨਵਜੋਤ ਸਿੰਘ ਸਿੱਧੂ ਨਾਲ ਨਾਲ ਚੰਨੀ ਬਾਈ ਕਹਿ ਕੇ ਲਗਾਇਆ ਸੀ, ਲੱਸੀ ਲੁੱਸੀ ਪੀਤੀ ਉੱਥੇ ਅੰਮ੍ਰਿਤਸਰੋਂ, ਬਹੁਤ ਕੁਛ ਹੋਇਆ, ਦਿੱਲੀ ਨੂੰ ਵੀ ਇਕੱਠੇ ਗਏ, ਮੁੜ ਕੇ ਰਾਹ ਥੋੜ੍ਹੇ ਥੋੜ੍ਹੇ ਅੱਡੋ ਅੱਡ ਸੀ, ਵਿੱਚ ਵਿਚਾਲੇ ਮਾੜੀ ਮੋਟੀ ਕਿਤੇ ਸਿਫਤ ਕਰਦੇ ਸੀ। ਹੁਣ ਜਿੱਥੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਭਾਈ ਸਾਹਿਬ ਡਾਕਟਰ ਮਨੋਹਰ ਸਿੰਘ ਹੋਰੀ ਬੱਸੀ ਪਠਾਣਾ ਤੋਂ ਟਿਕਟ ਲੈਣਾ ਚਾਹੁੰਦੇ ਸੀ, ਉੱਥੇ ਇੱਕ ਦਿਨ ਪਹਿਲਾਂ ਜਾ ਕੇ ਉਹਨਾਂ ਨੇ ਫੋਟੋ ਪਾ ਦਿੱਤੀ ਸੀ ਨਵਜੋਤ ਸਿੰਘ ਸਿੱਧੂ ਨੇ ਕਿ ਭਾਈ ਵਿਧਾਇਕ ਗੁਰਪ੍ਰੀਤ ਸਿੰਘ GP ਮੈਂ ਨਾਲ ਖੜਾਂ। ਹੁਣ ਇੱਕ ਰੈਲੀ ਹੁੰਦੀ ਹੈ, ਉਸ ਰੈਲੀ ਦੇ ਵਿੱਚ ਕੁਲਜੀਤ ਸਿੰਘ ਨਾਗਰਾ ਵੀ ਜਾਂਦੇ ਆ, ਨਵਜੋਤ ਸਿੰਘ ਸਿੱਧੂ ਵੀ ਜਾਂਦੇ ਆ, ਅਤੇ ਰੈਲੀ ਦਾ ਇਕੱਠ ਚੰਗਾ ਸੀ, ਅਤੇ ਨਵਜੋਤ ਸਿੰਘ ਸਿੱਧੂ ਹੋਰੀ ਉੱਥੇ ਕਹਿੰਦੇ ਜੀ ਬਾ ਗੱਲ ਹੋ ਗਿਆ, ਲੋਕੋ ਤੁਸੀਂ ਜਿਤਾ ਕੇ ਭੇਜੋ, ਜਿਤਾ ਕੇ ਭੇਜਣ ਦਾ ਮਤਲਬ ਹੈ ਕਿ ਉਮੀਦਵਾਰ ਹੀ ਹੋਣਗੇ। ਬੰਦਾ ਕਹਿੰਦੇ ਬਹੁਤ ਵਧੀਆ, ਮੈਂ ਤਾਂ ਸਿੱਧੇ ਤੌਰ 'ਤੇ ਮੈਰਿਟ ਨੂੰ ਓਨਰ ਕਰਨ ਆਇਆ ਕਿ ਮੈਰਿਟ ਇਹਨਾਂ ਦੀ ਬਣਦੀ ਹੈ। ਹੁਣ ਪਾਰਟੀ ਨੇ ਫੈਸਲਾ ਕੀ ਕਰਨਾ ਕੀ ਨਹੀਂ ਕਰਨਾ ਉਹ ਬਾਅਦ ਦੀ ਗੱਲ ਹੈ, ਪਰ ਜਿੱਦਾਂ ਪਹਿਲਾਂ ਫਤਿਹ ਜੰਗ ਸਿੰਘ ਬਾਜਵਾ ਨੂੰ ਉੱਧਰਲੇ ਪਾਸੇ ਬਠਿੰਡਾ ਦਿਹਾਤੀ ਤੋਂ ਹਰਵਿੰਦਰ ਸਿੰਘ ਲਾਡੀ ਹੋਰਾਂ ਨੂੰ ਐਨ ਟਿਕਟਾਂ ਦੀ ਅਨਾਊਂਸਮੈਂਟ ਆਪ ਹੀ ਠਾਹ ਕਰਕੇ ਕਰਿਆ ਸੀ, ਅਤੇ ਉੱਧਰਲੇ ਪਾਸੇ ਆਪਾਂ ਨੂੰ ਪਤਾ ਹੀ ਆ ਸੁਲਤਾਨਪੁਰ ਲੋਧੀ ਵਾਲੇ ਨਵਦੇਵ ਸਿੰਘ ਚੀਮਾ ਦੀ, ਤਾਂ ਇੱਥੇ ਫਿਰ ਜਦੋਂ ਮੁੱਖ ਮੰਤਰੀ ਸਾਹਿਬ ਦੇ ਭਾਈ ਤੋਂ ਬਿਨਾਂ ਗੁਰਪ੍ਰੀਤ ਸਿੰਘ GP ਨੂੰ ਜਾ ਕੇ ਥਾਪੜਾ ਦਿਆਏ, ਰੌਲਾ ਤਾਂ ਪਊਗਾ ਹੀ। ਨਹੀਂ ਨਹੀਂ ਪਊਗਾ, ਪਰ ਦੇਖੋ ਕੁੱਲ ਮਿਲਾ ਕੇ ਰਾਜਨੀਤੀ ਹੈ, ਅਤੇ ਰਾਜਨੀਤੀ ਇਹ ਕਹਿੰਦੀ ਹੈ ਵੀ ਜਿਹਦੇ ਕੋਲ ਧੜਾ ਜੀ ਉਹੋ ਹੀ ਬੜਾ, ਇਸ ਕਰਕੇ ਉਹ ਕਹਿੰਦੇ ਭਾਈ ਸਾਹਿਬ ਧੜਾ ਕਾਇਮ ਚਾਹੀਦਾ, ਜੇ ਧੜਾ ਆਪਣਾ ਵੱਡਾ ਹੋਇਆ ਤਾਂ ਫਿਰ ਆਪਣਾ ਕੰਮ ਚੱਲ ਜਾਣਾ, ਕਿਉਂਕਿ ਦੇਖੋ ਆਪਾਂ ਨਹੀਂ ਕਹਿੰਦੇ ਵੀ ਕੋਈ ਇਹਦੇ 'ਚ ਵੱਖਰੀ ਚੀਜ਼ ਹੋ ਰਹੀ ਹੈ। ਕਾਂਗਰਸ ਇੱਕ ਹੁੰਦਾ ਨਾ ਵੀ ਉਹ ਇਹ ਕਿਤਾਬ ਨੂੰ ਫਰੋਲ ਕੇ ਦੇਖੋ ਜੀ ਅੱਗੇ ਇਸ ਤਰ੍ਹਾਂ ਕਿਉਂ ਲਿਖਿਆ ਗਿਆ, ਉਹ ਕਹਿੰਦੇ ਇਸ ਕਿਤਾਬ ਨੂੰ ਪਿੱਛੋਂ ਫਰੋਲ ਕੇ ਦੇਖੋ, ਇਤਿਹਾਸ ਦੇਖੋ। ਹੁਣ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਕੈਪਟਨ ਸਾਹਿਬ ਦਾ ਇੱਕ ਧੜਾ ਹੀ ਸੀ ਜੀ, ਉਹ ਧੜਾ ਬੜਾ ਸੀ, ਇਸੇ ਕਰਕੇ ਉਹ ਮੁੱਖ ਮੰਤਰੀ ਸੀਗੇ, ਇਸੇ ਕਰਕੇ ਉਹ ਕਿੰਨਾ ਚਿਰ ਕਈ ਕੁਛ ਚੱਲਦਾ ਰਿਹਾ, ਇੱਧਰੋਂ ਕੋਈ ਮਾੜੀ ਜਿਹੀ ਗੱਲ ਕਰਦਾ ਬਾਅਦ 'ਚ ਸੀ ਰੌਲਾ, ਪਹਿਲਾਂ ਪੈਦਾ ਕੈਪਟਨ ਸਾਹਿਬ ਦੇ ਬੋਲਣਾ ਨਹੀਂ ਪਿਆ 4:30
ਵੀ ਯਾਰ ਜੇ ਬੰਦੇ ਮੰਨ ਲਓ ਇਹ ਸਾਰਾ ਕੁਛ ਕਰਦਿਆਂ ਕਰਦਿਆਂ ਜ਼ਿਆਦਾ ਨਹੀਂ ਮੈਂ ਨਾ ਵੀ 40 ਬੰਦੇ ਨੂੰ ਥਾਪੜਾ ਦੇ ਆਉਣ, 40 'ਚੋਂ 10 ਨਿਕਲ ਜਾਣਗੇ, 30 ਦੇ ਨਾਲ ਰਹਿਣਗੇ, ਅਤੇ ਜੇ 30 ਦੇ ਹਿਸਾਬ ਨਾਲ ਵੇਖਿਆ ਜਾਵੇ ਤੜਾ ਬੜਾ ਨਹੀਂ। ਇਹ ਸੰਧਾਲੀਆ ਸਾਹਿਬ ਤੁਹਾਡੀ ਗੱਲ ਠੀਕ ਹੈ, ਜਦੋਂ ਸੰਬੋਧਨ ਕਰਦੇ ਸੀ ਨਾ ਉਹਨੇ 3-4-5 ਵਾਰੀ ਕੁਲਜੀਤ ਸਿੰਘ ਨਾਗਰਾ ਦਾ ਜ਼ਿਕਰ ਕੀਤਾ, ਕਹਿੰਦੇ ਐਂ ਦੇ ਬੰਦੇ ਹੋਣੇ ਚਾਹੀਦੇ ਲੱਠਰ ਕੇ। ਉਹ ਕਹਿੰਦੇ ਮੈਨੂੰ ਕਹਿੰਦਾ ਕੁਲਜੀਤ ਸਿੰਘ ਨਾਗਰਾ ਮੈਂ ਸੰਗਠਨ 'ਚ ਕੰਮ ਕਰਨਾ, ਮੈਂ ਚੋਣ ਨਹੀਂ ਲੜਨੀ। ਕਹਿੰਦੇ ਮੈਂ ਫਿਰ ਆਲੇ ਦੁਆਲੇ ਨਾਗਰੇ ਨੂੰ ਕਿਹਾ ਉਹ ਭਾਈ ਜੇ ਚੋਣ ਨਹੀਂ ਲੜਨੀ MLA ਨਹੀਂ ਬਣਨਾ CM ਕਿੱਦਾਂ ਬਣਾਉਣਾ ਹੀ, ਹੁਣ ਤੁਸੀਂ ਆਪੇ ਹਿਸਾਬ ਲਾ ਲਓ। ਹਾਂਜੀ ਮੈਂ ਦੇਖੋ ਮੈਂ ਇਹ ਗੱਲ ਕਹਿੰਦਾ ਹੀ ਨਹੀਂ, ਅਸੀਂ ਤਾਂ ਉਨੀ ਕੀ ਗੱਲ ਕਰਨੀ ਜਿੰਨੀ ਕੁ ਅਗਲੇ ਮਨਾਉਂਦੇ ਆ, ਕਿਉਂਕਿ ਜੇ ਆਪਾਂ ਵੱਧ ਕਰ ਦਈਏ ਫਿਰ ਕਹਿੰਦੇ ਨਹੀਂ 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 ਮੈਂ ਤਾਂ ਇੱਦਾਂ ਕਿਹਾ ਹੀ ਨਹੀਂ, ਕਿਹਾ ਹੀ ਨਹੀਂ, ਐਵੇਂ ਮੀਡੀਆ ਵਾਲੇ ਰੌਲਾ ਪਾਉਂਦੇ ਆ। ਇਸ ਕਰਕੇ ਮੈਨੂੰ ਹੁੰਦਾ ਵੀ ਜਿਹੜੀ ਚੀਜ਼ ਉਹ ਕਹਿ ਦੇਣ ਉਹਦੇ 'ਤੇ ਗੱਲ ਕਰ ਲਓ। ਹੁਣ ਇੰਨੇ ਦਿਨਾਂ ਤੋਂ ਆਪਾਂ ਥੋੜ੍ਹਾ ਥੋੜ੍ਹਾ ਕਹਿੰਦੇ ਸੀ, ਹੁਣ ਉਹ ਜਿਵੇਂ ਜਿਵੇਂ ਅੱਗੇ ਅੱਗੇ ਰੋਜ਼ ਦੀ ਰੈਲੀ ਦੇ ਵਿੱਚ ਥਾਪੜਾ ਅਤੇ ਥਾਪੜੇ ਤੋਂ ਬਾਅਦ ਅਗਲੇ ਬੰਦੇ ਆਪ ਹੀ ਹਿਸਾਬ ਲਾਉਂਦੇ, ਅੱਛਾ ਇੱਧਰ ਵੀ ਥਾਪੜਾ। ਇਹਨੂੰ ਦੋ ਤਰ੍ਹਾਂ ਗਿਣਿਆ ਜਾ ਸਕਦਾ, ਇੱਕ ਤਾਂ ਹੁੰਦਾ ਵੀ ਰੈਲੀ ਕੀਤੀ, ਰੈਲੀ 'ਚ ਬੰਦਾ ਕੋਲ ਖਿਲਾਰਿਆਂ ਨੂੰ ਥਾਪੜਾ ਦਿੱਤਾ, ਇੱਕ ਹੁੰਦਾ ਵੀ ਵਿਰੋਧੀਆਂ ਨੂੰ ਬੰਦਾ ਗਣਾਇਆ, ਕਿੰਨੇ ਹੋ ਗਏ ਸੀ ਇੰਨੇ, ਆਹ ਇੱਕ ਹੋਰ ਗਿਣੋ ਗਿਆ ਆਪਣੇ ਨਾਲ, ਆਪਣੇ ਹੀ ਬੰਦੇ, ਆਪਣੇ ਹੀ ਬੰਦੇ ਜਾਂ। ਚਲੋ ਸੰਧਾਲੀਆ ਸਾਹਿਬ ਹੁਣ ਥੋੜ੍ਹੀ ਜਿਹੀ ਆਪਾਂ ਜੇ ਪਹੁੰਚ ਗਏ ਬੱਸੀ ਪਠਾਣੇ ਤੱਕ, ਪਠਾਣਾ ਤੱਕ ਤਾਂ ਸਿੱਧੇ ਲੁਧਿਆਣੇ ਹੀ ਆ ਜੀ। ਟਿਕਟ ਲਈ ਉੱਥੋਂ? ਟਿਕਟ ਦੇਖੋ ਇੱਦਾਂ ਸਰਕਾਰੀ ਬੱਸਾਂ ਪਾਸ ਆਪਾਂ ਬਣਾਏ। ਨਹੀਂ ਨਹੀਂ ਸਰਕਾਰੀ ਬੱਸਾਂ ਦਾ ਇੱਦਾਂ ਕਿੱਦਾਂ ਚੱਲੂਗਾ ਕੰਮ, ਹੁਣ ਉਹ ਕਹਿੰਦੇ ਘਾਟੇ ਹੀ ਨਹੀਂ ਜਾਣ ਦੇਣੀ ਪੂਰਾ। ਨਹੀਂ ਠੀਕ ਹੈ, ਹੁਣ 2 ਦਿਨ ਲਗਾਤਾਰ ਆਪਾਂ ਚਰਚਾ ਕਰਦੇ ਰਹੇ ਕਿ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਬੇਅਦਬੀ ਦਾ ਯਤਨ, ਇੱਕ ਮੌਤ, ਫਿਰ ਨਿਜ਼ਾਮਪੁਰ ਕਪੂਰਥਲੇ ਦੇ ਵਿੱਚ ਬੇਅਦਬੀ ਦਾ ਯਤਨ ਅਤੇ ਇੱਕ ਮੌਤ। ਅਜੇ ਉਹ ਖਬਰਾਂ ਜਿਹੜੀਆਂ ਚੱਲਦੀਆਂ ਹੀ ਸੀ ਕਿ ਲੁਧਿਆਣੇ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਜਿਹੜਾ ਬਲਾਸਟ ਹੋਇਆ ਅਤੇ ਇੱਕ ਮੌਤ ਵੀ ਹੋਈ, 5-6 ਬੰਦੇ ਜ਼ਖਮੀ ਹੋਏ, ਉਹਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਖੜ੍ਹੇ ਕਰ ਦਿੱਤੇ ਕਿ ਘਟਨਾ ਘਟ ਗਈ ਜਾਂ ਘਟਨਾ ਨੂੰ ਅੰਜਾਮ ਦਿੱਤਾ ਗਿਆ, ਕਿਸੇ ਦੇਸ਼ੋਂ ਬਾਹਰਲੇ ਨੇ ਕੰਮ ਕਰ ਦਿੱਤਾ, ਅੰਦਰਲੇ ਨੇ ਕੰਮ ਕਰ ਦਿੱਤਾ, ਵੋਟਾਂ ਲਈ ਹੋ ਗਿਆ, ਅਮਨ ਕਾਨੂੰਨ ਅਤੇ ਸ਼ਾਂਤੀ ਭੰਗ ਕਰਨ ਲਈ ਹੋ ਗਿਆ, ਕਾਹਦੇ ਲਈ ਹੋ ਗਿਆ। ਪਰ ਜਿੱਦਾਂ ਪਿਛਲੀ ਵਾਰੀ ਮੌੜ ਮੰਡੀ ਦੇ ਵਿੱਚ ਬਲਾਸਟ ਹੋਇਆ ਸੀ ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ, ਹਾਲਾਂਕਿ ਇਹ ਮਹੀਨਾ ਕਡਵਾਂਸ ਆ, ਪਰ ਇਸ ਬਲਾਸਟ ਨੇ ਵੀ ਇੱਕ ਵਾਰੀ ਫਿਰ ਸਵਾਲ ਖੜ੍ਹੇ ਕਰ ਦਿੱਤੇ ਆ ਕਿ ਭਾਈ ਆਖਿਰਕਾਰ ਪੰਜਾਬ ਨੂੰ ਕਿੱਧਰਲੇ ਪਾਸੇ ਧੱਕਿਆ ਜਾ ਰਿਹਾ। ਨਹੀਂ ਇਹ ਤਾਂ ਗੱਲ ਹੈਗੀ ਆ, ਕਿਉਂਕਿ ਜਦੋਂ ਉਹ ਬਲਾਸਟ ਹੋਇਆ ਉਹਦੇ ਤੋਂ ਬਾਅਦ ਮੇਰੇ ਖਿਆਲ ਨਾਲ ਜਿੰਨੀ ਤਰ੍ਹਾਂ ਦੇ ਬਿਆਨ ਆਏ ਆ ਉਹ ਜ਼ਰੂਰ ਸਾਰੇ ਐਂਗਲ ਵਿਚਾਰਨ ਵਾਲੇ ਆ। ਅਤੇ ਇਹ ਪਹਿਲੀ ਗੱਲ ਨਜ਼ਰੇ 'ਤੇ ਦੇਖੋ ਪੁਲਿਸ ਨੇ ਆਪਣੇ ਤੌਰ 'ਤੇ ਕਹਿ ਤਾ ਵੀ ਅਸੀਂ ਆਪਣੇ ਵੱਲੋਂ ਜਾਂਚ ਸ਼ੁਰੂ ਕਰਤੀ ਆ, ਕੇਂਦਰੀ ਏਜੰਸੀਆਂ ਵੀ ਆ ਗਈਆਂ, ਅਤੇ ਜਿੰਨੀ ਦੇਰ ਤੱਕ ਅਸੀਂ ਤਫਤੀਸ਼ ਨਹੀਂ ਕਰ ਲੈਂਦੇ ਅਸੀਂ ਕੁਛ ਕਹਿ ਨਹੀਂ ਸਕਦੇ। ਹੁਣ ਜੇ ਆਪਾਂ ਔਥੈਂਟਿਕ ਬਿਆਨ ਦੀ ਗੱਲ ਕਰੀਏ ਉਹ ਤਾਂ ਇਹੋ ਹੀ ਆ ਵੀ ਉਹਨਾਂ ਨੂੰ ਲੱਗਦਾ ਸੀ ਵੀ ਅੰਦਰ ਇੱਕ ਡੈੱਡ ਬੋਡੀ ਮਿਲੀ ਆ। ਹੁਣ ਉਹਨਾਂ ਦੇ ਹਿਸਾਬ ਨਾਲ ਡੈੱਡ ਬੋਡੀ ਇਹ ਵੀ ਹੋ ਸਕਦੀ ਵੀ ਬੰਦਾ ਵੈਸੇ ਕੋਈ ਵਾਸ਼ਰੂਮ ਗਿਆ ਅਤੇ ਬਲਾਸਟ ਹੋ ਗਿਆ ਤਾਂ, ਦੂਜੀ ਗੱਲ ਇਹ ਹੋ ਸਕਦੀ ਵੀ ਬੰਦਾ ਉਹੀ ਹੋਵੇ ਜਿਹਦੇ ਕੋਲ ਬੰਬ ਹੋਵੇ ਅਤੇ ਉਹ ਫਟ ਗਿਆ। ਤੀਜਾ ਲੌਜਿਕ ਇਹ ਲਾਇਆ ਜਾ ਰਿਹਾ ਵੀ ਹੋ ਸਕਦਾ ਵੀ ਅਜੇ ਉਹ ਤਾਰਾਂ ਤੂਰਾਂ ਹੀ ਕੱਸਦਾ ਹੋਵੇ ਵੀ ਇੱਥੇ ਲੁੱਕ ਕੇ ਮੈਂ ਥੋੜ੍ਹੀਆਂ ਜਿਹੀਆਂ ਕੱਸ ਲੈਣਾ ਅਤੇ ਉੱਥੋਂ ਹੀ ਕੋਈ ਤਾਰ ਤੂਰ ਜੁੜ ਗਈ ਅਤੇ ਉਹ ਖਿਲਾਰਾ ਉੱਥੇ ਪੈ ਗਿਆ। ਹੁਣ ਇਹਦੇ 'ਚੋਂ ਕੀ ਹੈ ਅਤੇ ਜਦ ਤੱਕ ਪੁਲਿਸ ਨਹੀਂ ਸਹੀ ਕਹਿੰਦੀ ਉਹਨਾਂ ਤਾਂ ਕੀ ਕਹਿ ਸਕਦੇ? ਨਹੀਂ ਸੰਧਾਲੀਆ ਸਾਹਿਬ ਇਹ ਗੱਲ ਤੁਹਾਡੀ ਵਾਜਿਬ ਲੱਗਦੀ ਹੈ ਕਿ ਕੀ ਕਹਿ ਸਕਦੇ ਹਾਂ, ਪਰ ਇੱਥੇ ਸਭ ਤੋਂ ਵੱਡੀ ਗੱਲ ਹੈ ਕਿ ਬਲਾਸਟ ਹੋਇਆ, ਮੌਤ ਹੋਈ ਹੈ, ਲੋਕ ਜ਼ਖਮੀ ਹੋਏ ਨੇ, ਅਤੇ ਬਲਾਸਟ ਕਿਤੇ ਸਧਾਰਨ ਜਗ੍ਹਾ 'ਤੇ ਨਹੀਂ ਹੋਇਆ, ਅਦਾਲਤ ਦੇ ਕੰਪਲੈਕਸ ਦੇ ਵਿੱਚ ਹੋਇਆ, ਦੂਸਰੀ ਮੰਜ਼ਿਲ 'ਤੇ ਹੋਇਆ। ਇਹਦਾ ਮਤਲਬ ਹੈ ਕਿ ਕੋਈ ਸੌਦਾ ਪੱਤਾ ਜਿਹੜੀ ਧਮਾਕਾ ਖੇਜ਼ ਸਮੱਗਰੀ ਹੈ ਉਹ ਅਦਾਲਤ ਤੱਕ ਪਹੁੰਚੀ, ਦੂਸਰੀ ਮੰਜ਼ਿਲ ਦੇ ਵਾਸ਼ਰੂਮ ਤੱਕ ਗਈ ਹੈ। ਚਲੋ ਹੁਣ ਹਰ ਇੱਕ ਨੇ ਆਪੋ ਆਪਣੇ ਹਿਸਾਬ ਦੇ ਨਾਲ ਕਹਿਣਾ, ਕੋਈ ਕਹਿੰਦਾ ਜੀ ਪੰਜਾਬ ਦੀ ਸਰਕਾਰ ਤੋਂ ਚੰਗੀ ਤਰ੍ਹਾਂ ਕੰਮ ਨਹੀਂ ਕਰ ਹੁੰਦਾ, ਕੋਈ ਕਹਿੰਦੇ ਜੀ ਵਿਦੇਸ਼ੀ ਤਾਕਤਾਂ ਪੰਜਾਬ ਦੇ ਵਿੱਚ ਅਸ਼ਾਂਤੀ ਫੈਲਾਉਣਾ ਚਾਹੁੰਦੀਆਂ, ਕੋਈ ਏਜੰਸੀਆਂ ਦਾ ਨਾਂ ਲਈ ਜਾਂਦਾ ਕਿ ਭਾਈ ਵੋਟਰਾਂ ਦਾ ਧਰੁਵੀਕਰਨ ਕਰਨ ਦੇ ਲਈ ਇਹ ਕੀਤਾ ਜਾ ਰਿਹਾ। ਜਿੰਨੇ ਮੂੰਹ ਨੇ ਲੀਡਰਾਂ ਦੇ ਉਨੀਆਂ ਗੱਲਾਂ ਨੇ, ਪਰ ਮੈਨੂੰ ਲੱਗਦਾ ਕਿ ਇੱਕ ਵੱਖਰਾ ਸਵਾਲ ਜਿਹੜਾ ਉਹ ਇਹ ਜ਼ਰੂਰ ਚਾਹੀਦਾ ਕਿ ਬਹੁਤ ਵੱਡੀ ਨਫ਼ਰੀ ਹੈ ਪੰਜਾਬ ਦੇ ਕੋਲ ਪੁਲਿਸ ਦੀ, ਹੋਰ ਸੁਰੱਖਿਆ ਕਰਮੀਆਂ ਦੀ, ਕੀ ਉਹ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ 'ਚ ਲੱਗੀ ਹੈ ਜਾਂ ਸਾਡੇ ਲੀਡਰਾਂ ਦੀ ਸੁਰੱਖਿਆ 'ਚ ਲੱਗੀ ਹੈ? 7-ਮੰਜ਼ਿਲਾ ਜ਼ਿਲ੍ਹਾ ਕੰਪਲੈਕਸ ਹੈ ਅਦਾਲਤ ਦਾ ਇਹ, ਉਹ 7-ਮੰਜ਼ਿਲਾ ਕੰਪਲੈਕਸ ਦੀ ਸਿਕਿਉਰਿਟੀ ਕਿੰਨੀ ਕੁ ਹੈ? ਜੋ ਉੱਥੋਂ ਦੇ ਵਕੀਲਾਂ ਨੇ ਦੱਸਿਆ ਉਹ ਕਹਿੰਦੇ ਜੀ ਜਿੰਨੇ ਕੁ CCTV ਕੈਮਰੇ ਲਵਾਏ ਆ ਅਸੀਂ ਲਵਾਏ ਆ, ਪ੍ਰਸ਼ਾਸਨ ਦਾ ਆਪਣਾ ਕੋਈ CCTV ਕੈਮਰਾ ਨਹੀਂ ਅਤੇ ਸਾਡੇ ਲਵਾਏ ਵੀ ਹੁਣ ਬਹੁਤੇ ਚੱਲਦੇ ਨਹੀਂ। ਦੂਸਰੀ ਗੱਲ ਉਹਨਾਂ ਨੇ ਕਹਿਤੀ, ਕਹਿੰਦੇ 12 ਰਸਤੇ ਨੇ ਅੰਦਰ ਆਉਣ ਦੇ, ਸਿਰਫ 2 ਰਸਤੇ ਆ ਜਿੱਥੇ ਮੈਟਲ ਡਿਟੈਕਟਰ ਲੱਗਾ ਆ ਅਤੇ ਉਹ ਵੀ ਬੰਦ ਨੇ, ਡੈੱਡ ਨੇ ਪਏ, ਚੱਲਦੇ ਉਹ ਵੀ ਨਹੀਂ, ਜਾਣੀ ਉਹ ਸ਼ਿਕੰਜੇ ਜਿਹਾ ਦੇ ਵਿੱਚ ਦੀ ਲੋਕ ਨਿਕਲਦੇ ਹੋਣਗੇ। ਵੈਸੇ ਤਾਂ ਬਹੁਤੇ ਆਸੇ ਪਾਸੇ ਨਿਕਲ ਜਾਂਦੇ ਹੁੰਦੇ ਆ, ਕਿਉਂਕਿ ਰੱਸੀਆਂ ਰੁੱਸੀਆਂ ਹੌਲੀ ਹੌਲੀ ਢਿੱਲੀਆਂ ਹੁੰਦੀਆਂ, ਮੀਂਹ ਦੇ ਨਾਲ ਖੱਦੀਆਂ ਹੋ ਕੇ ਟੁੱਟ ਜਾਂਦੀਆਂ, ਕਹਿੰਦੇ ਜੀ ਇਹਦੇ ਵਿੱਚ ਦੀ ਕੀ ਲੰਘਣਾ, ਇੱਧਰ ਦੀ ਲੰਘ ਜਾਂਦੇ ਆ। ਜਾਣੀ 12 ਰਸਤੇ ਹੈ, 10 ਰਸਤਿਆਂ ਦੇ ਉੱਤੇ ਕੋਈ ਮੈਟਲ ਡਿਟੈਕਟਰ ਨਹੀਂ, ਜਿਹੜੇ 2 ਜਗ੍ਹਾ ਦੇ ਉੱਤੇ ਲੱਗਾ ਉਹ ਡੈੱਡ ਪਿਆ, CCTV ਕੈਮਰੇ ਉਹ ਕਹਿੰਦੇ ਜੀ ਸਾਡੇ ਚੱਲਦੇ ਨਹੀਂ। ਪਿਛਲੇ 1 ਹਫ਼ਤੇ ਦੇ ਵਿੱਚ ਵਕੀਲ ਕਹਿੰਦੇ ਜੀ ਅੰਦਰੋਂ ਸਾਡੇ 3 ਲੈਪਟਾਪ ਚੋਰੀ ਹੋ ਗਏ ਵਕੀਲਾਂ ਦੇ, ਅੱਜ ਤੱਕ ਬਰਾਮਦ 1 ਨਹੀਂ ਹੋਇਆ।
ਅਤੇ ਸੰਧਾਲੀਆ ਸਾਹਿਬ ਸਭ ਤੋਂ ਵੱਡੀ ਗੱਲ ਕਿ 1500 ਤੋਂ ਵੱਧ ਵਕੀਲ ਉਸ ਕਚਹਿਰੀ 'ਚ ਬਹਿੰਦੇ ਆ 1500 ਤੋਂ ਵੱਧ। ਉਹ ਤਾਂ ਬਾਈ ਚਾਂਸ ਹੜਤਾਲ ਚੱਲਦੀ ਸੀ, ਲੋਕ ਕਹਿੰਦੇ ਹੁੰਦੇ ਹੜਤਾਲ ਮਾੜੀ ਆ, ਪਹਿਲੀ ਵਾਰੀ ਚੰਗੀ ਸਾਹਿਬ ਤੋਂ ਹੋਣੀ ਹੈ। ਹੜਤਾਲ ਚੱਲਦੀ ਸੀ ਕਰਕੇ ਲੋਕ ਆਏ ਨਹੀਂ ਅਦਾਲਤ ਦੇ ਵਿੱਚ ਪੇਸ਼ੀਆਂ ਭੁਗਤਣ ਦੇ ਲਈ, ਅਤੇ ਜਿਹੜੀ ਫਲੋਰ ਦੇ ਉੱਤੇ ਉਹ ਧਮਾਕਾ ਹੋਇਆ, ਜਿਹੜੇ ਮੰਜ਼ਿਲ 'ਤੇ, ਉੱਥੇ 4 ਅਦਾਲਤਾਂ ਲੱਗਦੀਆਂ। ਇਹਦਾ ਮਤਲਬ ਉੱਥੇ ਜੱਜ ਸਾਹਿਬ ਵੀ ਬੈਠੇ ਹੋਣਗੇ, ਅਰਦਲੀ ਵੀ ਬੈਠੇ ਹੋਣਗੇ, ਉੱਥੇ ਵਕੀਲ ਵੀ ਜਾਂਦੇ ਹੋਣਗੇ, ਉੱਥੇ ਪੇਸ਼ੀ ਦੇ ਲਈ ਲਿਆਂਦੇ ਜਿਹੜੇ ਕੈਦੀ ਜਾਂ ਹਵਾਲਾਤੀ ਵੀ ਆਉਂਦੇ ਹੋਣਗੇ, ਉੱਥੇ ਵਕੀਲਾਂ ਦੇ ਮੁਨੀਮ ਵੀ ਹੋਣਗੇ, ਉੱਥੇ ਕੋਈ ਚਾਹ ਵਾਲਾ ਬਾਲ ਮਜ਼ਦੂਰ ਵੀ ਹੋ ਸਕਦਾ ਤੁਰਿਆ ਫਿਰਦਾ ਹੋਵੇ, ਉੱਥੇ ਕੋਈ ਪਾਣੀ ਵੇਚਦਾ ਤੁਰਿਆ ਫਿਰਦਾ ਹੋ ਸਕਦਾ, ਉੱਥੇ ਸਵੀਪਰ ਹੋ ਸਕਦੇ ਆ। ਜਾਣੀ ਜੇ ਉਹ ਬਲਾਸਟ ਵਾਸ਼ਰੂਮ ਦੀ ਜਗ੍ਹਾ ਦੇ ਉੱਤੇ ਉੱਥੇ ਆ ਕੇ ਕੀਤਾ ਜਾਂਦਾ ਵੱਧ ਨੁਕਸਾਨ ਹੋਣਾ ਸੀ, ਜੇ ਹੜਤਾਲ ਨਾ ਚੱਲਦੀ ਹੁੰਦੀ ਵੱਧ ਨੁਕਸਾਨ ਹੋਣਾ ਸੀ। ਅੱਜ ਜਿਹੜਾ ਮਰਜ਼ੀ ਲੀਡਰ ਜੋ ਮਰਜ਼ੀ ਆਖੇ, ਪਰ ਕਿਤੇ ਨਾ ਕਿਤੇ ਸਾਡੀ ਸੁਰੱਖਿਆ ਦੀ ਕਮਜ਼ੋਰੀ ਤਾਂ ਹੈਗੀ ਆ। ਕਮਿਸ਼ਨਰ ਦਾ ਦਫ਼ਤਰ ਲੱਗੇ, ਡੀਸੀ ਦਾ ਦਫ਼ਤਰ ਲੱਗੇ, ਭਾਰਤ ਭੂਸ਼ਣ ਆਸ਼ੂ ਮੰਤਰੀ ਸਾਹਿਬ ਦਾ ਘਰ ਉੱਥੇ ਨੇੜੇ, ਉਹ ਕਹਿੰਦੇ ਸਾਨੂੰ ਵੀ ਧਮਾਕਾ ਸੁਣਿਆ, ਥੱਲੇ ਤੱਕ ਕਾਰਾਂ ਦੇ ਸ਼ੀਸ਼ੇ ਟੁੱਟੇ ਨੇ। ਦੂਜੇ ਕਿਹਨੇ ਕੀਤਾ ਉਹ ਇੱਕ ਵੱਖਰੀ ਗੱਲ ਹੈ, ਸਾਡੀ ਕਮਜ਼ੋਰੀ ਕਿੰਨੀ ਆ ਇਧਰਲੇ ਪਾਸੇ ਆਓ। ਨਹੀਂ ਨਹੀਂ ਬਿਲਕੁਲ ਠੀਕ ਆ, ਹੁਣ ਤੁਸੀਂ ਦੇਖੋ ਵੀ ਉਹ ਬਾਥਰੂਮ ਦੇ ਵਿੱਚ ਹੋਇਆ, ਐਂਡ ਵੱਡੀ ਗੱਲ ਤਾਂ ਆ ਵੀ ਇਸ ਵੇਲੇ ਇਹ ਲੱਗਦਾ ਹੋਣਾ ਵੀ ਯਾਰ ਸ਼ਾਇਦ ਛੋਟੀ ਗੱਲ ਆ ਵੀ ਦੂਜੀ ਮੰਜ਼ਿਲ 'ਤੇ ਹੋਇਆ, ਉਹ ਉੱਥੇ ਵੀ ਜੇ ਖਿਲਾਰਾ ਪਿਆ। ਮੈਨੂੰ ਲੱਗਦਾ ਵੀ ਉਹ ਸ਼ਾਇਦ ਇੱਕ ਬਹੁਤ ਕੰਟਰੋਲ ਜਿਹਾ ਏਰੀਆ ਸੀਗਾ, ਉਹਦੇ ਵਿੱਚ ਵੀ ਕੰਧਾਂ ਡਿੱਗੀਆਂ ਬਾਥਰੂਮ ਦਾ, ਅਤੇ ਪੂਰਾ ਨੁਕਸਾਨ ਹੋਇਆ, ਐਂਡ ਸ਼ੀਸ਼ੇ ਕਿੱਥੋਂ ਤੱਕ ਟੁੱਟੇ ਉਹ ਆਪਾਂ ਦੱਸ ਹੀ ਦਿੱਤਾ। ਹੁਣ ਜੇ ਉਹੀ ਚੀਜ਼ ਕਿਤੇ ਖੁੱਲ੍ਹੇ 'ਚ ਹੁੰਦੀ, ਮੰਨ ਲਓ ਉਹ ਉਸੇ ਕੰਪਲੈਕਸ ਦੇ ਬਾਹਰ ਹੁੰਦੀ ਜਾਂ ਕਿਸੇ ਭੀੜ ਭੜੱਕੇ ਵਾਲੇ ਥਾਂ 'ਤੇ ਹੁੰਦੀ, ਜਾਂ ਮੰਨ ਲਓ ਬੰਦਾ ਜਿਹੜਾ ਬਾਥਰੂਮ ਤੱਕ ਜਾ ਵੜਿਆ ਕਿਤੇ ਅਦਾਲਤ ਦੇ ਬੂਹੇ 'ਚ ਹੀ ਜਾ ਵੜਦਾ, ਜੇ ਮੰਨ ਲਓ ਜਿੱਦਾਂ ਇੱਕ ਸ਼ਬਦ ਇਹ ਵੀ ਵਰਤਿਆ ਜਾ ਰਿਹਾ ਵੀ ਕੋਈ ਫਿਦਾਈ ਨਾ ਹਮਲਾ ਹੋ ਸਕਦਾ, ਜੇ ਉਹ ਕਿਤੇ ਉਹੋ ਜਿਹੀ ਗੱਲ ਹੁੰਦੀ ਤਾਂ ਫਿਰ ਇਹ ਆਪਾਂ ਇਹ ਸੋਚੀਏ ਵੀ ਨੁਕਸਾਨ ਕਿੰਨਾ ਹੋਣਾ ਸੀ। ਅਤੇ ਜੇ ਨੁਕਸਾਨ ਹੁੰਦਾ ਤਾਂ ਅੱਜ ਸ਼ਾਇਦ ਪ੍ਰਸ਼ਾਸਨ ਜਾਂ ਲੀਡਰ ਸਾਹਿਬ ਜਾਂ ਸਰਕਾਰਾਂ ਜਿਵੇਂ ਗੱਲ ਕਰ ਰਹੀਆਂ ਨੇ ਕੀ ਉਹ ਇੱਦਾਂ ਹੀ ਕਰ ਰਹੀਆਂ ਹੁੰਦੀਆਂ? ਇਹ ਵੱਡਾ ਸਵਾਲ ਹੈ ਸੰਧਾਲੀਆ ਸਾਹਿਬ, ਅਤੇ ਅਸੀਂ ਆਪਣੇ ਵੱਲੋਂ ਇੱਕ ਬੇਨਤੀ ਕਰਦੇ ਹਾਂ, ਵੈਸੇ ਤਾਂ ਇਸ ਗੱਲ ਦੇ ਲਈ ਥਾਪੜਾ ਹੀ ਹੈ ਪੰਜਾਬੀਆਂ ਨੂੰ, ਕਿ ਉੱਪਰੋਂ ਥਲੀ ਘਟਨਾਵਾਂ ਘਟ ਰਹੀਆਂ। ਪਹਿਲਾਂ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਖਿਲਾਰੇ ਗਏ, ਉਹਦੇ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਜੋ ਕੁਛ ਹੋਇਆ, ਫਿਰ ਨਿਜ਼ਾਮਪੁਰ ਵਾਲੀ ਘਟਨਾ, ਉਹਦੇ ਤੋਂ ਬਾਅਦ ਲੁਧਿਆਣੇ ਦੇ ਵਿੱਚ ਹੀ ਹਿੰਦੂ ਧਰਮ ਦੇ ਜਿਹੜੇ ਪਾਵਨ ਪਵਿੱਤਰ ਗ੍ਰੰਥ ਨੇ ਜਾਂ ਧਾਰਮਿਕ ਪੁਸਤਕਾਂ ਨੇ ਉਹਨਾਂ ਨੂੰ ਪਾੜ ਕੇ ਖਿਲਾਰਿਆ ਗਿਆ, ਉਹਦੇ ਤੋਂ ਬਾਅਦ ਇਹ ਬਲਾਸਟ ਹੋਇਆ। ਇੱਕ ਤੋਂ ਬਾਅਦ ਇੱਕ ਘਟਨਾਵਾਂ ਘਟ ਰਹੀਆਂ, ਪਰ ਸਾਡੇ ਲੋਕ ਜਿਹੜੇ ਨੇ ਉਹ ਆਪਣੀ ਭਾਈਚਾਰਕ ਸਾਂਝ ਮਜ਼ਬੂਤ ਕਰੀ ਜਾ ਰਿਹਾ, ਕਮਜ਼ੋਰ ਨਹੀਂ ਹੋਣ ਦੇ ਰਿਹਾ, ਮਨਸੂਬੇ ਸਫਲ ਨਹੀਂ ਹੋ ਰਹੇ, ਇਹ ਗੱਲ ਕਲੀਅਰ ਹੈ। ਪਰ ਦੂਸਰੇ ਪਾਸੇ ਲੀਡਰਸ਼ਿਪ ਦੇ ਜਿਹੜੇ ਬਿਆਨ ਨੇ, ਕਿਉਂਕਿ ਪਹਿਲੀ ਗੱਲ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ, ਕਹਿੰਦੇ ਜੀ ਭਾਈਚਾਰਕ ਸਾਂਝ ਨੂੰ ਲਾਂਬੂ ਲਾਇਆ ਜਾ ਰਿਹਾ, ਪਰ ਪੰਜਾਬੀ ਐਨ ਮੁਸਤੈਦ ਨੇ। ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਾਹਿਬ ਨੇ ਵੱਖਰਾ ਐਂਗਲ ਲਿਆ, ਉਹ ਕਹਿੰਦੇ ਜੀ ਮੈਂ ਨਹੀਂ ਕਹਿੰਦਾ, ਸਾਨੂੰ ਸਾਡੀਆਂ ਏਜੰਸੀਆਂ ਨੇ ਦੱਸਿਆ ਜਾਂਚ ਪੜਤਾਲ ਕਰਨ ਵਾਲੀਆਂ ਨੇ, ਕਿ ਜਦੋਂ ਦਾ ਤੁਸੀਂ ਨਸ਼ਾ ਤਸਕਰਾਂ ਦੇ ਖਿਲਾਫ ਕੰਮ ਸ਼ੁਰੂ ਕੀਤਾ, ਜਦੋਂ ਦਾ ਨਸ਼ਾ ਤਸਕਰਾਂ ਦੇ ਖਿਲਾਫ ਤੁਸੀਂ ਸ਼ਿਕੰਜਾ ਕਹਿੰਦੇ ਕੱਸਿਆ, ਜਦੋਂ ਦੇ ਅਸੀਂ ਬੰਦੇ ਫੜ ਕੇ ਅੰਦਰ ਦੇਣੇ ਸ਼ੁਰੂ ਕੀਤੇ, ਪਰਚੇ FIRਾਂ ਸ਼ੁਰੂ ਕੀਤੀਆਂ, ਉਹ ਕਹਿੰਦੇ ਉਦੋਂ ਤੋਂ ਹੀ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਪੰਜਾਬ ਦੇ ਲੋਕਾਂ ਦਾ ਧਿਆਨ ਉੱਧਰੋਂ ਹੋਰ ਪਾਸੇ ਹੋ ਜਾਵੇ, ਸਿੱਧਾ ਨਸ਼ਾ ਤਸਕਰਾਂ ਦੇ ਨਾਲ ਇਹ ਮਸਲਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜੋੜ ਦਿੱਤਾ। ਆਏ ਤਾਂ ਉੱਥੇ ਰੰਧਾਵਾ ਸਾਹਿਬ ਵੀ ਸੀ, ਚੱਟੋਪਾਧਿਆਏ ਸਾਹਿਬ ਵੀ ਆਏ, ਅਸ਼ਵਨੀ ਸ਼ਰਮਾ ਸਾਹਿਬ ਵੀ ਆਏ, ਨਵਜੋਤ ਸਿੰਘ ਸਿੱਧੂ ਵੀ ਆਏ, ਅਕਾਲੀ ਦਲ ਦੀ ਸਥਾਨਕ ਲੀਡਰਸ਼ਿਪ ਵੀ ਉੱਥੇ ਆਈ ਜ਼ਖਮੀਆਂ ਦਾ ਹਾਲ ਚਾਲ ਪੁੱਛਣ ਦੇ ਲਈ। ਪਰ ਹੁਣ ਕੀ ਲੀਡਰਾਂ ਦੇ ਬਿਆਨ ਕਿਸੇ ਨਤੀਜੇ 'ਚ ਤਬਦੀਲ ਹੋਣਗੇ? ਕਿਉਂਕਿ ਲੋਕਾਂ ਨੂੰ ਜਦੋਂ ਕਹਿੰਦੇ ਨਾ ਕਿ ਅਸੀਂ ਕਰਾਂਗੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ, ਉਦੋਂ ਲੋਕਾਂ ਨੂੰ ਮੌੜ ਮੰਡੀ ਵਾਲੇ ਕੇਸ ਦਾ ਦੁੱਧ ਜਾਂ ਪਾਣੀ ਨਜ਼ਰ ਨਹੀਂ ਆਉਂਦਾ। ਨਹੀਂ ਬਈ, ਇਹੀ ਤਾਂ ਚੱਕਰ ਆ। ਹੁਣ ਤੁਸੀਂ ਦੇਖੋ, ਇੱਥੇ ਸਿੱਧੂ ਸਾਹਿਬ ਵੀ ਗਏ ਅਤੇ ਸਿੱਧੂ ਸਾਹਿਬ ਨੇ ਐਂਗਲ ਪੱਛਮੀ ਬੰਗਾਲ ਵਾਲਾ ਜੋੜਤਾ। ਉਹ ਕਹਿੰਦੇ ਇਲੈਕਸ਼ਨਾਂ ਉਦੋਂ ਵੀ ਸੀਗੀਆਂ ਉੱਥੇ, ਅਤੇ ਉੱਥੇ ਕੀ ਕੁਛ ਹੋਇਆ ਤੁਹਾਨੂੰ ਪਤਾ ਹੀ ਹੈ, ਐਂਡ ਹੁਣ ਇੱਥੇ ਪੰਜਾਬ 'ਚ ਇਲੈਕਸ਼ਨਾਂ ਨੇ, ਉਹ ਨਾਂ ਤਾਂ ਨਹੀਂ ਕਿਹਾ ਲਿਆ ਉਹਨਾਂ ਨੇ ਕਿਸੇ ਦਾ ਵੀ ਸਿੱਧੇ, ਪਰ ਉਹ ਕਹਿੰਦੇ ਵੀ ਜੇ ਐਂਗਲ ਲਗਭਗ ਸੇਮ ਆ, ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਇਲੈਕਸ਼ਨਾਂ ਦੇ ਨੇੜੇ ਤੇੜੇ ਆ ਕੇ ਕਿਉਂ ਲਾਂਬੂ ਲਾਉਣ ਦੀ ਕੋਸ਼ਿਸ਼ ਕਰਦੇ। ਹੁਣ ਦੂਜੇ ਪਾਸੇ BJP ਵੱਲੋਂ ਵੀ ਕਿਹਾ ਗਿਆ, ਉਹ ਕਹਿੰਦੇ ਜੀ ਦੇਖੋ ਇਹਦੇ ਕਲੀਅਰ ਅੱਜ ਦੇ ਥੋੜ੍ਹਾ ਕਹਿਣ ਨੇ, ਕਦੋਂ ਦੇ ਇਹਨਾਂ ਨੂੰ ਕੇਂਦਰ ਵਾਲੇ ਪਾਸੇ ਆਉਂਦੀਆਂ ਨੇ ਗੱਲਾਂ ਵੀ ਯਾਰ ਤੁਸੀਂ ਬਚ ਜਾਓ, ਇਹ ਅਵੇਸਲੇ ਕਹਿੰਦੇ ਧਿਆਨ ਹੀ ਕੋਈ ਨਹੀਂ ਇਹਨਾਂ ਦਾ, ਹੋਣਾ ਸਾਰਾ ਕੁਛ ਇਹਨਾਂ ਦੇ ਸਾਹਮਣੇ ਹੋਣ ਡਿਆ, ਹੁਣ ਇਹਨਾਂ ਨੇ ਆਖਣਾ ਵੀ ਬੜੇ 4 ਦਿਨ ਹੀ ਲੈ ਸਾਰਾ ਕੁਝ ਮੁਸਤੈਦ ਕਰਤਾ, ਪਹਿਲਾਂ ਕਿਉਂ ਨਹੀਂ ਕੀਤਾ? ਅਗਲੇ ਤਾਂ ਕਹਿਣਗੇ। ਮੈਨੂੰ ਸੰਧਾਲੀਆ ਸਾਹਿਬ ਇੱਕ ਹੋਰ ਪੁਆਇੰਟ ਲੱਗਦਾ ਸੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕਿਹਾ ਕਿ ਅਸੀਂ ਨਸ਼ਾ ਤਸਕਰਾਂ ਦੇ ਖਿਲਾਫ ਸਿੱਧੇ ਹੋਏ ਹਾਂ ਅਤੇ ਉਹਨਾਂ ਨੇ ਆਹ ਕੁਛ ਕਰਾਇਆ। ਚੰਨੀ ਸਾਹਿਬ ਤੁਸੀਂ ਤਾਂ ਚੀਫ ਮਿਨਿਸਟਰ ਹੋ, ਤੁਹਾਡੇ ਨਾਲ ਸਿਕਿਉਰਿਟੀ ਬਹੁਤ ਹੈ, ਅਮਲਾ ਫੈਲਾ ਬੜਾ ਹੈ, ਸੁਰੱਖਿਆ ਦਾਇਰਾ ਤੁਹਾਡਾ ਬਹੁਤ ਵਿਸ਼ਾਲ ਹੈ, ਤੁਸੀਂ ਪੰਜਾਬ ਦੇ ਉਹਨਾਂ ਲੋਕਾਂ ਦੇ ਹਾਲਾਤ ਦੇਖੋ ਜਿਹੜੇ ਪਿੰਡਾਂ 'ਚ ਕਮੇਟੀਆਂ ਬਣਾ ਕੇ ਬੈਠੇ ਇਹਨਾਂ ਦੇ ਖਿਲਾਫ, ਜਿਹੜੇ ਪਿੰਡਾਂ 'ਚ ਪਹਿਰੇ ਲਾਉਂਦੇ ਆ, ਜਿਹੜੇ ਤੁਹਾਡੀ ਪੁਲਿਸ ਨੂੰ ਆਪ ਨਸ਼ਾ ਤਸਕਰਾਂ ਨੂੰ ਫੜ ਕੇ ਫੜਾਉਂਦੇ ਆ, ਉਹਨਾਂ ਕੋਲ ਤਾਂ ਕੋਈ ਸਿਕਿਉਰਿਟੀ ਵਾਲਾ ਨਹੀਂ ਹੁੰਦਾ, ਉਹ ਤਾਂ ਫਿਰ ਵੀ ਛਾਤੀ ਤਾਣ
ਜੇ ਇਦਾਂ ਹੋਣ ਲੱਗ ਪਈ ਤਾਂ ਫਿਰ ਉਹਨਾਂ ਦੀ ਸਿਕਿਉਰਿਟੀ ਕੌਣ ਕਰੂਗਾ, ਉਹਨਾਂ ਦੀ ਸੁਰੱਖਿਆ ਕੌਣ ਕਰੂਗਾ? ਸੋ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਗੱਲ ਦੁਬਾਰਾ ਉੱਭਰਨੀ ਚਾਹੀਦੀ ਹੈ ਕਿ ਜਿੰਨੇ ਕੁ ਜਿਹਨੂੰ ਸਿਕਿਉਰਿਟੀ ਵਾਲੇ ਚਾਹੀਦੇ ਉਨੇ ਕੀ ਬਹੁਤ ਨੇ, ਬਾਕੀ ਆਪਾਂ ਹੀ ਵਾਪਸ ਕਰ ਦਿਓ ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਹਿਤੈਸ਼ੀ ਹੋ। ਸਿਕਿਉਰਿਟੀ ਤਾਂ ਸਾਰੀ ਪੁਲਿਸ ਤਾਂ ਤੁਹਾਡੀਆਂ ਰੈਲੀਆਂ 'ਤੇ ਲੱਗੀ ਹੈ, ਰੋਡ ਸ਼ੋਅ 'ਤੇ ਲੱਗੀ ਹੈ, ਤੁਹਾਡੇ ਉਦਘਾਟਨਾਂ 'ਤੇ ਲੱਗੀ ਹੈ, ਭਾਵੇਂ ਸੱਤਾਧਾਰੀ ਨੇ ਭਾਵੇਂ ਵਿਰੋਧੀ ਨੇ, ਪੰਜਾਬ ਦੇ ਆਮ ਲੋਕਾਂ ਦਾ ਬਾਲੀ ਵਾਰਸ ਕੌਣ ਹੈ? ਕੋਈ ਵੀ ਨਹੀਂ। ਉਧਰਲੇ ਪਾਸੇ ਧਿਆਨ ਹੀ ਕੋਈ ਨਹੀਂ ਹੈ। ਨਹੀਂ ਨਹੀਂ ਬਿਲਕੁਲ ਨਹੀਂ ਹੈਗਾ। ਦੂਜੀ ਚੀਜ਼ ਦੇਖੋ ਵੀ ਇਹ ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਚੱਲੇ ਜੇ ਚੰਦ ਮਹੀਨੇ ਪਿੱਛੇ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ, ਉਦੋਂ ਬੜੀ ਵਾਰਾਂ ਹੋਇਆ ਨਾ ਜੀ ਫਲਾਨੇ ਥਾਂ ਤੋਂ ਟਿਫਨ ਬੰਬ ਫੜਿਆ ਗਿਆ ਜੀ, ਫਲਾਨੇ ਥਾਂ ਤੋਂ ਫਲਾਨਾ ਬੰਬ ਫੜਿਆ ਗਿਆ ਜੀ। ਜੇ ਉਹ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਚਲੇ ਜਾਓ ਤਾਂ ਮੈਨੂੰ ਲੱਗਦਾ ਵੀ ਸਾਲ ਡੇਢ ਕੁ ਸਾਲ ਹੋਇਆ ਸੀ ਜੇ ਸਰਕਾਰ ਬਣੀ ਨੂੰ, ਜਦੋਂ ਅੰਮ੍ਰਿਤਸਰ ਵਾਲਾ ਉਹ ਨਿਰੰਕਾਰੀ ਭਵਨ ਵਾਲਾ ਬੰਬ ਬਲਾਸਟ ਹੁੰਦਾ, ਉਹਦੇ ਤੋਂ ਬਾਅਦ ਵੀ ਅਤੇ ਲੈ ਕੇ ਅਤੇ ਵਿੱਚ ਵਿੱਚ ਜੇ ਖਬਰਾਂ ਆਉਣ ਤੋਂ ਬਾਅਦ ਵੀ ਜੇ ਕੋਈ ਬਹੁਤ ਵੱਡੀ ਸਿਕਿਉਰਿਟੀ ਦੀ ਗੱਲ ਆਪਾਂ ਕਿਤੇ ਕੋਈ ਸੁਣੀ ਗਿਣੀ ਹੋਵੇ ਤਾਂ ਮੇਰੇ ਧਿਆਨ 'ਚ ਨਹੀਂ ਆਉਂਦੀ। ਬਾਕੀ ਕੋਈ ਇਹ ਆਖੇ ਵੀ ਇਹ ਸਾਰਾ ਕੁਝ ਗੁਪਤ ਹੁੰਦਾ, ਅਸੀਂ ਕਿਤੇ ਮੀਡੀਆ ਥੋੜ੍ਹਾ ਦੱਸਦੇ ਹੋਏ ਵੀ ਠੀਕ ਹੈ ਸਾਨੂੰ ਨਾ ਦੱਸੋ ਵੀਰ, ਅਸੀਂ ਤਾਂ ਪੁੱਛਦੇ ਵੀ ਨਹੀਂ, ਪਰ ਇਹ ਆ ਵੀ ਜੇ ਮੁਸਤੈਦੀ ਹੋਵੇ ਤਾਂ ਫਿਰ ਘੱਟੋ ਘੱਟ ਐਡਾ ਅਦਾਲਤ ਦੀ ਦੂਜੀ ਮੰਜ਼ਿਲ ਦੇ ਅੰਦਰ ਜਾ ਕੇ ਬੰਦਾ ਇਹੋ ਜਿਹਾ ਕੁਛ ਕਰਨ ਲੱਗਿਆ ਤਾਂ ਸੋਚੂਗੇ ਨਾ, 100 ਵਾਰੀ ਸੋਚੂਗਾ ਜੀ। ਅਤੇ ਸੰਧਾਲ ਇਹ ਸਭ ਇੱਕ ਐਂਗਲ ਆਪਾਂ ਮਿਸ ਕਰ ਚੱਲੇ ਸੀ ਇਹਦੇ ਵਿੱਚੋਂ, ਉਹ ਕੇਂਦਰ ਸਰਕਾਰ ਦੁਆਰਾ ਰਿਪੋਰਟ ਮੰਗਣ ਦਾ ਕਿ ਭਾਈ ਲੁਧਿਆਣੇ ਦੇ ਵਿੱਚ ਕਚਹਿਰੀਆਂ 'ਚ ਬੰਬ ਫਟਿਆ ਜੀ, ਸਾਨੂੰ ਰਿਪੋਰਟ ਦਿਓ ਕਿ ਪੰਜਾਬ ਦੀ ਅਮਨ ਅਤੇ ਕਾਨੂੰਨ ਦੀ ਸਥਿਤੀ ਕਿੱਦਾਂ ਦੀ ਹੈ। ਚੰਨੀ ਸਾਹਿਬ ਮੁੱਖ ਮੰਤਰੀ ਸਾਹਿਬ ਉਸੇ ਵੇਲੇ ਰਾਜਪਾਲ ਸਾਹਿਬ ਨੂੰ ਮਿਲਣ ਵੀ ਗਏ, ਕੇਂਦਰ ਸਰਕਾਰ ਦੇ ਜਿਹੜੇ ਗ੍ਰਹਿ ਸਕੱਤਰ ਨੇ ਉਹਨਾਂ ਨੇ ਪੰਜਾਬ ਦੇ ਅਧਿਕਾਰੀਆਂ ਨਾਲ ਗੱਲ ਕੀਤੀ, ਮੁੜ ਕੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਦੇ ਨਾਲ ਵੀ ਉਹਨਾਂ ਨੇ ਗੁਫ਼ਤਗੂ ਕੀਤੀ ਕਿ ਆਹ ਸਥਿਤੀ ਹੈ, ਇਦਾਂ ਦੇ ਹਾਲਾਤ ਨੇ। ਪੰਜਾਬ ਵਾਲੇ ਆਪਣਾ ਪੱਖ ਦੱਸਦੇ ਫਿਰਦੇ ਆ, ਪਰ ਕੇਂਦਰ ਸਰਕਾਰ ਦੁਆਰਾ ਪੰਜਾਬ ਦੀ ਅਮਨ ਅਤੇ ਕਾਨੂੰਨ ਦੀ ਸਥਿਤੀ ਦੀ ਰਿਪੋਰਟ ਦਾ ਮੰਗਣਾ, ਇਹ ਦੱਸਦਾ ਕਿ ਭਾਈ ਕਿਤੇ ਨਾ ਕਿਤੇ ਚਿੰਤਾ ਉਹਨਾਂ ਨੂੰ ਵੀ ਹੈ ਜਿਵੇਂ ਦੀ ਮਰਜ਼ੀ ਹੋਵੇ। ਅਤੇ ਜੇ ਕੇਂਦਰ ਸਰਕਾਰ ਪਹਿਲਾਂ ਭਾਜਪਾ ਵਾਲੇ ਜਾਂਦੇ ਸੀ ਕਿ ਜੀ ਪੁਲਿਸ ਰਲੀਓ ਆ, ਇਹ ਕਿਸਾਨਾਂ ਦੇ ਨਾਲ ਰਲ ਕੇ ਜਾਂ ਕੁਝ ਕਿਸਾਨ ਵਿਰੋਧੀ ਤੱਤਾਂ ਨਾਲ ਜਿਹੜਾ ਮਰਜ਼ੀ ਸ਼ਬਦ ਵਰਤਦੇ ਸੀ, ਸਾਡੇ ਸਮਾਗਮ ਨਹੀਂ ਹੋਣ ਦਿੰਦੇ, ਉਹਦੇ ਤੋਂ ਬਾਅਦ ਕੈਪਟਨ ਸਾਹਿਬ ਜਾ ਕੇ ਖੁਦ ਦੱਸ ਕੇ ਆਏ ਸੀ ਟਿਫਨ ਬੰਬ ਦਾ ਰੌਲਾ ਜਾਂ ਪੰਜਾਬ ਦੇ ਵਿੱਚ ਡਰੋਨ ਨਾਲ ਸੌਦਾ ਹੁੰਦਾ ਹੈ, ਹੁਣ ਬੰਬ ਚੱਲਦਾ ਹੀ, ਉਹਦੀ ਰਿਪੋਰਟ ਮੰਗੀ ਜਾਂਦੀ ਹੈ। ਇਹ ਗੱਲਾਂ ਡਰਨ ਵਾਲੀਆਂ ਨਹੀਂ ਹੈ, ਚਿੰਤਾ ਕਰਨ ਵਾਲੀਆਂ ਜ਼ਰੂਰ ਹੈਗੀਆਂ ਕਿ ਕਹਾਣੀ ਕਿੱਧਰਲੇ ਪਾਸੇ ਨੂੰ ਜਾ ਰਹੀ ਹੈ। ਨਹੀਂ ਬਿਲਕੁਲ ਠੀਕ ਆ, ਇਹ ਤਾਂ ਹੁਣ ਮੇਰਾ ਖਿਆਲ ਜਦੋਂ 2-4 ਦਿਨ ਹੋਣਗੇ ਉਸ ਤੋਂ ਬਾਅਦ ਇਹ ਕੁਛ ਨਾ ਕੁਛ ਕਲੀਅਰ ਹੋਊਗਾ। ਪਰ ਇਹਦੇ ਨਾਲ ਹੀ ਜਿਹੜੇ ਆਪਾਂ ਬੇਦਬੀ ਕਾਂਡ ਵਾਲੀ ਗੱਲ ਨੂੰ ਵੀ ਜੋੜ ਲਈ, ਕਿਉਂਕਿ ਲੋਕ ਜੋੜ ਰਹੇ ਨੇ ਉਸ ਤਰ੍ਹਾਂ ਵੀ ਯਾਰ ਇਹ ਸਾਰਾ ਕੁਛ ਇਸ ਤਰ੍ਹਾਂ ਹੋਇਆ। ਹੁਣ ਉਹ ਜਿਹੜਾ ਮੁੰਡਾ ਦਰਬਾਰ ਸਾਹਿਬ ਇਹ ਸਾਰਾ ਕੁਛ ਕਰਨ ਦਾ ਯਤਨ ਕੀਤਾ ਅੱਜ ਨੇ, ਹੁਣ ਜੋ ਪੁਲਿਸ ਕਹਿੰਦੀ ਆ ਉਹ ਕਹਿੰਦੇ ਵੀ ਉਹ ਤਾਂ 2-3 ਦਿਨ ਹੋ ਗਏ ਉੱਥੇ ਆਏ ਨੂੰ, ਵੀ ਉਹ 15 ਤਰੀਕ ਤੋਂ ਲੈ ਕੇ 18 ਤੱਕ ਉੱਥੇ ਹੀ ਰਿਹਾ, ਐਂਡ ਉਹ ਇੱਕ ਵਾਰ ਨਹੀਂ ਉਹ ਤਾਂ ਵਾਰ ਵਾਰ ਜਾਂਦਾ ਸੀ ਗੁਰਦੁਆਰਾ ਸਾਹਿਬ। ਜਿੱਦਾਂ ਉਹ ਇੱਕ ਦਿਨ ਪਹਿਲਾਂ ਦੀ ਗੱਲ ਕਰਦੇ ਉਹਨੂੰ ਤਾਂ ਸ਼ਾਇਦ 7-8 ਵਾਰ ਉਹ ਮੱਥਾ ਟੇਕਣ ਗਿਆ, ਅਤੇ ਜਿੱਦਣ ਇਹ ਬੇਅਦਬੀ ਦੀ ਗੱਲ ਘਟਨਾ ਵਾਪਰਦੀ ਉਸ ਦਿਨ ਵੀ 3-4 ਵਾਰ ਜਾ ਵੜਿਆ ਸੀ। ਇਹਦਾ ਮਤਲਬ ਇਹ ਹੋ ਗਿਆ ਵੀ ਜੇ ਉਸ ਘਟਨਾ ਨੂੰ ਅੰਜਾਮ ਦੇਣ ਲਈ ਬੰਦਾ 2-3 ਦਿਨ ਪਹਿਲਾਂ ਉੱਥੇ ਹੋ ਸਕਦਾ, ਅਤੇ ਇਸ ਨੂੰ ਵੀ ਇਸ ਘਟਨਾ ਨੂੰ ਇੱਦਾਂ ਸੋਚ ਲੈਣਾ ਚਾਹੀਦਾ ਵੀ ਇਹ ਨਹੀਂ ਵੀ ਬੰਦਾ ਅੱਜ ਸਵੇਰੇ ਹੀ ਬੱਸੋਂ ਉੱਤਰ ਕੇ ਅਤੇ ਝੋਲਾ ਪਾ ਕੇ ਸਿੱਧਾ ਬਾਥਰੂਮ 'ਚ ਜਾ ਵੜਿਆ ਸੀ। ਮੇਰੇ ਖਿਆਲ ਨਾਲ ਇਹ ਵੀ ਜ਼ਰੂਰ ਵਿਚਾਰਨਾ ਚਾਹੀਦਾ, ਐਂਡ ਜੇ ਉਹ ਘਟਨਾ ਉਸ ਤੋਂ ਬਾਅਦ ਇਹ ਘਟਨਾ ਹੁੰਦੀ ਆ, ਅਤੇ ਗਾਂਹ ਹੋਰ ਪਤਾ ਨਹੀਂ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਕਿਸੇ ਨੇ ਕਿੱਦਾਂ ਸੈੱਟ ਕੀਤੀ ਹੋਣੀ ਵੀ ਤੂੰ ਇੱਥੇ ਗੇੜਾ ਮਾਰਨਾ ਏ, ਓਕੇ ਫਲਾਨੇ ਥਾਂ ਆਪਣਾ ਮਿਸ ਹੋ ਗਿਆ, ਇੱਥੇ ਥੋੜ੍ਹਾ ਜਿਹਾ ਖਿਆਲ ਰੱਖੀਂ। ਮੇਰੇ ਖਿਆਲ ਨਾਲ ਇਹ ਸਿਚੁਏਸ਼ਨ ਆਪਾਂ ਨਹੀਂ ਕਿਤੇ ਕੋਈ ਡਰਨ ਵਾਲੀ ਜਾਂ ਡਰਾਉਣ ਵਾਲੀ ਆ, ਪਰ ਸਤਰਕ ਰਹਿਣ ਵਾਲੀ ਜ਼ਰੂਰ ਹੈਗੀ। ਨਹੀਂ ਇਹ ਗੱਲ ਤੁਹਾਡੀ ਸੰਧਾਲੀ ਸਾਹਿਬ ਬਿਲਕੁਲ ਠੀਕ ਹੈ। ਬਾਕੀ ਨਾ ਬਹੁਤ ਸਾਰੇ ਸੁਨੇਹੇ ਆਪਾਂ ਨੂੰ ਵਾਰ ਵਾਰ ਆਉਂਦੇ, ਆਪਾਂ ਥੋੜ੍ਹੀ ਜਿਹੀ ਕਰੋਨਾ ਦੀ ਗੱਲ ਕਰ ਲਈਏ, ਕਿਉਂਕਿ 2 ਖਤਰੇ ਨੇ। ਮੈਂ ਫਿਰ ਕਹਿੰਦਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਸਾਰੇ ਸੱਜਣ ਇਹ ਲੱਗੇ ਉਹ ਤਾਂ ਹੈਗੇ ਆ, ਕੈਂਡੀਡੇਟ ਅਨਾਊਂਸ ਕਰ ਦਿਓ, ਆਹ ਕਰ ਦਿਓ, ਉਹ ਕਰ ਦਿਓ, ਕੇਜਰੀਵਾਲ ਸਾਹਿਬ ਨੇ ਵੀ ਆਉਣਾ ਹੀ, ਆਪਾਂ ਅੱਗੇ ਜਾ ਗੱਲ ਕਰਦੇ ਹਾਂ। ਪਰ ਇਹਦੇ ਵਿੱਚ ਆ ਕੇ 2 ਮਸਲੇ ਫਸ ਗਏ। ਇੱਕ ਤਾਂ ਪੰਜਾਬ 'ਚ ਆ ਜਿਹੜੀਆਂ ਘਟਨਾਵਾਂ ਘਟਦੀਆਂ, ਕਈ ਲੋਕਾਂ ਦੇ ਮਨ 'ਚ ਆ ਯਾਰ ਜੇ ਵੋਟਾਂ ਨੂੰ ਲੈ ਕੇ ਹੋਣਗੀਆਂ ਵੀ ਪੈਣਗੀਆਂ ਵੀ ਕਹਾਣੀ ਕਿੱਧਰ ਨੂੰ ਜਾਊ। ਦੂਸਰੇ ਪਾਸੇ ਆ ਗਿਆ ਕਰੋਨਾ, ਓਮੀਕਰੋਨ। ਹੁਣ ਉਹਦੇ ਬਾਬਤ ਤੁਸੀਂ ਦੇਖੋ ਕਿ ਅਸੀਂ ਨਹੀਂ ਕਹਿੰਦੇ ਕਿ ਭਾਈ ਤੁਸੀਂ ਡਰਨਾ ਹੀ, ਬਿਲਕੁਲ ਡਰਨ ਦੀ ਲੋੜ ਨਹੀਂ। ਪਰ ਜਿਸ ਤਰੀਕੇ ਦਿੱਲੀ ਦੀ ਸਰਕਾਰ ਨੇ ਕ੍ਰਿਸਮਸ ਦੀਆਂ ਨਵੇਂ ਸਾਲ ਦੀਆਂ ਪਾਰਟੀਆਂ 'ਤੇ ਪਾਬੰਦੀ ਲਾਤੀ ਕਿ ਗੈਦਰਿੰਗ ਨਹੀਂ ਹੋ ਸਕਦੀ, ਜਿਸ ਤਰੀਕੇ ਕੇਂਦਰ ਸਰਕਾਰ ਨੇ ਕਹਿਤਾ ਸੂਬਾ ਸਰਕਾਰਾਂ ਨੂੰ ਕਿ ਭਾਈ ਕੇਸ ਵੱਧ ਰਹੇ ਆ, ਜੇ ਰਾਤ ਦਾ ਕਰਫਿਊ ਵੀ ਲਾਉਣਾ ਪੈਂਦਾ ਨਾਈਟ ਕਰਫਿਊ ਲਾ ਦਿਓ, ਅਤੇ ਮੱਧ ਪ੍ਰਦੇਸ਼ ਵਾਲਿਆਂ ਨੇ ਰਾਤ ਦਾ ਕਰਫਿਊ ਲਾ ਦਿੱਤਾ, 11 ਵਜੇ ਤੋਂ ਲੈ ਕੇ 5 ਵਜੇ ਤੱਕ ਕੋਈ ਬੰਦਾ ਐਵੇਂ ਘੁੰਮ ਨਹੀਂ ਸਕਦਾ। ਇਹ ਦੁਬਾਰਾ ਪੁਰਾਣਾ ਸਮਾਂ ਆਉਣ ਲੱਗਿਆ ਲੱਗਦਾ, ਡਰਨ ਦੀ ਲੋੜ ਨਹੀਂ, ਪਰ ਇਹ ਸੱਚਾਈ ਹੈ। ਇਹਦੇ ਤੋਂ ਇਲਾਵਾ ਜੇ ਆਪਾਂ ਅੱਗੇ ਦੇਖੀਏ, ਤੇਲੰਗਾਨਾ ਦੇ ਇੱਕ ਪਿੰਡ ਦੇ ਵਿੱਚ ਲੋਕਡਾਊਨ ਨਹੀਂ ਲਾ ਦਿੱਤਾ, ਇਸੇ ਤਰੀਕੇ ਲਖਨਊ ਅਤੇ 1-2 ਹੋਰ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਧਾਰਾ 144 ਲਾ ਦਿੱਤੀ ਕਿ ਭਾਈ ਬਹੁਤੇ ਲੋਕ ਆਪਾਂ ਇਕੱਠੇ ਨਹੀਂ ਹੋਣ ਦੇਣੇ। ਇਸੇ ਤਰੀਕੇ ਸਿਨੇਮਾ ਹਾਲ ਹੈ ਜਾਂ ਬਾਕੀ ਚੀਜ਼ਾਂ, ਉਹਦੀ ਕਪੈਸਿਟੀ ਘਟਾ ਕੇ ਅੱਧੀ ਕਰ ਦਿੱਤੀ। ਸੰਧਾਲੀਆ ਸਾਹਿਬ ਇਕੱਲੇ
ਜਨਵਰੀ 'ਚ ਆਉਣਾ, ਫਰਵਰੀ 'ਚ ਆਉਣਾ, ਟਿਕਟ ਕਰਾਈ ਹੋਈ ਹੈ ਇੰਡੀਆ ਤੋਂ ਕੈਨੇਡਾ ਆਉਣਾ, ਕੀ ਉਹ ਫਲਾਈਟਾਂ ਬੰਦ ਹੋ ਜਾਣਗੀਆਂ ਕੀ, ਕਿਉਂਕਿ ਲੋਕ ਡਰੇ ਹੋਏ ਨੇ। ਹੁਣ ਸੰਧਾਲੀਆ ਸਾਹਿਬ ਅਸੀਂ ਕੁਛ ਨਹੀਂ ਕਹਿ ਸਕਦੇ, ਅੱਜ ਫਲਾਈਟਾਂ ਚੱਲਦੀਆਂ, ਅਜੇ ਸੰਕੇਤ ਕੋਈ ਨਹੀਂ ਕਿ ਇੰਟਰਨੈਸ਼ਨਲ ਆਵਾਜਾਈ ਬੰਦ ਹੋ ਜੂ, ਪਰ ਪਤਾ ਵੀ ਕੋਈ ਨਹੀਂ ਹੁੰਦਾ, ਸਰਕਾਰਾਂ ਵੀ ਡਰੀਆਂ। ਹੁਣ ਜਿੱਥੇ ਆਪਾਂ ਬੈਠੇ ਹਾਂ, ਸਭ ਕਾਸੇ ਦੀ ਪਾਬੰਦੀ ਲਾਤੀ ਕਿ ਤੁਸੀਂ ਘਰ ਦੇ ਵਿੱਚ 10 ਤੋਂ ਵੱਧ ਮਹਿਮਾਨ ਨਹੀਂ ਸੱਦ ਸਕਦੇ। ਜਿਹੜੇ ਮਹਿਮਾਨ ਆ ਵੀ ਸਕਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹਨਾਂ ਫੁੱਲੀ ਵੈਕਸੀਨੇਟ ਹੋਣੇ ਚਾਹੀਦੇ ਆ। ਕੋਈ ਵਿਆਹ ਦੇ ਉੱਤੇ ਇਕੱਠ ਨਹੀਂ ਕਰ ਸਕਦੇ, ਜਨਮਦਿਨ 'ਤੇ ਇਕੱਠ ਨਹੀਂ ਕਰ ਸਕਦੇ, ਨਵੇਂ ਸਾਲ ਦੀ ਪਾਰਟੀ 'ਤੇ ਇਕੱਠ ਨਹੀਂ ਕਰ ਸਕਦੇ। ਜਿੰਨੇ ਖੇਡਾਂ ਦੇ ਈਵੈਂਟ ਨੇ ਸਾਰੇ ਮੁਲਤਵੀ ਕਰ ਦਿੱਤੇ ਕਿ ਭਾਈ ਕੁਛ ਨਹੀਂ ਇੱਦਾਂ ਦਾ ਕਰਨਾ। ਇਹਦਾ ਮਤਲਬ ਕੀ ਹੋਇਆ ਕਿ ਸਾਨੂੰ ਥੋੜ੍ਹਾ ਜਿਹਾ ਮੁਸਤੈਦ ਰਹਿਣਾ ਪਊਗਾ, ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਵਾਪਰ ਸਕਦੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਵੀ ਇੱਕ ਮੀਟਿੰਗ ਕੀਤੀ ਹੈ, ਉਹਨਾਂ ਨੇ ਕਿਹਾ ਜੀ ਹਸਪਤਾਲਾਂ ਦੇ ਵਿੱਚ ਦਵਾਈਆਂ ਰੱਖੋ, ਆਕਸੀਜਨ ਦਾ ਪ੍ਰਬੰਧ ਕਰਕੇ ਰੱਖਿਓ, ਵੈਕਸੀਨੇਸ਼ਨ ਦੀ ਪ੍ਰਕਿਰਿਆ ਤੇਜ਼ ਕਰੋ, ਸੂਬਾ ਸਰਕਾਰਾਂ ਨੂੰ ਅਸੀਂ ਪੂਰਾ ਸਹਿਯੋਗ ਦੇਵਾਂਗੇ। ਸੋ ਓਮੀਕਰੋਨ ਦੇ ਕਰਕੇ ਕਿਤੇ ਨਾ ਕਿਤੇ ਮੁਸ਼ਕਲ ਆ ਸਕਦੀ ਹੈ, ਬੇਲੋੜੀ ਯਾਤਰਾ ਤੋਂ ਗੁਰੇਜ਼ ਜ਼ਰੂਰ ਕਰਨਾ ਚਾਹੀਦਾ। ਨਹੀਂ ਨਹੀਂ, ਬੜਾ ਜ਼ਰੂਰੀ ਹੈ, ਕਿਉਂਕਿ ਕਾਰਨ ਇਹ ਆ ਨਾ, ਆਪਾਂ ਨੂੰ ਹੁਣ ਨਾ ਭੁੱਲ ਗਿਆ ਚੇਤਾ। ਦੂਜੀ ਗੱਲ ਇਹ ਵੀ ਜਿਹੜੀ ਕਈ ਵਾਰ ਚਰਚਾ ਚੱਲ ਪਈ, ਲੈ ਅਸੀਂ 2 ਟੀਕੇ ਲਵਾਏ ਆ, ਐਡੀ ਕਿਹੜੀ ਗੱਲ ਆ ਵੀ ਟੀਕੇ ਲਵਾਏ ਆ, ਤਾਂ ਆਪਾਂ ਇਹ ਜ਼ਰੂਰ ਦੱਸ ਦਈਏ ਵੀ ਹੋ ਸਕਦਾ ਅਜੇ, ਜੇ ਆਪਾਂ ਭਾਰਤ ਦੇ ਹਿਸਾਬ ਨਾਲ ਗੱਲ ਕਰੀਏ ਵੀ ਉੱਥੇ ਤਾਂ ਜੇ ਹੋ ਸਕਦਾ, ਜੇ ਆਪਾਂ ਕੱਲ੍ਹ ਹੀ ਗੱਲ ਕਰਦੇ ਸੀ ਵੀ ਮੁੱਖ ਮੰਤਰੀ ਸਾਹਿਬ ਨੂੰ ਤਾਂ ਇਹ ਨੋਟਿਸ ਕੱਢਣਾ ਪੈਂਦਾ ਵੀ ਮੁਲਾਜ਼ਮ ਨੂੰ ਤਨਖਾਹ ਨਹੀਂ ਦੇਣੀ ਜਿਹਨੇ ਟੀਕੇ ਨਾਲ ਲਵਾਇਆ ਬਈ ਹੋਈ, ਅਤੇ ਜੇ ਟੀਕੇ ਅਜੇ ਪਹਿਲਾ ਜਾਂ ਦੂਜਾ ਹੀ ਨਹੀਂ ਪੂਰਾ ਹੋਇਆ, ਤਾਂ ਇੱਧਰ ਬਾਹਰਲੇ ਮੁਲਕਾਂ 'ਚ ਤਾਂ ਬੂਸਟਰ ਡੋਜ਼ ਦੀਆਂ ਗੱਲਾਂ ਚੱਲਣ ਲੱਗ ਪਈਆਂ। ਬਹੁਤ ਸਾਰੇ ਦੇਸ਼ ਨੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਬੂਸਟਰ ਡੋਜ਼ ਜ਼ਿਆਦਾ ਲੱਗ ਰਹੀ ਜਾਂ ਜਿਨ੍ਹਾਂ ਨੇ ਲਵਾ ਲਈ ਜਾਂ ਕਈ ਲੋਕ ਲਵਾਉਣ ਨੂੰ ਤਿਆਰ ਨੇ। ਹੁਣ ਉਹ ਸਿਚੁਏਸ਼ਨ ਦੇ ਵਿੱਚ ਇਹ ਬੰਦਾ ਅਜੇ ਵੀ ਉਹ ਕੁਛ ਨਹੀਂ ਹੁੰਦਾ ਕਿਹੜਾ ਕਰੋਨਾ, ਮੈਨੂੰ ਇਹ ਆ ਵੀ ਇਹ ਕੁਛ ਨਹੀਂ ਹੁੰਦਾ ਕਿਹੜਾ ਕਰੋਨਾ, ਜੇ ਕੱਲ੍ਹ ਨੂੰ ਰੱਬ ਨਾ ਕਰੇ ਕੋਈ ਫਿਰ ਭਾਵੇਂ, ਕਿਉਂਕਿ ਮਹੀਨਾ ਡੂਢ ਮਹੀਨਾ ਉਹ ਵੇਵ ਜੀ ਇੱਕ ਤਰ੍ਹਾਂ ਵੱਧ ਹੀ ਹੁੰਦੀ ਹੈ, ਉਹਨੇ ਜੇ ਕੰਨਾਂ ਨੂੰ ਹੱਥ ਲਾ ਜਾਂਦੇ, ਇਸ ਕਰਕੇ ਬਚਣ ਦੀ ਲੋੜ ਹੈ। ਨਹੀਂ ਲੋੜ ਹੈ ਜੀ, ਇੱਥੇ ਮੈਨੂੰ ਇੱਕ ਯਾਦ ਆ ਗਿਆ, ਇਲਾਹਾਬਾਦ ਹਾਈ ਕੋਰਟ ਨੇ ਨਾ ਇੱਕ ਸਿੱਧਾ ਪ੍ਰਧਾਨ ਮੰਤਰੀ ਸਾਹਿਬ ਅਤੇ ਇਲੈਕਸ਼ਨ ਕਮਿਸ਼ਨ ਨੂੰ ਆਖਿਆ ਹੈਗਾ ਕਰੋਨਾ ਦੇ ਨਾਲ ਹੀ ਸੰਬੰਧ ਰੱਖਦਾ। ਇਲਾਹਾਬਾਦ ਹਾਈ ਕੋਰਟ ਨੇ ਕਹਿਤਾ, ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਵੋਟਾਂ ਅੱਗੇ ਪਾ ਦਿਓ। ਉਹਨਾਂ ਨੇ ਵੈਸੇ ਯੂਪੀ ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਹੈ ਕਿ ਕਿਉਂਕਿ ਯੂਪੀ ਦੀਆਂ ਪੰਜਾਬ ਦੇ ਨਾਲ ਹੀ ਹੋਣੀਆਂ, ਜੇ ਕੋਵਿਡ ਦਾ ਸਹਾਰਾ ਲੈ ਕੇ ਇੱਕ ਵੋਟਾਂ ਅੱਗੇ ਪੈਣਗੀਆਂ ਤਾਂ ਦੂਜੀਆਂ ਵੀ ਪੈਣਗੀਆਂ। ਅਸੀਂ ਨਹੀਂ ਕਹਿੰਦੇ ਵੋਟਾਂ ਨਹੀਂ ਹੋਣੀਆਂ, ਇਹ ਨਾ ਹੋਵੇ ਉਮੀਦਵਾਰ ਕਹਿਣ ਯਾਰ ਪੈਸੇ ਲੱਗੀ ਜਾਂਦੇ ਆ, ਜ਼ੋਰ ਲੱਗੀ ਜਾਂਦਾ। ਇਲਾਹਾਬਾਦ ਹਾਈ ਕੋਰਟ ਤੋਂ ਮਾਣਯੋਗ ਜਸਟਿਸ ਸਾਹਿਬ ਨੇ ਕਿਹਾ, ਉਹ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਜੀ, ਇਲੈਕਸ਼ਨ ਕਮਿਸ਼ਨ ਵਾਲਿਓ, ਆਪਾਂ ਨੂੰ ਪਤਾ ਹੈ ਕਿ ਜਦੋਂ ਪੱਛਮੀ ਬੰਗਾਲ 'ਚ ਵੋਟਾਂ ਪਈਆਂ ਸੀ, ਉਹਦੇ ਤੋਂ ਪਹਿਲਾਂ ਇੱਧਰ ਪੰਚਾਇਤਾਂ ਦੀਆਂ ਵੋਟਾਂ ਪਈਆਂ ਸੀ ਸਾਡੇ ਯੂਪੀ 'ਚ, ਉਦੋਂ ਕਰੋਨਾ ਕਿੰਨਾ ਜ਼ਿਆਦਾ ਵੱਧ ਗਿਆ ਸੀ। ਇਸ ਕਰਕੇ 2-4 ਮਹੀਨੇ ਜੇ ਵੋਟਾਂ ਅੱਗੇ ਪਾਉਣੀਆਂ ਪੈਣ ਤਾਂ ਪਾ ਦਿਓ, ਕਿਉਂਕਿ ਜਾਨ ਹੈ ਪ੍ਰਧਾਨ ਮੰਤਰੀ ਸਾਹਿਬ ਤਾਂ ਜਹਾਨ ਹੈ, ਇਹ ਜਿਹੜੇ ਇਲਾਹਾਬਾਦ ਹਾਈ ਕੋਰਟ ਨੇ ਕਿਹਾ। ਦੂਸਰਾ, ਉਹ ਕਹਿੰਦੇ ਤੁਹਾਡੇ ਸਾਹਮਣੇ ਰੈਲੀਆਂ ਹੋਈ ਜਾਂਦੀਆਂ, ਰੋਡ ਸ਼ੋਅ ਹੋਈ ਜਾਂਦੇ ਆ, ਲੋਕ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਇਕੱਠੇ ਹੋਈ ਜਾਂਦੇ ਆ, ਇੱਕ ਪਾਸੇ ਕੋਵਿਡ ਦੀ ਨਵੀਂ ਕਿਸਮ ਨੇ ਜਿਹੜਾ ਮਾਰੋ ਮਾਰ ਸ਼ੁਰੂ ਕੀਤੀ ਹੈ, ਅਤੇ ਜੇ ਤੁਸੀਂ ਇਹਨਾਂ ਰੈਲੀਆਂ ਦੇ ਉੱਤੇ ਰੋਡ ਸ਼ੋਅ ਦੇ ਉੱਤੇ ਰੋਕ ਨਾ ਲਾਈ, ਜੇ ਸਿਆਸੀ ਪਾਰਟੀਆਂ ਨੂੰ ਨਾ ਕਿਹਾ ਕਿ ਭਾਈ ਤੁਸੀਂ ਟੀਵੀ 'ਚ ਇਸ਼ਤਿਹਾਰ ਦੇ ਕੇ, ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਪ੍ਰਚਾਰ ਕਰ ਲਓ, ਜੇ ਤੁਸੀਂ ਨਾ ਕਿਹਾ ਤਾਂ ਹਾਲਾਤ ਖਰਾਬ ਹੋ ਸਕਦੇ ਆ। ਉਹਨਾਂ ਨੇ ਇੱਕ ਗੱਲ ਹੋਰ ਆਖੀ, ਉਹ ਕਹਿੰਦੇ ਜੀ ਅਸੀਂ ਅਦਾਲਤਾਂ 'ਚ ਕੰਮ ਕਰਦੇ ਹਾਂ, ਸਾਡੇ ਕੋਲ 400-400 ਕੇਸ ਆ, ਰੋਜ਼ ਦਰਜਣਾ ਕੇਸ ਲੈਣੇ ਹੁੰਦੇ ਆ, ਅਤੇ ਅਦਾਲਤ ਦੇ ਕਮਰੇ ਦੇ ਅੰਦਰ ਵੀ ਸੋਸ਼ਲ ਡਿਸਟੈਂਸ ਕੋਈ ਨਹੀਂ, ਕਹਿੰਦੇ ਸਾਰੇ ਜਣੇ ਮੋਢੇ ਨਾਲ ਮੋਢੇ ਜੋੜ ਕੇ ਖੜ੍ਹੇ, ਅਸੀਂ ਵੀ ਖਤਰੇ 'ਚ ਹੀ ਹਾਂ। ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਅਤੇ ਇਲੈਕਸ਼ਨ ਕਮਿਸ਼ਨ ਵਾਲਿਓ, ਥੋੜ੍ਹਾ ਜਿਹਾ ਧਿਆਨ ਦਿਓ, ਵੋਟਾਂ ਅੱਗੇ ਪਾ ਦਿਓ, ਜੇ ਇੱਦਾਂ ਹੀ ਭੀੜਾਂ ਚੱਲਦੀਆਂ ਰਹੀਆਂ ਨੁਕਸਾਨ ਹੋ ਜੂ। ਜੇ ਇਹ ਗੱਲ ਕਿਸੇ ਸਿਆਸੀ ਪਾਰਟੀ ਨੇ ਆਖੀ ਹੁੰਦੀ, ਕਿਸੇ ਡਾਕਟਰ ਨੇ ਆਖੀ ਹੁੰਦੀ, ਕਿਸੇ ਨੂੰ ਕੋਈ ਪ੍ਰਭਾਵ ਪ੍ਰਭੂ ਨਹੀਂ ਕਰਨੀ, ਪਰ ਕਿਉਂਕਿ ਹੁਣ ਦੇਸ਼ ਦੇ ਇੱਕ ਸੂਬੇ ਦੀ ਹਾਈ ਕੋਰਟ ਦੇ ਜਸਟਿਸ ਸਾਹਿਬ ਨੇ ਆਖੀ ਹੈ, ਹੋ ਸਕਦਾ ਭੜਕ ਨੂੰ ਕਿਤੇ ਐਤਕੀ ਪ੍ਰਚਾਰ ਸੁੱਕਾ ਹੀ ਨਾ ਕਰਨਾ ਪਵੇ। ਨਹੀਂ ਨਹੀਂ, ਸੁੱਕਾ ਵੀ, ਬਾਕੀ ਕੋਈ ਕਿਸ ਵੇਲੇ ਬੰਦਾ ਸੋਚ ਲੈਂਦਾ ਇੱਦਾਂ ਕਿੱਦਾਂ ਹੋ ਜੂ, ਤਾਂ ਆਪਾਂ ਇਹ ਕਹੇ ਵੀ ਸੰਵਿਧਾਨਕ ਤੌਰ 'ਤੇ 6 ਮਹੀਨਿਆਂ ਦੀ ਛੋਟ ਹੁੰਦੀ ਹੈ। ਹੁਣ ਜੇ 6 ਮਹੀਨਿਆਂ ਦੀ ਛੋਟ ਸੰਵਿਧਾਨ ਦੇ ਹਿਸਾਬ ਨਾਲ ਵੀ ਮਿਲਦੀ, ਤਾਂ 6 ਮਹੀਨੇ ਤਾਂ ਬਹੁਤ ਹੁੰਦੇ ਆ ਖੇਡਣ ਲਈ। ਅਤੇ ਜੇ ਮੰਨ ਲਓ ਐਡਾ ਵਧੀਆ ਬਹਾਨਾ ਮਿਲ ਜਾਵੇ ਵੀ ਯਾਰ ਮਾਣਯੋਗ ਅਦਾਲਤ ਨੇ ਕਿਹਾ, ਦੱਸੋ ਯਾਰ ਇੱਦਾਂ ਕਿੱਦਾਂ, ਹੁਣ ਤੁਸੀਂ ਘਬੜੇ ਆਏ, ਦੱਸੋ ਇੱਦਾਂ ਕਿੱਦਾਂ ਕਰਾ ਦੇਗਾ ਆਪਾਂ, ਕੋਈ ਗੱਲ ਨਹੀਂ, ਤੁਸੀਂ ਲਓ ਕੰਟਰੋਲ ਸਾਰਾ ਆਪਣੇ ਕੋਲ, ਵੀ ਇਹ 2-3 ਸੂਬੇ ਜਿਹੜੇ ਵੀ ਹੈਗੇ ਆ 6 ਕੁ ਮਹੀਨੇ ਆਪਾਂ ਆਪਣੇ ਹਿਸਾਬ ਨਾਲ ਚਲਾਉਂਦੇ ਹਾਂ, ਉਦੋਂ ਬਾਅਦ ਕਰਾ ਲਾਂਗੇ ਵੋਟਾਂ, ਵੀ ਲੋਕਾਂ ਦੀ ਜਾਨ ਜ਼ਰੂਰੀ ਹੈ। ਵੀਰ ਕੀ ਕਰਦੇ ਹੋ, ਉਹੀ ਗੱਲ ਸੰਧਾਲੀ ਸਾਹਿਬ, ਤੁਸੀਂ ਦੇਖੋ ਜਿਹੜੇ ਤਾਂ ਲੀਡਰ ਨੇ ਉਹ ਤਾਂ ਪਹਿਲਾਂ ਇਹ ਵੀ ਸੋਚਦੇ ਆ ਕਿ ਕਿਤੇ ਮਾਰਚ 'ਚ ਨਾ ਚੱਲ ਜਾਓ, ਫਰਵਰੀ 'ਚ ਨਿਬੜੇ, ਰੋਜ਼ ਰੋਜ਼ ਕਿਹਨੂੰ ਹੁਣ ਵੋਟਾਂ ਮੰਗੀ ਜਾਵੇ, ਕਿਹਨੂੰ ਖੁਆਈ ਜਾਵੇ ਪਿਆਈ ਜਾਵੇ, ਹੈ ਨਾ, ਪਾਣੀ ਧਾਣੀ ਪਿਆਉਣਾ ਪੈਂਦਾ ਹੀ, ਆਹੋ ਬਿਸਕੁਟ ਖਵਾਉਣੇ ਪੈਂਦੇ ਆ, ਜੇ ਹੁਣ 6 ਮਹੀਨੇ ਅੱਗੇ ਕੰਮ ਲੰਘ ਗਿਆ, 6 ਮਹੀਨੇ ਤਾਂ ਲਗਾਤਾਰ ਕੰਮ ਜਾਰੀ ਰੱਖਣਾ ਬੜਾ ਔਖਾ ਹੋ ਜਾਊਗਾ। ਨਹੀਂ ਬਹੁਤ ਔਖਾ, ਇਹ ਨਾ ਹੋਵੇ ਵਿੱਚੋਂ ਜੋ ਕਿਸੇ ਵੇਲੇ ਫਾਹ ਉੱਡ ਪੈਂਦੀ ਹੁੰਦੀ, ਉਹ ਕਹਿੰਦੇ ਕਾਲਾ ਕੁੱਕੜ ਖਾਈਏ ਨਾ, ਉਹਦੇ ਨਾਲ ਠੀਕ ਰਹਿੰਦਾ, ਚੇਤਨ ਹੀ ਤਕੜਾ ਡਾਕਟਰ ਨੇ ਦੱਸ
ਪਤਾ ਤੁਹਾਨੂੰ ਸਾਰਾ ਕੋਈ ਨਹੀਂ ਅੱਛਾ ਕੜਕਨਾਥ ਕਿਸਮ ਹੈ ਕਹਿੰਦੇ ਕੁੱਕੜਾਂ ਦੀ ਉਹ ਕੜਕਨਾਥ ਕਿ ਕੱਕੜਨਾਥ ਜੋ ਵੀ ਹੈਗਾ ਉਹ ਵਾਲੀ ਜਿਹੜੀ ਕਿਸਮ ਹੈ ਉਸ ਕਿਸਮ ਦਾ ਕਿਤੇ ਰੌਲਾ ਪਾ ਦਿਉ ਮਹਿੰਗਾ ਸੌਦਾ ਅਗਲਾ ਨਾ ਵੀ ਐਲ ਐਮ ਏ ਸਾਹਿਬ ਆਪਾਂ ਤਾਂ ਹੁਣ ਤੁਹਾਡੇ 'ਤੇ ਹੈ ਜੀ ਫਿਰ ਜਿੱਦਾਂ ਤੁਸੀਂ ਕਹੋ ਫਿਰ ਉੱਦਾਂ ਹੀ ਕਰ ਲਵਾਂਗੇ ਕਹਿੰਦੇ ਜੀ ਉਹ ਕਾਲੇ 'ਚ ਠੀਕ ਹੈ ਜੀ ਉਹਦੀ ਤਰੀ ਤਰੀ ਪਾਇਓ ਜੀ ਦੇਖੋ ਸੰਧਾਲੀਆ ਸਾਹਿਬ ਮੈਨੂੰ ਨਹੀਂ ਪਤਾ ਕੜਕਨਾਥ ਕੱਕੜਨਾਥ ਕੀ ਹੈ ਸਾਨੂੰ ਤਾਂ ਧੋਤੀ ਮੂੰਗੀ ਛੋਲਿਆਂ ਦੀ ਦਾਲ ਗੱਲਾਂ ਕਰਦੇ ਹੁੰਦੇ ਇਹਦਾ ਗੱਲਾਂ ਹੀ ਕਰਦੇ ਹੁੰਦੇ ਚਲੋ ਆਪਾਂ ਸਿਰਸਾ ਸਾਹਿਬ ਵੱਲ ਜਾਣ ਲੱਗਾ ਸੀ ਮੈਂ ਤੁਸੀਂ ਜਿੱਧਰ ਜਾਣਾ ਉੱਧਰ ਲੈ ਜਾਓ ਨਹੀਂ 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 ਚਲੀਏ ਮੈਂ ਰੋਕ ਸਕਦਾ ਤਾਂ ਸੁਕਮਾਲ ਹੋ ਗਈ ਨਹੀਂ ਮੈਂ ਕਿਹਾ ਮੁੜ ਕੇ ਬਾਹਰ ਜਾ ਕੇ ਢਾ ਲੂੰਗੇ ਚਲੋ ਚਲੀਏ ਸੰਧਾਲੀਆ ਸਾਹਿਬ ਦੇਖੋ ਸਭ ਤੋਂ ਵੱਧ ਚਰਚਾ ਦੇ ਵਿੱਚ ਸੀ ਮਨਜਿੰਦਰ ਸਿੰਘ ਸਿਰਸਾ ਸਾਹਿਬ ਦਾ ਮਸਲਾ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਅਤੇ ਉਹਨਾਂ ਦਾ ਰਹਿਣਾ ਹੀ ਸੀ ਨਾ ਕਿਉਂਕਿ ਉਹਨਾਂ ਦਾ ਮਸਲਾ ਸੀਗਾ ਅਤੇ ਉਹ ਬੀਜੇਪੀ ਚਲ ਗਏ ਜੇ ਕਾਂਗਰਸ ਹੁੰਦੇ ਹੱਲ ਹੋਣੇ ਉਹ ਕਿਵੇਂ ਹੱਲ ਹੋ ਜਾਣਾ ਵੈਸੇ ਕਹਿੰਦੇ ਹੱਲ ਹੋ ਜਾਂਦਾ ਉੱਧਰ ਅੱਛਾ ਹੱਲ ਹੋ ਜਾਂਦੇ ਠੀਕ ਹੈ ਘਰੇ ਕਰੀ ਜਾਂਦੇ ਮਸਲਾ ਹੱਲ ਜਿਹੜਾ ਕਰਨ ਲਈ ਸਿਰਸਾ ਸਾਹਿਬ ਭਾਜਪਾ ਚਲੇ ਗਏ ਜੀ ਉਹਦੇ ਤੋਂ ਬਾਅਦ ਇੱਕ ਚਰਚਾ ਚੱਲੀ ਕਿ ਭਾਈ ਵੈਸੇ ਤਾਂ ਅਵਤਾਰ ਸਿੰਘ ਹਿੱਤ ਅਕਾਲੀ ਦਲ ਦੇ ਲੀਡਰ ਨੇ ਉਹ ਪਰਲੇ ਪਾਸੇ ਜਾ ਕੇ ਭਾਰਤ ਦੀ ਇੱਕ ਨੁੱਕਰ ਦੇ ਉੱਤੇ ਉੱਥੇ ਉਹਨਾਂ ਨੂੰ ਵੱਡਾ ਅਹੁਦਾ ਦਿੱਤਾ ਹੋਇਆ ਉਹ ਕਹਿੰਦੇ ਕਿਸੇ ਸਮਾਗਮ ਦਾ ਸੱਦਾ ਹਾਂਜੀ ਨਹੀਂ ਮੈਂ ਕਹਿਣ ਲੱਗਾ ਤਖ਼ਤ ਵੇਖੋ ਕਿੱਡਾ ਵੱਡਾ ਤਖ਼ਤ ਕਿੱਡਾ ਵੱਡਾ ਪ੍ਰਧਾਨ ਜੀ ਅਤੇ ਉਹ ਹੁਣ ਉੱਥੇ ਕਿਸੇ ਸਮਾਗਮ ਦਾ ਸੱਦਾ ਦੇਣ ਆਏ ਸੀ ਕਹਿੰਦੇ ਅਮਿਤ ਸ਼ਾਹ ਸਾਹਿਬ ਨਾਲ ਲੰਬੀ ਮੁਲਾਕਾਤ ਹੋਈ ਉਹਨਾਂ ਨੇ ਕੁਝ ਨਹੀਂ ਆਖਿਆ ਕਹਿੰਦੇ ਸੱਦਾ ਦੇਣ ਆਏ ਸੀ ਪਰ ਚਰਚਾ ਚੱਲ ਪਈ ਇਹਦੇ ਤੋਂ ਪਹਿਲਾਂ ਕਿ ਅਵਤਾਰ ਸਿੰਘ ਹਿੱਤ ਹੋੜ ਵਾਲਾ ਮਸਲਾ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਕਲੀਅਰ ਹੁੰਦਾ ਕੁਲਦੀਪ ਸਿੰਘ ਭੋਗਲ ਸਾਹਿਬ ਉਹ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾਵਾਂ ਨਿਭਾਈਆਂ ਜਿੰਨੀ ਦੇਰ ਨਿਭ ਸਕੀਆਂ ਹੁਣ ਆਪਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਹਾਂ ਅਤੇ ਉਹ ਭਾਜਪਾ 'ਚ ਸ਼ਾਮਿਲ ਹੋ ਗਿਆ ਅਤੇ ਪੰਜਾਬ ਤੋਂ ਵੀ ਇੱਕ ਖਬਰ ਹੈਗੀ ਹੈ ਨਹੀਂ ਉਹ ਵੀ ਦੇਖ ਲਓ ਨਾਲ ਹੀ ਢਿੱਲ ਕਾਹਦੀ ਕਰਨੀ ਨਹੀਂ ਧੂਰੀ ਅਤੇ ਸੰਗਰੂਰ ਤੋਂ MLA ਰਹੇ ਨੇ ਅਰਵਿੰਦ ਖੰਨਾ ਹੋਰੀ ਕਿਸੇ ਵੇਲੇ ਅਕਾਲੀ ਦਲ ਦੇ ਯੂਥ ਵਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਉਹਨੂੰ ਲਿਆਏ ਸੀ ਕਿ ਤੁਸੀਂ ਵੱਡੇ ਕਾਰੋਬਾਰੀ ਹੋ ਰੋਕੜੇ ਬਹੁਤ ਨੇ ਰੁਪਈਏ ਗਿਣ ਨੂੰ ਮਸ਼ੀਨਾਂ ਖੰਨਾ ਸਾਹਿਬ ਇੱਧਰ ਆਓ ਅਤੇ ਖੰਨਾ ਸਾਹਿਬ ਦੀ ਕਹਿੰਦੇ ਰਿਸ਼ਤੇਦਾਰੀ ਭਾਵੇਂ ਕੈਪਟਨ ਸਾਹਿਬ ਦੇ ਨਾਲ ਪਰ ਚਲੇ ਅਕਾਲੀ ਦਲ 'ਚ ਗਿਆ ਸੀ ਬਾਅਦ ਵਿੱਚ ਕੈਪਟਨ ਸਾਹਿਬ ਦੇ ਨਾਲ ਹੀ ਕਾਂਗਰਸ ਚਲੇ ਗਏ ਫਿਰ ਇੱਕ ਵਾਰੀ ਪਹਿਲਾਂ ਉਹ ਸੰਗਰੂਰ ਤੋਂ MLA ਬਣੇ ਫਿਰ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜੀ ਢੀਂਡਸਾ ਸਾਹਿਬ ਤੋਂ ਹਾਰ ਗਏ ਉਹਦੇ ਤੋਂ ਬਾਅਦ ਧੂਰੀ ਤੋਂ MLA ਬਣੇ ਫਿਰ ਅਚਾਨਕ ਅਸਤੀਫਾ ਦੇ ਕਹਿੰਦੇ ਕਾਰੋਬਾਰ ਹੀ ਨਹੀਂ ਸਾਂਭਦਾ ਕਿਹੜਾ ਲੋਕਾਂ ਦੀਆਂ ਮਿੰਨਤਾਂ ਕਰਦਾ ਫਿਰ ਇਹ ਪਰ ਹੁਣ ਪਤਾ ਲੱਗਾ ਕਿ ਬੜੀ ਜਲਦ ਉਹ ਭਾਰਤੀ ਜਨਤਾ ਪਾਰਟੀ ਵਾਲੇ ਦਰਵਾਜ਼ੇ ਨੂੰ ਦਹਿਲੀਜ਼ ਨੂੰ ਟੱਪ ਕੇ ਅੰਦਰ ਵੜ ਸਕਦੇ ਆ ਹਾਂ ਇਹ ਤਾਂ ਗੱਲ ਹੈਗੀ ਆ ਹੁਣ ਜਿਸ ਹਿਸਾਬ ਨਾਲ BJP ਲੱਗੀ ਜਾਂਦੀ ਹੈ ਅਤੇ ਜੇ ਉੱਧਰੋਂ ਅਦਾਲਤ ਵਾਲੀ ਗੱਲ ਫਿਰ ਅਸੀਂ ਕਿਤੇ ਗਲਤ ਥੋੜ੍ਹਾ ਹੁੰਦੇ ਹਾਂ ਜੇ ਮਹੀਨੇ 6 ਹੋਰ ਮਿਲ ਜਾਣਾ ਆਪ ਕਿਸੇ ਵੇਲੇ ਹੁੰਦਾ ਹੀ ਹੈ ਚਲੋ ਚਲੋ ਜੇ ਆਪਾਂ ਪੰਜਾਬ ਆ ਗਏ ਹਾਂ ਤਾਂ ਪੰਜਾਬ ਆਪਾਂ ਮਜੀਠੀਆ ਸਾਹਿਬ ਵਾਲੇ ਕੇਸ ਦੀ ਗੱਲ ਵੀ ਕਰ ਲਈਏ ਦੇਖੋ ਮਜੀਠੀਆ ਸਾਹਿਬ ਵਾਲੇ ਕੇਸ ਦੇ ਵਿੱਚ ਇਸ ਵਕਤ ਅਕਾਲੀ ਦਲ ਪੂਰਾ ਗਰਮ ਹੈ ਨਾਲ ਸਰਗਰਮ ਹੈ ਜਿਹੜੇ ਉਹਨਾਂ ਨੇ ਉਹ ਕਹਿ ਲਓ ਕਿ ਵੀ ਘੇਰਨੇ ਨੇ SSP ਦਫ਼ਤਰ ਉਹ ਤਾਂ ਚੱਲਣੇ ਆ ਨਾਲ ਦੇ ਨਾਲ ਬਿਆਨ ਵੀ ਕਾਫੀ ਤੱਤੇ ਆ ਰਹੇ ਆ ਜੀ ਪਰ ਇਹ ਸਾਰੇ ਕੁਛ ਦੇ ਵਿੱਚ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਵੀ ਬਿਆਨ ਆਪਣੀ ਥਾਂ 'ਤੇ ਰਾਜਨੀਤੀ ਆਪਣੀ ਥਾਂ 'ਤੇ ਅਦਾਲਤੀ ਚਾਰਾਜੋਈ ਕਰਨੀ ਪੈਣੀ ਹੁਣ ਮੋਹਾਲੀ ਵਾਲੀ ਅਦਾਲਤ ਦੇ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦੇ ਦਿੱਤੀ ਉਹਨਾਂ ਨੇ ਵੀ ਅਗਾਊਂ ਜ਼ਮਾਨਤ ਜਿਹੜੀ ਸਾਨੂੰ ਚਾਹੀਦੀ ਸੰਧਾਲੀਆ ਸਾਹਿਬ ਕਹਿੰਦੇ ਫਿਰ ਬਹਿਸ ਹੋਈ ਡਟ ਕੇ ਮਜੀਠੀਆ ਸਾਹਿਬ ਦੇ ਵਕੀਲਾਂ ਨੇ ਉੱਥੇ ਕਿਹਾ ਜੀ ਸਿਆਸਤ ਤੋਂ ਪ੍ਰੇਰਿਤ ਹੈ FIR ਦੂਸਰੀ ਗੱਲ ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਨੂੰ ਖੁਸ਼ ਕਰਨ ਦੇ ਲਈ FIR ਕੀਤੀ ਗਈ ਹੈ ਗੱਲ ਕੋਈ ਨਹੀਂ ਬਣਦੀ ਤੀਸਰੀ ਗੱਲ ਉਹ ਕਹਿੰਦੇ ਜੀ ਵੋਟਾਂ ਤੋਂ ਪਹਿਲਾਂ ਬਦਨਾਮ ਕਰਨ ਦੀ ਸਾਜਿਸ਼ ਆ ਨਹੀਂ ਤਾਂ 4.5 ਸਾਲ ਕਿੱਥੇ ਗਏ ਸੀ ਇਸ ਕਰਕੇ ਇਹ ਬੰਦੇ ਸਿਰਫ ਤੰਗ ਕਰਨਾ ਚਾਹੁੰਦੇ ਆ ਜ਼ਮਾਨਤ ਦੇ ਦਿਓ ਅਤੇ ਮੂਹਰਿਓਂ ਸਰਕਾਰੀ ਵਕੀਲ ਵਹੇ ਤਾਂ ਪੰਜਾਬ ਦੇ ਸਰਕਾਰੀ ਵਕੀਲਾਂ ਦਾ ਜਿਹੜਾ ਰਿਕਾਰਡ ਹੈ ਜਿਹੜਾ ਗ੍ਰਾਫ ਹੈ ਉਹ ਕਦੀ ਤਾਂ ਨੂੰ ਗਿਆ ਹੀ ਨਹੀਂ ਪਿਛਲੇ 12-15 ਸਾਲਾਂ 'ਚ ਥੱਲੇ ਨੂੰ ਹੀ ਆਇਆ ਭਾਵੇਂ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਕੋਲੇ ਦੀ ਧੁਲਾਈ ਦਾ ਮਸਲਾ ਹੋਵੇ ਕੋਈ ਵੀ ਹੋਵੇ ਆਪਾਂ ਕੰਮ ਥੱਲੜੇ ਪਾਸੇ ਰਹੇ ਉੱਪਰ ਨੂੰ ਨਹੀਂ ਜਾਣਾ ਚਾਹੀਦਾ ਕਿਉਂ ਥੱਲੇ ਆਉਣਾ ਕਹਿੰਦੇ ਬਹੁਤ ਔਖਾ ਹੁੰਦਾ ਥੱਲੇ ਹੀ ਰਹੋ ਹੁਣ ਫਿਰ ਸਰਕਾਰੀ ਵਕੀਲਾਂ ਨੇ ਐਤਕੀ ਉੱਥੇ ਕਿਹਾ ਕਹਿੰਦੇ ਨਹੀਂ ਜੀ ਇੱਦਾਂ ਨਹੀਂ ਮਸਲਾ ਵੱਡਾ ਹੈ ਬਿਲਕੁਲ ਜ਼ਮਾਨਤ ਨਹੀਂ ਚਾਹੀਦੀ ਪਹਿਲਾਂ ਤਾਂ ਇਹ ਖਬਰਾਂ ਆਈਆਂ ਸੀ ਬੀਤੀ ਦੁਪਹਿਰ ਕਿ ਸ਼ਾਮ ਤੱਕ ਜੱਜ ਸਾਹਿਬ ਫੈਸਲਾ ਹੀ ਦੇ ਦੇਣਗੇ ਪਰ ਉਹਨਾਂ ਨੇ ਸਰਕਾਰੀ ਰਿਕਾਰਡ ਮੰਗ ਲਿਆ ਕਹਿੰਦੇ ਕੱਲ੍ਹ ਨੂੰ ਫਿਰ ਆ ਜਾਓ ਕਿਉਂਕਿ ਮਜੀਠੀਆ ਸਾਹਿਬ ਨੇ ਕਢਾ ਪਾਉਣਾ ਹੈ ਉਹਨਾਂ ਦੇ ਵਕੀਲਾਂ ਨੇ ਆਉਣਾ ਹੈ ਸੋ ਅੱਜ ਮੋਹਾਲੀ ਦੀ ਮਾਣਯੋਗ ਅਦਾਲਤ ਦੇ ਵਿੱਚ ਸਰਕਾਰੀ ਰਿਕਾਰਡ ਰੱਖਿਆ ਜਾਊਗਾ ਉਹਦੇ ਤੋਂ ਬਾਅਦ ਫਿਰ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਵਕੀਲ ਉਹਨਾਂ ਦੀ ਜ਼ਮਾਨਤ ਦੇ ਹੱਕ ਦੇ ਵਿੱਚ ਜਿਰ੍ਹਾਂ ਕਰਨਗੇ ਇੱਧਰਲੇ ਪਾਸੇ ਉਹ ਸਰਕਾਰੀ ਵਕੀਲ ਕਹਿਣਗੇ ਜ਼ਮਾਨਤ ਮਿਲਣੀ ਨਹੀਂ ਦੋਨਾਂ ਹੀ ਧਿਰਾਂ ਦੇ ਲਈ ਇਹ ਮਸਲਾ ਬੜਾ ਅਹਿਮ ਹੈ ਕਿਉਂਕਿ ਜੇ ਜ਼ਮਾਨਤ ਉਹਨਾਂ ਨੂੰ ਮਿਲ ਜਾਂਦੀ ਹੈ ਆਹ ਬੱਸਾਂ ਵਾਲੇ ਮੁੱਦੇ ਤੋਂ ਬਾਅਦ ਪੰਜਾਬ ਸਰਕਾਰ ਇੱਕ ਵਾਰੀ ਫਿਰ ਮੁੱਦੜੇ ਮੂੰਹ ਡਿੱਗੂ ਅਤੇ ਜੇ ਜ਼ਮਾਨਤ ਨਹੀਂ ਮਿਲਦੀ ਉਹਨਾਂ ਕੋਲ ਰਾਹ ਹੈਗੇ ਹਾਈ ਕੋਰਟ ਸੁਪਰੀਮ ਕੋਰਟ ਕਿੰਨੇ ਹੀ ਰਾਹ ਨੇ ਮਜੀਠੀਆ ਸਾਹਿਬ ਦੇ ਕੋਲ ਪਰ ਫਿਰ ਇੱਕਦਮ ਤਾਂ ਪਟੀਸ਼ਨ ਪੈ ਨਹੀਂ ਜਾਣੀ ਪਤਾ ਇਹ ਵੀ ਲੱਗਾ ਕਿ ਰਾਜਸਥਾਨ ਦੇ ਵਿੱਚ ਛਾਪੇਮਾਰੀ ਕੀਤੀ ਸੀ ਹੁਣ UP ਵਾਲੇ ਪਾਸੇ ਟੀਮਾਂ ਜਿਹੜੀਆਂ ਪੰਜਾਬ ਪੁਲਿਸ ਦੀਆਂ ਗਈਆਂ ਹੋਈਆਂ
ਅਤੇ ਚੰਨੀ ਸਾਹਿਬ ਨੇ ਕਿਹਾ ਕਿ ਕਾਬੂ ਤਾਂ ਕਰਾਂਗੇ ਵੀ ਨਹੀਂ ਨਹੀਂ ਉਹ ਕਹਿੰਦੇ ਵਕੀਲ ਸਿਰੇ ਦੇ ਵਕੀਲ ਉੱਥੇ ਹੋਣਗੇ ਜਿਹੜੇ ਇਹ ਲੜਾਈ ਲੜਨਗੇ ਇੱਦਾਂ ਨਹੀਂ ਨਿਕਲਣ ਦਿੱਤਾ ਜਾਊਗਾ ਕਹਿੰਦੇ ਵੀ ਇਹ ਕਾਰਵਾਈ ਹੋਣੀ ਸੀ ਅਤੇ ਅਸੀਂ ਕਰ ਰਹੇ ਹਾਂ ਤੁਸੀਂ ਬਸ ਥੋੜ੍ਹੇ ਜਿਹੇ ਦਿਨ ਦਿਓ ਸਾਨੂੰ ਪਰ ਇਹ ਸਾਰੇ ਕੁਛ ਦੇ ਵਿੱਚ ਹਰਸਿਮਰਤ ਬਾਦਲ ਹੋਰਾਂ ਦਾ ਬਿਆਨ ਵੀ ਆਇਆ ਨਾ ਕੀ ਉਹ ਕਹਿੰਦੇ ਗੱਲ ਪਤਾ ਕੀ ਸੀ ਭਰਾ ਮੇਰੇ ਤੋਂ ਡਰਦੇ ਕਿਉਂਕਿ ਉਹ ਸਿੱਧਾ ਹੋ ਕੇ ਪੈਂਦਾ ਇਹਨਾਂ ਇਹਨਾਂ ਨੂੰ ਇਹਦਾ ਵੀ ਹੋਰ ਕੁਛ ਹੋਵੇ ਨਾ ਹੋਵੇ ਇਹ ਬੰਦਾ ਟੰਗਣਾ ਹੀ ਉਹ ਕਹਿੰਦੇ ਵੀ ਕੰਮ ਵੀ ਕੀ ਕੀਤਾ ਵੀ ਜਿਹੜਾ ਕੇਸ ਹੋ ਗਿਆ ਨਿਬੜ ਗਿਆ ਬੰਦ ਹੋ ਗਿਆ ਛੁੱਟਣ ਵਾਲੇ ਛੁੱਟ ਗਏ ਅੰਦਰ ਕਰਨ ਵਾਲੇ ਅੰਦਰ ਕਰਤੇ ਉਸ ਕੇਸ 'ਚ ਦੋਹਰੇ ਕਿੱਦਾਂ ਬੰਦੇ ਨੂੰ ਤੁਸੀਂ ਫਸਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕੁਛ ਵੀ ਨਹੀਂ ਕਹਿੰਦੇ ਅੱਜ ਕਰ ਲਓ ਗੱਲ ਭਾਵੇਂ ਤੁਸੀਂ ਕੱਲ੍ਹ ਕਰ ਲਓ ਜਿੱਦਣ ਅਦਾਲਤ 'ਚ ਗਈ ਗੱਲ ਉੱਦਣ ਹੀ ਕਹਾਣੀ ਖਤਮ ਹੋ ਜਾਣੀ ਹੈ ਤਾਂ ਸਾਰੀ ਸਿਆਸਤ ਨਹੀਂ ਇਹ ਬੀਬੀ ਬਾਦਲ ਦਾ ਬਿਆਨ ਜਿਹੜਾ ਉਹ ਐਂ ਲੱਗਦਾ ਕਿ ਉਹ ਬੜਾ ਆਰਾਮ ਨਾਲ ਲੈਂਦੇ ਆ ਕਿ ਭਾਈ ਅਦਾਲਤ ਜਾ ਕੇ ਡਿੱਗ ਪੈਣਾ ਉੱਧਰ ਕੁਲਜੀਤ ਸਿੰਘ ਨਾਗਰਾ ਹੋਰੀ ਕਹਿੰਦੇ ਕਹਿੰਦੇ ਪਹਿਲਾਂ ਤਾਂ ਬੜੀਆਂ ਪੱਟਾਂ 'ਤੇ ਥਾਪੀਆਂ ਮਾਰਦੇ ਸੀ ਕਿ ਅਦਾਲਤ 'ਚ ਆ ਜਾਓ ਕਿਉਂਕਿ ਇੱਕ ਵਾਰੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਕਿਹਾ ਸੀ ਨਾ ਕਿ ਜੇ ਭਗਵੰਤ ਸਿੰਘ ਉਹਦੇ ਪੁੱਤਰਾਂ ਦਾ ਵੀ ਹਾਈ ਕੋਰਟ 'ਚ ਆ ਜਾਓ ਉੱਦਣ ਤਰੀਕ ਦਿੱਤੀ ਸੀ ਇੱਕ 'ਚ ਨਹੀਂ ਆਏ ਕਹਿੰਦੇ ਦੂਜੀ ਜੇ ਫਿਰ ਭਗਵੰਤ ਸਿੰਘ ਦੇ ਪੁੱਤਰਾਂ ਦਾ ਤਰੀਕ ਐਤਕੀ ਫਿਰ ਜਦੋਂ ਬੱਸੀ ਪਠਾਣੇ ਦੇ ਵਿੱਚ ਰੈਲੀ ਸੀ ਨਾਗਰਾ ਸਾਹਿਬ ਅਤੇ ਸਿੱਧੂ ਸਾਹਿਬ ਦੋਨੇ ਹੀ ਸੀ ਉੱਥੇ ਫਿਰ ਦੋਨੇ ਵਾਰੀ ਵਾਰੀ ਮਜੀਠੀਆ ਸਾਹਿਬ ਨੂੰ ਪੈਂਦੇ ਰਹੇ ਕਿ ਭਾਈ ਪੱਟਾਂ 'ਤੇ ਥਾਪੀਆਂ ਮਾਰਦੇ ਉਦੋਂ ਮੁੱਛਾਂ ਮਰੋੜਦੇ ਸੀ ਹੁਣ ਆਓ ਇੱਧਰਲੇ ਪਾਸੇ ਹੁਣ ਅਦਾਲਤ ਮਾਣਯੋਗ ਕਿਹਦੇ ਹੱਕ 'ਚ ਫੈਸਲਾ ਦਿੰਦੀ ਨਹੀਂ ਦਿੰਦੀ ਉਹ ਤਾਂ ਪਤਾ ਨਹੀਂ ਪਰ ਅੱਜ ਅਕਾਲੀ ਦਲ ਦਾ ਯੂਥ ਵਿੰਗ SSP ਦਫ਼ਤਰ ਸਾਰੇ ਪੰਜਾਬ ਦੇ ਵਿੱਚ ਘੇਰੂਗਾ ਕਿਉਂਕਿ ਬੰਟੀ ਰਮਾਣਾ ਸਾਹਿਬ ਨੇ ਪਹਿਲਾਂ ਹੀ ਐਲਾਨ ਕਰਤਾ ਸੀ ਉਹ ਤਾਂ ਕਰਨਗੇ ਭਾਈ ਸਾਹਿਬ ਹੁਣ ਆਪਣੇ ਦੇਖੋ ਇਹ ਹੋ ਗਈ ਸਿਆਸਤ ਜੀ ਜੇ ਉਹ ਕਹਿੰਦੇ ਵੀ ਉੱਧਰੋਂ ਸਿਆਸਤ ਹੋਈ ਹੈ ਤਾਂ ਸਿਆਸਤ ਦਾ ਜਵਾਬ ਆਪਾਂ ਸਿਆਸਤ ਨਾਲ ਦੇਣਾ ਉੱਧਰੋਂ ਉਹ ਕਹਿੰਦੇ ਵੀ ਜੇ ਭਾਈ ਸਾਹਿਬ ਇਹ ਅਦਾਲਤੀ ਕਾਰਵਾਈ ਹੈ ਤਾਂ ਅਦਾਲਤੀ ਚਾਰਾਜੋਈ ਦੇ ਵਿੱਚ ਆਪਾਂ ਵਕੀਲ ਵੱਡੀ ਤੋਂ ਵੱਡਾ ਖੜਾ ਕਰਨਾ ਪਰ ਇਹ ਸਾਰੇ ਕੁਛ ਦੇ ਵਿੱਚ ਗਜਿੰਦਰ ਸਿੰਘ ਸ਼ਕਾਵਤ ਸਾਹਿਬ ਨੇ ਫਿਰ ਇਹ ਗੱਲ ਕਹੀ ਕਿਉਂਕਿ ਪੁੱਛ ਲਿਆ ਆਪਣੇ ਭਾਈਚਾਰੇ ਦਾ ਕੰਮ ਸਵਾਲ ਕਰਨਾ ਉਹ ਕਹਿੰਦੇ ਦੇਖੋ ਜੀ ਇਹ ਤਾਂ ਅਕਾਲੀ ਦਲ ਕਹਿੰਦਾ ਜੀ ਇਹ ਤਾਂ ਬਹੁਤ ਮਿੱਟੀ ਹੈ ਜੀ ਕੁਛ ਵੀ ਨਹੀਂ ਹੈਗਾ ਜੀ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਵੀ ਆਖੀ ਜਾਂਦੇ ਜੀ ਉਹ ਕਹਿੰਦੇ ਜੀ ਐਵੇਂ ਨਜਾਇਜ਼ ਕੇਸ ਜਿਹਾ ਬਣਾਈ ਬਣੂਈ ਫਿਰਦੇ ਤਾਂ ਸਵੇਰੇ ਡਿੱਗ ਪੈਣਾ ਜੀ ਤੁਸੀਂ ਕੀ ਕਹਿੰਦੇ ਹਾਂ ਕਹਿੰਦੇ ਜੀ ਮੈਂ ਇਹਦੇ ਬਾਰੇ ਸਿਰਫ ਇਹ ਕਹਿੰਦਾ ਵੀ ਜੇ ਕੋਈ ਦੋਸ਼ੀ ਆ ਤਾਂ ਬਈ ਸਾਹਮਣਾ ਕਰਨਾ ਚਾਹੀਦਾ ਭੱਜਣਾ ਨਹੀਂ ਚਾਹੀਦਾ ਮਤਲਬ ਇਹ ਜਿਹੜਾ ਇਸ ਵਕਤ BJP ਦਾ ਪੈਂਦੜਾ ਕਿਉਂਕਿ BJP ਦੇ ਭਾਈਵਾਲ ਕੈਪਟਨ ਸਾਹਿਬ ਦਾ ਕਲੀਅਰ ਕੱਟ ਕਲੀਨ ਚਿੱਟ ਦੇ ਬੈਠੇ ਉਹ ਕਹਿੰਦੇ ਵੀ ਨਹੀਂ ਹੈ ਹੀ ਕੁਛ ਨਹੀਂ ਪਰ ਪਹਿਲਾਂ ਵੀ ਜੇ ਸ਼ੇਖਾਵਤ ਸਾਹਿਬ ਨੇ ਕਿਹਾ ਵੀ ਨਹੀਂ ਹੈਗਾ ਲੇਟ ਹੋਈ ਕਾਰਵਾਈ ਜੇ ਹੁਣ ਵੀ ਉਹ ਕਹਿੰਦੇ ਵੀ ਯਾਰ ਫਿਰ ਜੇ ਠੀਕ ਹੈ ਜੇ ਉਹਨੂੰ ਲੱਗਦਾ ਵੀ ਇਮਾਨਦਾਰ ਤਾਂ ਫਿਰ ਆਓ ਸਾਹਮਣੇ ਨਿੱਤਰੋ ਕਹਿੰਦੇ ਨਿਬੇੜੋ ਕੰਮ ਕਿੱਡੀ ਗੱਲਾਂ 'ਚੋਂ ਗੱਲ ਆ ਉਹਨਾਂ ਦਾ ਸਟੈਂਡ ਮੈਨੂੰ ਥੋੜ੍ਹਾ ਜਿਹਾ ਇੱਦਾਂ ਯਾਦਦਾ ਵੀ ਹੁਣ ਆਇਆ ਹੀ ਕਾਬੂ ਕੰਮ ਦੇਖੋ ਉਹਨਾਂ ਦੇ ਕੰਮ ਸਾਰੇ ਲੋਕ ਕਹਿੰਦੇ ਉਹ ਐਂ ਲੱਗਦਾ ਜਿੱਦਾਂ ਲੁਧਿਆਣੇ ਵਾਲੇ ਰੇਲਵੇ ਸਟੇਸ਼ਨ 'ਤੇ ਜਾਂਦੇ ਆ ਉੱਥੇ ਜਾ ਦੇਖਦੇ ਆ ਕਿ ਭਾਈ ਬੰਦੇ ਕਿੰਨੇ ਇੱਧਰ ਜਾਓ ਬੱਸ ਅੱਡੇ ਜਾਓ ਹੋਰ ਪਾਸੇ ਜਾਓ ਉਹਨਾਂ ਨੂੰ ਕੋਈ ਕਹਿੰਦਾ ਇਹਨਾਂ ਨੂੰ ਕੰਮ ਕਰਾ ਲਓ ਕਹਿੰਦੇ ਕੰਮ ਹੋਜੂਗਾ ਪਹਿਲਾਂ ਬੰਦੇ ਇਕੱਠੇ ਕਰੋ ਇੱਧਰਲੀ ਪਾਰਟੀ 'ਚੋਂ ਵੀ ਉੱਧਰਲੀ ਪਾਰਟੀ 'ਚੋਂ ਵੀ ਇੱਕੋ ਦਮ ਆਪਾਂ ਜਦੋਂ ਖੇਤ 'ਤੇ ਧਾਵਾ ਬੋਲਿਆ ਕਣਕ ਤਾਂ ਵੱਢ ਕੇ ਆਪਾਂ ਉਹ ਮਾਰਨੀ ਹੈ ਚੌਂ ਬੰਦਿਆਂ ਨੇ ਭਰੀਆਂ ਪਾ ਦੇਣੀਆਂ ਬੇੜੇ ਵੱਟਣ ਆਪਾਂ ਦੋ ਬੰਦੇ ਲਾ ਤੇ ਉਸ ਤੋਂ ਬਾਅਦ ਦੋ ਜਣੇ ਨੇ ਗਾਲਾ ਲਾਉਣਾ ਦੋ ਜਣੇ ਨੇ ਪੀਪੇ ਕਣਕ ਦੇ ਗਿਣੀ ਜਾਣੇ ਆ ਬਾਕੀਆਂ ਨੇ ਤੂੜੀ ਜਿਹੜੀ ਆ ਸਵੇਰ ਤੱਕ ਘੁੱਪ ਬੰਨ ਦੇਣਾ ਗੱਲ ਕਿਹੜੀ ਆ ਮਤਲਬ ਸਵੇਰੇ ਤੜਕੇ ਏਕਰਾਂ ਵਿਰਜੇ ਵੀ ਦੁੱਧ 'ਚ ਘਿਓ ਪਾ ਕੇ ਪੀਣਾ ਨਾਲ ਕਹਿੰਦਾ ਵੀ ਸ਼ੱਕਰ ਘਿਓ ਖਾਣਾ ਵੀ ਕੰਡ ਕੁੰਡ ਨਿਕਲ ਜੇ ਵਾਹ ਜੀ ਵਾਹ ਅਤੇ ਫਿਰ ਸਾਡਰਗਾ ਕਿਹੜਾ ਨਹੀਂ ਨਹੀਂ ਹੈ ਹੀ ਨਹੀਂ ਕੋਈ ਅਤੇ ਆਪਾਂ ਇਹਦੇ ਤੋਂ ਪਹਿਲਾਂ ਕਿ ਕਿਸਾਨਾਂ ਨੂੰ ਚੱਲੀਏ ਆਪਾਂ ਕੇਜਰੀਵਾਲ ਸਾਹਿਬ ਨੇ ਅੱਜ ਆਉਣਾ ਹੀ ਗੇੜਾ ਉੱਧਰਲੇ ਪਾਸਿਓਂ ਭਰਾ ਮਾਰ ਹੀ ਲਈਏ ਨਹੀਂ ਆਪਾਂ ਕਿਹੜਾ ਹੁਣ ਦਰੀਆਂ ਵਿਛਾਉਣ ਜਾਣਾ ਯਾਰ ਕਮਾਲ ਕਰਦਾ ਕੇਜਰੀਵਾਲ ਸਾਹਿਬ ਨੇ ਰੋਜ਼ ਆਪਾਂ ਗੱਲ ਕਰਦੇ ਹਾਂ ਫਿਰ ਥੱਲੇ 5-4 ਕਮੈਂਟ ਆ ਅੱਛਾ ਇਹ ਫਿਰ ਹੁਣ ਆਮ ਆਦਮੀ ਪ੍ਰਚਾਰ ਪਾਰਟੀ ਦਾ ਪ੍ਰਚਾਰ ਕਰਦੇ ਹੁੰਦੇ ਲੈ ਵੀ ਸਾਜੀ ਕਾਹਦਾ ਪ੍ਰਚਾਰ ਕਰਦੇ ਵੀ ਕਮਾਲ ਹੋ ਗਈ ਨਹੀਂ ਨਾਲੇ ਆਪਾਂ ਕਿਹੜਾ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਉਹਨਾਂ ਨੇ ਮਲਹੋਤਰਾ ਸਾਹਿਬ ਨੂੰ ਦੇ ਕੇ ਵੱਧ ਦੇਤੇ ਆ ਸਾਨੂੰ ਲੋੜ ਹੀ ਕੀ ਆ ਸਾਨੂੰ ਕੋਈ ਲੋੜ ਨਹੀਂ ਪਰ ਇੱਕ ਚੀਜ਼ ਹੈ ਕੇਜਰੀਵਾਲ ਸਾਹਿਬ ਨੇ ਯਾਰ 20 ਦਿਨ ਗਏ ਸੀ ਜੀ ਜਿੰਨਾ ਕੁ ਮੇਰੀ ਕੈਲਕੂਲੇਸ਼ਨ ਕਹਿੰਦੀ ਉਹ ਕਹਿੰਦੀ ਵੀ ਅਜੇ 20 ਦਿਨ ਹੋਏ ਨਹੀਂ ਉਹਨਾਂ ਦੇ ਪਿਛਲੇ ਬਿਆਨ ਨੂੰ ਉਹਨਾਂ ਨੇ ਕਿਹਾ ਮੈਨੂੰ 20 ਦਿਨ ਦੇ ਦਿਓ ਮੈਂ 20 ਦਿਨਾਂ ਬਾਅਦ ਤੁਹਾਨੂੰ ਮੁੱਖ ਮੰਤਰੀ ਦਾ ਨਾਂ ਦੱਸ ਦੂੰ ਤੁਸੀਂ ਮਾਣ ਕਰੋਗੇ ਇਹੀ ਗੱਲ ਸੀ ਇਦਾਂ ਹੀ ਸੀ ਹੁਣ 20 ਦਿਨਾਂ ਤੋਂ ਪਹਿਲਾਂ ਉਹ ਆ ਰਹੇ ਨੇ ਅਤੇ ਸਟੇਟਮੈਂਟ ਨਾਲ ਫਿਰ ਅਜੇ ਕੇਜਰੀਵਾਲ ਸਾਹਿਬ ਆ ਰਹੇ ਹੈ ਇਸ ਵਾਰ ਉਹ ਮੁੱਖ ਮੰਤਰੀ ਦਾ ਨਾਮ ਬਤਾ ਦੇਣਗੇ ਦੇਖੋ ਭਗਵੰਤ ਮਾਨ ਹੋਰਾਂ ਨੇ 2 ਦਿਨ ਪਹਿਲਾਂ ਕਿਹਾ ਸੀ ਕਿ ਅਸੀਂ 30 ਉਮੀਦਵਾਰਾਂ ਦੀ ਇੱਕ ਲਿਸਟ 2 ਦਿਨਾਂ ਦੇ ਵਿੱਚ ਜਾਰੀ ਕਰ ਦੇਣੀ ਹੈ ਹੋ ਸਕਦਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੇ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ 30 ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰ ਐਲਾਨੇ ਜਾਣ 40 ਹੋ ਚੁੱਕੇ ਨੇ ਟੋਟਲ ਮੇਰੇ ਕੋਲ ਹੁਣ ਜੇ 40 ਹੋ ਚੁੱਕੇ 30 ਹੋਰ ਆ ਗਿਆ 70 ਹੋ ਜਾਣੇ ਆ ਅਤੇ 59 ਦੇ ਉੱਤੇ ਸਰਕਾਰ ਬਣਦੀ ਹੈ ਇਹਦੇ ਤੋਂ ਬਿਨਾਂ ਅੱਜ ਤੁਸੀਂ ਦੇਖੋ ਕਿ ਖਾਸ ਪ੍ਰੋਗਰਾਮ ਹੈ ਮਾਝੇ 'ਚ ਹੀ ਰਹਿਣਾ ਐਤਕੀ ਜਿੰਨਾ ਸਮਾਂ ਅਰਵਿੰਦ ਕੇਜਰੀਵਾਲ ਨੇ ਮਾਝੇ ਨੂੰ ਦਿੱਤਾ ਉਨਾ ਪਿਛਲੇ ਵਾਰੀ ਬਿਲਕੁਲ ਨਹੀਂ ਸੀ ਦਿੱਤਾ ਕਿਉਂਕਿ ਮਾਝੇ 'ਚ ਕਮਜ਼ੋਰੀ ਹੈ ਕਿਤੇ ਨਾ ਕਿਤੇ ਉੱਧਰ ਮਾਝੇ 'ਚ ਨਹੀਂ ਕਮਜ਼ੋਰੀ ਉਹਨਾਂ ਦੀ ਪਾਰਟੀ 'ਚ ਕਮਜ਼ੋਰੀ ਪਾਰਟੀ 'ਚ ਕਮਜ਼ੋਰੀ ਉੱਥੇ ਟੌਨਿਕ ਜਿਹੜਾ ਉਹ ਦੇਣ ਆਉਂਦੇ ਆ ਪਹਿਲਾਂ ਸੇਵਾ ਸਿੰਘ ਸੇਖਵਾਂ ਸਾਹਿਬ ਨੂੰ ਸ਼ਾਮਿਲ ਕੀਤਾ ਫਿਰ ਉਹਨਾਂ ਦੇ ਅਫਸੋਸ ਦੇ ਉੱਤੇ ਆਏ ਇਹਦੇ ਤੋਂ ਬਿਨਾਂ
ਕੱਲ੍ਹ ਨੂੰ ਤਿਰੰਗਾ ਯਾਤਰਾ ਅੰਮ੍ਰਿਤਸਰ ਦੇ ਵਿੱਚ ਕੱਢਣੀ ਹੈ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਲਾ ਲਓ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਤਿਰੰਗਾ ਯਾਤਰਾ ਦੇ ਨਾਲ ਉਹਨਾਂ ਨੂੰ ਲੱਗਦਾ ਸਾਡੇ ਨਾਲ ਜੁੜਨਗੇ ਕਿਉਂਕਿ ਇਸੇ ਕਰਕੇ ਉਹ ਸੀਟ ਅਕਾਲੀ ਭਾਜਪਾ ਗੱਠਜੋੜ ਦੇ ਪੱਖ ਤੋਂ ਹਮੇਸ਼ਾ ਭਾਜਪਾ 'ਚ ਰਹਿੰਦੀ ਸੀ ਹੁਣ ਆਹ ਦੋ ਦਿਨਾਂ ਦੇ ਦੌਰੇ ਦੇ ਵਿੱਚ ਉਹ ਮਾਝੇ 'ਚ ਜਿਹੜਾ ਆਇਰਨ ਉਰਨ ਘੱਟ ਹੈ ਆਮ ਆਦਮੀ ਪਾਰਟੀ ਦਾ ਕੀ ਉਹ ਪੂਰਾ ਕਰਨ 'ਚ ਕਾਮਯਾਬ ਹੋਣਗੇ ਜੇ ਟੈਸਟ ਦੁਬਾਰਾ ਕਰਾਉਣਾ ਪਊਗਾ ਤਾਂ ਬਾਅਦ 'ਚ ਪਤਾ ਲੱਗੂ ਜੀ ਬਿਲਕੁਲ ਬਾਕੀ ਇੰਨਾ ਜ਼ਰੂਰ ਆ ਵੀ ਮੈਨੂੰ ਲੱਗਦਾ ਵੀ ਜਦੋਂ ਹੁਣ ਉਹ ਆਏ ਆਏ ਵੀ ਅੰਮ੍ਰਿਤਸਰ ਅਤੇ ਪ੍ਰਧਾਨ ਜੀ ਵੀ ਉੱਥੇ ਹੋਣੇ ਕਾਂਗਰਸ ਪਾਰਟੀ ਵਾਲੇ ਜਿਹਨਾਂ ਪਿਛਲੇ ਦਿਨ ਸਵਾਲ ਸਵੂਲ ਪੁੱਛੇ ਸੀ ਕਿਉਂਕਿ ਰੌਲਾ ਉਹਨਾਂ ਦਾ ਅਜੇ ਤੱਕ ਉਹ ਨਿਬੜਿਆ ਨਹੀਂ ਜੇ ਨਿਬੜ ਗਿਆ ਹੋਵੇ ਤਾਂ ਆਪਾਂ ਨੂੰ ਕੋਈ ਦੱਸ ਦੇਵੇ ਵੀ ਭਾਈ ਸਾਹਿਬ ਉਹਨਾਂ ਨੇ ਕਿਹਾ ਸੀ ਵੀ ਚੈਲੇਂਜ ਆ ਜਾਓ ਆਹਮੋ ਸਾਹਮਣੇ ਬਹਿ ਕੇ ਗੱਲ ਕਰਦੇ ਹੋ ਕਿਤੇ ਚੰਗਾ ਫਿਰ ਭਗਵੰਤ ਕਰੇਂਗੇ ਭਗਵੰਤ ਕਿਉਂ ਕਰੇਂਗੇ ਮੈਂ ਤਾਂ ਤੇਰੇ ਨਾਲ ਕਰਨੀ ਗੱਲ ਹੁਣ ਉਸ ਗਰਾਰੀ ਦਾ ਕੀ ਨਿਬੜਦਾ ਉਹ ਵੀ ਗੱਲ ਕਲੀਅਰ ਹੋ ਜੂਗੀ ਕਿਉਂਕਿ ਇਲਜ਼ਾਮ ਜਿਹੜੇ ਕਾਂਗਰਸ ਪਾਰਟੀ ਵੱਲੋਂ ਲਾਏ ਜਾ ਰਹੇ ਉਹਦਾ ਜਵਾਬ ਵੀ ਉਹਨਾਂ ਨੇ ਦੇ ਦੇਣਾ ਅਤੇ ਪਿਛਲੇ ਦਿਨਾਂ ਤੋਂ ਮੇਰੇ ਖਿਆਲ ਨਾਲ ਆਪਣੇ ਸਿਹਤ ਮੰਤਰੀ ਤੋਂ ਲੈ ਕੇ ਸਿੱਖਿਆ ਮੰਤਰੀ ਅਤੇ ਆਪ ਖੁਦ ਮੁੱਖ ਮੰਤਰੀ ਤੱਕ ਆਣ ਕੇ ਜਿੰਨੇ ਕੁ ਪੋਤੜੇ ਉਹਨਾਂ ਨੇ ਪੰਜਾਬ 'ਚ ਫਰੋਲ ਲਏ ਅਗਲੇ ਨਵੇਂ ਇਲਜ਼ਾਮ ਵੀ ਲਾ ਸਕਦੇ ਹੋ ਸਕਦਾ ਅਰਵਿੰਦ ਕੇਜਰੀਵਾਲ ਪਹਿਲਾਂ ਸਿਸੋਦੀਆ ਸਾਹਿਬ ਨੂੰ ਭੇਜਿਆ ਸੀ ਸਤਿੰਦਰ ਜੈਨ ਹੋਰਾਂ ਨੂੰ ਭੇਜਿਆ ਸੀ ਫਿਰ ਡਿਸਪੈਂਸਰੀ ਐਤਕੀ ਕੇਜਰੀਵਾਲ ਸਾਹਿਬ ਖੁਦ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਚਲੇ ਜਾਣ ਕੇ ਭਾਈ ਕੰਮ ਕਰਨਾ ਮੂਹਰੇ ਹੜਤਾਲ ਹੀ ਹੋਣੀ ਆ ਅਤੇ ਸਾਡੇ ਉਹਨਾਂ ਨੇ ਕਹਿਣਾ ਕਿ ਰਾਤ ਨੂੰ ਆ ਕੇ ਵੀ ਲੈ ਜਾਂਦੇ ਤੁਹਾਡੇ ਹੜਤਾਲ ਚੱਲੀ ਜਾਂਦੀ ਆ ਇਹਦਾ ਖਲਾਰਾ ਤਾਂ ਪੈ ਸਕਦਾ ਅੱਛਾ ਹੁਣ ਆਪਾਂ ਕਿਸਾਨਾਂ ਦੀ ਗੱਲ ਕਰਨੀ ਜ਼ਰੂਰੀ ਹੈ ਦੇਖੋ ਕਿਸਾਨਾਂ ਵਾਲੀ ਮੀਟਿੰਗ ਦੇ ਵਿੱਚੋਂ ਜਿਹੜੀ ਚੀਜ਼ ਕਰਜ਼ੇ ਵਾਲੀ ਸੀ ਕਿਉਂਕਿ ਮੇਨ ਗੱਲ ਤਾਂ ਇਹੀ ਸੀ ਆਪਦੀ ਵੀ ਕਰਜ਼ੇ ਦਾ ਕੀ ਬਣਨਾ ਹੁਣ ਜਿਹੜੀ ਇੱਕ ਏਡੀ ਵੱਡੀ ਕਿਸ਼ਤ 2000 ਕਰੋੜ ਦਾ ਕਹਿੰਦੇ ਕਰਜ਼ਾ ਉਹ ਅਸੀਂ ਬਹੁਤ ਛੇਤੀ ਰਿਲੀਜ਼ ਕਰ ਦੇਣਾ ਅਤੇ 2.5 ਏਕੜ ਤੱਕ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਂ ਉਹਦੇ 'ਚ ਆ ਜਾਣੇ ਆ ਅਤੇ ਜਿਹੜਾ ਅਸੀਂ ਵਾਅਦਾ ਕੀਤਾ ਸੀ ਉਹ ਹੈ ਤਾਂ 90,000 ਕਰੋੜ ਦਾ ਸੀਗਾ ਪਰ 5,5500 ਕਰੋੜ ਪਹਿਲਾਂ ਨਿਬੜਿਆ ਸੀ 2,000 ਕਰੋੜ ਹੋਣਗੇ 7,500 ਕਰੋੜ ਅਸੀਂ ਮਾਫ਼ ਕਰਤਾ ਇਹ ਵਿੱਚੋਂ 90,000 ਕਰੋੜ 'ਚੋਂ ਦਿਓ ਸ਼ਾਬਾਸ਼ੀ 90% ਵਾਅਦੇ ਇੱਦਾਂ ਹੀ ਪੂਰੇ ਹੁੰਦੇ ਆ ਨਹੀਂ ਪਰ ਇਹ ਕਿਹੜੇ ਹਿਸਾਬ ਨਾਲ 90% ਬਣਦੇ ਇਹ ਉਹਨਾਂ ਨੇ ਕਰ ਦੇਣੇ ਉਹਨਾਂ ਨੇ ਕਹਿਣਾ ਆਹ ਕਿੰਨੇ 1 ਆ 2 ਤਾਂ ਪਹਿਲਾਂ 3 ਆਹ 1 ਆ 2 ਤਾਂ ਪਹਿਲਾਂ 3 ਨਹੀਂ ਜੇ ਪਹਿਲਾਂ 3 ਆ ਤਾਂ ਫਿਰ 90 ਦੇ ਅੱਗੇ 7 ਆ ਅਤੇ 5 ਆ ਇਹਦੇ ਵਿੱਚ 97.5 ਢਾਈ ਰਹਿ ਗਏ ਇੰਨੇ ਤਾਂ ਉਹੀ ਮਾਫ਼ ਹੁੰਦੇ ਇੰਨੇ ਕਿਤੇ ਕੋਈ ਗੱਲ ਨਹੀਂ ਇੰਨੇ ਉਹਨਾਂ ਨੇ ਪੰਜਾਬ ਦੇ ਲੋਕਾਂ ਤੋਂ ਮਾਣਨਾ ਹੀ ਛੜਾ ਲੈਣੇ ਆ ਸੰਧਾਲੀਆ ਸਾਹਿਬ ਹੁਣ ਤੁਸੀਂ ਦੇਖੋ ਮੀਟਿੰਗਾਂ ਹੋਈਆਂ 2 ਕਿਉਂਕਿ ਉਗਰਾਹਾਂ ਹੋਰਾਂ ਦੀ ਜਥੇਬੰਦੀ ਹੁੰਦੀ ਬਾਕੀਆਂ ਨਾਲ ਸਹਿਮਤ ਆ ਪਰ ਉਹਨਾਂ ਦੇ ਕੰਮ ਢੰਗ ਅੱਡ ਨੇ ਪਹਿਲਾਂ ਜੋਗਿੰਦਰ ਸਿੰਘ ਉਗਰਾਹਾਂ ਸੁਖਦੇਵ ਸਿੰਘ ਕੋਕਰੀ ਝੰਡਾ ਸਿੰਘ ਜੇਠੂ ਕੇ ਅਤੇ ਉਹਨਾਂ ਦੀ ਧਿਰ ਦੇ ਬਹੁਤ ਸਾਰੇ ਲੀਡਰ ਆਏ ਮੁੱਖ ਮੰਤਰੀ ਸਾਹਿਬ ਨਾਲ ਸਵੇਰੇ 9:30 ਬੈਠੇ ਉਹਦੇ ਤੋਂ ਬਾਅਦ 32 ਕਿਸਾਨ ਜਥੇਬੰਦੀਆਂ ਫਿਰ ਮੈਂ ਕਹਿੰਦਾ ਇਕੱਠੀਆਂ ਹੋ ਗਈਆਂ ਜਾਣੀ ਕਈਆਂ ਨੂੰ ਲੱਗਦਾ ਨਾ ਅੱਡ ਹੋ ਜਾਣਾ ਇੱਧਰ ਹੋ ਜਾਣੇ ਉੱਧਰ ਹੋ ਜਾਣੇ ਉਹ 32 ਕਿਸਾਨਾਂ ਦੀਆਂ ਜਥੇਬੰਦੀਆਂ ਆਈਆਂ ਅਤੇ ਜਿਹੜਾ ਉਗਰਾਹਾਂ ਜਥੇਬੰਦੀ ਨੇ ਆਣ ਕੇ ਦੱਸਿਆ ਉਹ ਕਹਿੰਦੇ ਜੀ ਅਸੀਂ 2 ਫੈਸਲੇ ਵੱਖਰੇ ਕਰਾਏ ਆ ਕਿਹੜੇ ਉਹ ਕਹਿੰਦੇ ਪਿਛਲੇ ਦਿਨੀ ਮਾਨਸਾ ਦੇ ਵਿੱਚ ਜਿਹੜੇ ਸਾਡੇ ਕੱਚੇ ਅਧਿਆਪਕ ਸੀ ਜਾਂ ਬੇਰੁਜ਼ਗਾਰ ਮੁੰਡੇ ਕੁੜੀਆਂ ਸੀ ਉਹਨਾਂ ਨੂੰ ਕੁੱਟਿਆ ਬੜਾ ਸੀ ਐਂ ਬੱਸ ਦੇ ਅੰਦਰ ਵੀ ਡੰਡੇ ਮਾਰੇ ਸੀ ਉਹ ਕਹਿੰਦੇ 48 ਘੰਟਿਆਂ ਦੇ ਵਿੱਚ ਅਸੀਂ ਉਹਨਾਂ ਨੂੰ ਕਹਿਤਾ ਕਿ ਸਸਪੈਂਡ ਕਰ ਦਿਓ ਅਤੇ ਮੁੱਖ ਮੰਤਰੀ ਸਾਹਿਬ ਨੇ ਮੰਨ ਲਿਆ ਕਿ ਸਸਪੈਂਡ ਕਰ ਦਿੰਦੇ ਹਾਂ ਦੂਸਰਾ ਉਹ ਕਹਿੰਦੇ ਜੀ DGP ਨੂੰ ਸਾਰੀਆਂ ਜਥੇਬੰਦੀਆਂ ਉਹ ਕਹਿੰਦੇ DGP ਸਾਹਿਬ ਦੇ ਨਾਲ ਗੱਲ ਕਰਕੇ ਉਸੇ ਵੇਲੇ ਹੁਕਮ ਦਿੱਤੇ ਕੋਈ 2 ਦਰਜਨ ਕੇਸ ਕਿਸਾਨੀ ਅੰਦੋਲਨ ਦੇ ਪੰਜਾਬ 'ਚ ਅਜੇ ਵੀ ਰਹਿੰਦੇ ਸੀ ਰੱਦ ਕਰਨ ਵਾਲੇ ਕਿ ਭਾਈ ਉਹ ਕਰਾਓ ਕਹਿੰਦੇ ਹੁਣੇ ਹੋ ਜਾਣੇ ਫਿਰ ਗੰਨੇ ਦੇ ਪੈਸਿਆਂ ਦਾ ਸੀ ਕਿ 360 ਰੁਪਈਏ ਜੇ ਭਾਅ ਆ ਕਿ 2 ਹਿੱਸਿਆਂ ਦੇ ਵਿੱਚ ਵੰਡ ਕੇ ਨਹੀਂ ਦੇਣਾ ਉਹ ਕਹਿੰਦੇ ਅਸੀਂ ਇੱਕੋ ਪਰਚੀ 'ਤੇ ਲੈਣਾ ਉਹਦੇ ਬਾਬਤ ਵੀ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਸਹਿਮਤੀ ਪ੍ਰਗਟ ਕਰਤੀ ਕਿ ਇੱਦਾਂ ਹੀ ਕਰ ਦਿੰਦੇ ਆ ਬਾਕੀ ਇੱਕ ਪਤਨੀ ਲੈਂਡ ਮੋਰਗੇਜ ਬੈਂਕ ਆ ਕਿਹੜੀ ਹੈ ਉਹ ਬੈਂਕ ਦਾ ਕਰਜ਼ਾ ਕੰਸਿਡਰ ਨਹੀਂ ਸੀ ਕੀਤਾ ਮਾਫ਼ ਕਰਨ ਵਾਲਿਆਂ 'ਚ ਕਹਿੰਦੇ ਅਸੀਂ ਅੱਜ ਉਹ ਵੀ ਕੰਸਿਡਰ ਕਰਾ ਲਿਆ ਕਿ ਉਹਨਾਂ ਦੇ ਵੀ ਕਰਜ਼ੇ ਮਾਫ਼ ਕਰਾਂਗੇ ਹੁਣ 2-2 ਲੱਖ ਤੱਕ ਦਾ ਕਰਜ਼ਾ ਮਾਫ਼ ਕਰਨ ਦੇ ਲਈ ਜਿਹੜਾ 2,000 ਕਰੋੜ ਦਿੱਤਾ ਹੈ ਉਹਦੇ ਲਈ ਕਦੋਂ ਇੰਪਲੀਮੈਂਟ ਹੋਣੀ ਹੈ ਕਦੋਂ ਲਿਸਟਾਂ ਲੱਗਣੀਆਂ ਕਿਉਂਕਿ ਤੁਹਾਨੂੰ ਯਾਦ ਹੋਣਾ ਪਹਿਲਾਂ ਪਿਛਲੇ ਲਿਸਟਾਂ ਬਣੀਆਂ ਸੀ ਕੋਆਪਰੇਟਿਵ ਸੁਸਾਇਟੀਆਂ ਦੇ ਮੂਹਰੇ ਲੱਗੀਆਂ ਸੀ ਲੋਕ ਉੱਥੇ ਜਾਂਦੇ ਸੀ ਅਤੇ ਜਾ ਕੇ ਕਈ ਕਹਿੰਦੇ ਯਾਰ ਕਰਜ਼ਾ ਤਾਂ ਲਿਆ ਹੀ ਨਹੀਂ ਹੈਗਾ ਸੀ ਨਾ ਕਈ ਵਾਰੀ ਕਿਉਂਕਿ ਉਹ ਕਹਿੰਦੇ ਮਾਫ਼ ਕਰਤਾ ਹੀ ਮੇਰੇ ਵਰਗਾ ਬੰਦਾ ਸੀ ਕਹਿੰਦੇ ਜ਼ਮੀਨ ਤਾਂ 8 ਮਰ ਲਿਆ ਸਰਦਾਰ ਸਾਹਿਬ ਕਰਜ਼ਾ 2.5 ਲੱਖ ਪਾਇਆ ਉਹ ਕਹਿੰਦੇ ਸੰਧਾਲੀਆ ਸਰਦਾਰ ਨੂੰ ਪੁੱਛ ਉਹਨੇ ਪਵਾਈ ਮੇਰਾ ਨਾਂ ਗੱਲ ਹੀ ਪਾਉਂਦੇ ਉਹਦੇ 'ਚ ਆ ਇਹ ਗੱਲ ਚਰਚਾ 'ਚ ਸੀਗੀ ਐਂਡ ਇਹ ਹੁੰਦੀ ਆ ਪਤਾ ਨਹੀਂ ਕਿਉਂ ਹੁੰਦੀ ਆ ਕੋਈ ਸਕੀਮ ਆ ਜਾਵੇ ਉਹਦੀ ਚੋਰ ਮੋਰੀ ਅਗਲੇ ਪਹਿਲਾਂ ਲੱਭ ਲੈਂਦੇ ਮਤਲਬ ਅਸਲ ਉਹਦਾ ਉਹ ਜਿਹੜੀ ਦਵਾਈ ਦਾ ਅਸਰ ਹੋਵੇ ਨਾ ਹੋਵੇ ਰਿਐਕਸ਼ਨ ਪਹਿਲਾਂ ਹੋ ਜਾਂਦਾ ਮਤਲਬ ਇਹ ਜਿਹੜਾ ਰਿਐਕਸ਼ਨ ਆ ਹੁਣ ਨਾ ਹੋਵੇ ਤਾਂ ਵਧੀਆ ਗੱਲ ਆ ਅਤੇ ਜੇ ਮੈਂ ਗਲਤ ਨਹੀਂ ਤਾਂ ਹੁਣ 30 ਦੀ ਮੀਟਿੰਗ ਅਗਲੀ ਫੇਰ ਰੱਖ ਲਈਏ ਜੀ ਅਤੇ ਮੈਂ ਵੈਸੇ ਦੂਸ ਸੋਚਦਾ ਵੀ ਯਾਰ ਵੀ 26-27 ਨੂੰ ਇੱਕ ਅੱਧੀ ਕਰਨ ਦੇ ਵਿੱਚ 23 ਤੋਂ ਸਿੱਧਾ 30 'ਤੇ ਚੱਲ ਗਿਆ ਤੁਸੀਂ ਦੇਖੋ ਨਾ 7 ਦਿਨ ਪੈ ਗਏ ਨੇ ਜੇ ਤਾਂ ਕਈ ਕੁਛ ਹੋ ਜਾਂਦਾ 23 ਤੋਂ ਲੈ ਕੇ 30 ਤੱਕ ਕਿਸਾਨਾਂ ਨਾਲ ਮੀਟਿੰਗ ਹੋਵੇ ਨਾ ਹੋਵੇ ਮੈਨੂੰ ਲੱਗਦਾ ਜੇ 30 ਤੱਕ ਕੋਡ ਆਫ ਕੰਡਕਟ ਨਾ ਲੱਗਾ 4 ਕੈਬਨਿਟ ਦੀਆਂ ਮੀਟਿੰਗਾਂ ਜ਼ਰੂਰ ਹੋ ਜਾਣੀਆਂ ਆਹ ਕੈਬਨਿਟ ਮੀਟਿੰਗ ਤਾਂ ਬਹੁਤ ਚੱਲ ਰਹੀਆਂ ਥਾ ਨਹੀਂ ਉਹ ਤਾਂ ਕਹਿੰਦੇ ਜੀ ਕੱਪੜੇ ਹੁਣ ਪਾ ਕੇ ਰੱਖਦੇ ਬੂਟ ਜਰਾਬਾਂ ਪਾ ਰਹੇ ਜਦੋਂ ਟੈਲੀਫੋਨ ਆ ਗਿਆ ਉਸੇ ਵੇਲੇ ਮੁੱਖ ਮੰਤਰੀ ਸਾਹਿਬ ਦੇ ਕੋਲੇ ਚਲੇ ਜਾਣਾ ਅਤੇ ਜਾ ਕੇ ਫਿਰ ਜਿਹੜੀ ਉਹ ਗੱਲਬਾਤ ਕਰ ਲੈਣੀ ਆ ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਆ ਵੈਸੇ ਹੀ ਸੀ ਗੱਲ ਹੀ ਆ
ਨਹੀਂ ਨਹੀਂ ਮਨ 'ਚ ਨਹੀਂ ਰੱਖਣੀ, ਕਰ ਦੇਣੀ ਚਾਹੀਦੀ। ਮੰਨ ਲਓ ਜੇ ਕੋਵਿਡ ਦੇ ਕਰਕੇ ਰੈਲੀਆਂ ਅਤੇ ਰੋਡ ਸ਼ੋਅ ਬੰਦ ਹੋ ਜਾਣ, ਸਾਡੇ ਵਾਲੇ ਲੀਡਰਾਂ ਨੂੰ ਤਾਂ ਫਿਰ ਮੈਨੂੰ ਲੱਗਦਾ ਵੀ ਬਹੁਤ ਔਖਾ ਹੋ ਜੂਗਾ ਨਾ। ਪੂਰਾ ਪੂਰਾ ਔਖਾ ਹੋ ਜਾਊਗਾ। ਹੁਣ ਤੁਸੀਂ ਇਹੋ ਜਿਹੀਆਂ ਭੈੜੀਆਂ ਚੰਗੀਆਂ ਗੱਲਾਂ ਜੇ ਕਰਨੀਆਂ ਹੀ ਆ, ਨਹੀਂ ਕਹਿੰਦਾ ਮਤਲਬ ਜੇ ਹੁਣ ਨਹੀਂ ਬੰਦੇ ਨੇ ਟਾਲਣਾ ਵੀ ਵਾਰ ਵਾਰ ਇਹ ਕਰੋਨਾ ਪਾ ਕੇ ਅਤੇ ਇਲੈਕਸ਼ਨਾਂ ਗਾਂਹ ਤੁਸੀਂ ਪਾਉਣ ਨੂੰ ਫਿਰਦੇ, ਨਾ ਵੀ ਐਲ ਐਮ ਏ ਸਾਹਿਬ ਆਪਾਂ ਦੇ ਫਿਰ ਕਹਿੰਦੇ ਜੀ ਉਹ ਡਾਕਟਰ ਨੇ ਕਿਹਾ ਵੀ ਉਹ ਥੋੜ੍ਹਾ ਜਿਹਾ। ਜੇ ਮੰਨ ਲਓ ਕਿ ਲੀਡਰ ਨੂੰ ਕਹਿਣ ਕਿ ਤੁਸੀਂ ਦੋ ਬੰਦਿਆਂ ਨੇ ਜਾ ਕੇ ਪ੍ਰਚਾਰ ਕਰਨਾ, ਜਾਂ ਇੱਕ ਨੇ ਜਾ ਕੇ ਪ੍ਰਚਾਰ ਕਰਨਾ, ਜਾਂ ਡੋਰ ਟੂ ਡੋਰ ਵੀ ਜਾਣਾ ਕਿ ਪਹਿਲਾਂ ਤੁਸੀਂ ਸੈਨੇਟਾਈਜ਼ ਹੋਣਾ, ਸਵੇਰੇ ਸ਼ਾਮ ਤੁਸੀਂ ਨੱਕ ਦੇ ਵਿੱਚ ਉਹ ਡੰਡਾ ਜਿਹਾ ਮਰਵਾ ਕੇ ਟੈਸਟ ਕਰਾਉਣਾ ਕੋਵਿਡ ਦਾ ਕਿ ਕਰਾ ਤਾਂ ਨਹੀਂ ਆਏ ਜਾਂ ਕਿਸੇ ਨੂੰ ਕਰਤਾ ਨਹੀਂ ਆਏ। ਉਹਦੇ ਤੋਂ ਬਾਅਦ ਅਗਲੇ ਆਪੇ ਜਾ ਕੇ ਕਹਿਣ ਜੀ ਮੈਂ ਫਲਾਨਾ, ਮੈਂ ਫਲਾਣੀ ਪਾਰਟੀ ਦਾ, ਅੱਜ ਕੱਲ੍ਹ ਤਾਂ ਦੱਸਾਂ ਮੈਂ ਉਹਦਾ ਜੀ ਹੋਰ ਪਾਰਟੀ 'ਚ ਹੁੰਦਾ ਜੀ, ਹੁਣ ਹੋਰ ਪਾਰਟੀ 'ਚ ਹਾਂ ਅਤੇ ਤੁਸੀਂ ਮੈਨੂੰ ਵੋਟਾਂ ਪਾਉਣੀ। ਅੱਗੇ ਤਾਂ 10-12 ਬੰਦੇ ਨਾਲ ਹੁੰਦੇ ਆ, ਇਹ ਜੀ ਕਰਜ਼ਾ ਮਾਫ਼ ਕਰਨਗੇ, ਇਹ ਜੀ ਘਰ ਵੀ ਦੇਣਗੇ ਜੀ, ਲਾਲ ਲਕੀਰ ਦੇ ਅੰਦਰ ਬਾਹਰ ਕਰਨਗੇ ਤੁਹਾਨੂੰ ਪਤਾ ਨਹੀਂ ਕਿੱਦਾਂ, ਫਿਰ ਤੁਹਾਨੂੰ ਸਾਰਾ ਕੁਛ ਆਪੇ ਦੱਸਣਾ ਪਊ, ਤਾਂ ਬਹੁਤੀ ਵਾਰੀ ਚੇਤਾ ਵੀ ਨਹੀਂ ਹੁੰਦਾ ਉਹਨਾਂ ਨੂੰ। ਨਹੀਂ ਪਰ ਮੈਨੂੰ ਆਸ ਘੱਟ ਹੈ ਇੱਥੋਂ ਤੱਕ ਦੇ ਨਾਲ ਇੱਕ ਗੱਲ, ਮੈਨੂੰ ਇਹ ਸਾਰੀਆਂ ਚੀਜ਼ਾਂ ਪਰ ਮੈਂ ਇਲੈਕਸ਼ਨ ਕਮਿਸ਼ਨ ਨੂੰ ਅਦਾਲਤਾਂ ਨੂੰ ਬੇਨਤੀ ਕਰਦਾ ਕੈਮਰੇ ਵਾਲਾ ਬੰਦਾ ਨਾਲ ਜਾ ਲੈਣ ਦਿਓ, ਕਿਉਂਕਿ ਔਖਾ ਹੋ ਜੂਗਾ ਜੇ ਲਾਈਵ ਨਾ ਹੋਵੇ। ਉਹ ਜ਼ਰੂਰੀ ਆ, ਉਹ ਵੀ ਜ਼ਰੂਰੀ ਆ, ਉਦੋਂ ਜਦੋਂ ਮਾਈਕ 'ਤੇ ਆਉਣ ਉਦੋਂ ਮਾਸਕ ਲਾਉਣ ਦੀ ਵੀ ਥੋੜ੍ਹੀ ਜਿਹੀ ਦਿੱਤੀ ਜਾਵੇ ਪਰਮਿਸ਼ਨ, ਹੈ ਨਾ। ਉਹ ਯਾਰ ਫੋਟੋ ਹੀ ਨਹੀਂ ਆਈ ਵੀਰ ਜੀ ਇੱਦਾਂ ਕਰਦੇ, ਨਹੀਂ ਮੈਨੂੰ ਆਸ ਘੱਟ ਲੱਗਦੀ ਵੀ ਇੱਦਾਂ ਦਾ ਕੁਛ ਹੋਊਗਾ, ਕਿਉਂਕਿ ਪੱਛਮੀ ਬੰਗਾਲ ਦੀਆਂ ਇਲੈਕਸ਼ਨਾਂ ਵੇਲੇ ਕਿੰਨਾ ਕਰੋਨਾ ਸੀਗਾ, ਪੀਕ 'ਤੇ ਆਕਸੀਜਨ ਦੀ ਘਾਟ, ਕਈ ਕੁਛ ਚੱਲੀ ਜਾਂਦਾ ਸੀ ਜੀ, ਉਦੋਂ ਬ੍ਰੇਕ ਨਹੀਂ ਲਾਈ ਅਗਲਿਆਂ ਨੇ, ਅਤੇ ਅਜੇ ਤਾਂ ਜੇ ਸ਼ੁਰੂਆਤਾਂ ਹੀ ਨੇ, ਅਜੇ ਤਾਂ ਸ਼ੁਰੂਆਤਾਂ ਨੇ ਭਾਈ ਸਾਹਿਬ, ਰੈਲੀਆਂ ਵਾਲੇ ਕੰਮ ਦੀਆਂ ਬਹੁਤੀਆਂ ਲੰਮੀਆਂ ਵਾਟਾਂ ਨੇ। ਨਹੀਂ ਵਾਟਾਂ ਲੰਮੀਆਂ ਨਹੀਂ ਹੈਗੀਆਂ, ਉਹਨਾਂ ਨੂੰ ਪੁੱਛ ਕੇ ਵੇਖੋ ਜਿਹਨਾਂ ਦਾ ਖਰਚਾ ਹੁੰਦਾ, ਉਹ ਕਹਿੰਦੇ ਸਵੇਰੇ ਹੋ ਜੇ ਕੰਮ। ਇੱਕ ਆਪਾਂ ਰਾਵਤ ਸਾਹਿਬ ਵਾਲੇ ਕੇਸ ਦੇ ਵਿੱਚ ਮਨੀਸ਼ ਤਿਵਾੜੀ ਸਾਹਿਬ ਦੀ ਗੱਲ ਕਰਨੀ ਮਾੜੀ, ਦੇਖੋ ਜੀ ਉਹ ਤਾਂ ਇਹੋ ਕਹਿੰਦੇ ਵੀ ਮਹਾਰਾਜ ਜੋ ਕੁਛ ਚੱਲ ਰਿਹਾ ਇਹਨੂੰ ਬਚਾ ਲਓ, ਕਿਉਂਕਿ ਤੁਰ ਚੱਲੀ ਰਾਂਝਣਾ ਵੇ। ਤੁਹਾਨੂੰ ਜੇ ਹੋਵੇ ਤਾਂ ਇਹਨਾਂ ਨੂੰ ਇੱਕ ਦੀ ਸਾਈ ਦੇਣਾ, ਹੈ ਨਾ, ਹਾਂ ਇਕੱਠਾ ਹੀ ਕਰ ਲਿਓ। ਗਾਉਣ ਇਹਨਾਂ ਨੂੰ ਗਾਉਣ ਆਉਂਦਾ ਕਦੇ ਕਦੇ, ਗਾਉਣ ਚੜ੍ਹੇ ਹੁੰਦਾ ਇਹਨਾਂ ਨੂੰ, ਸਾਨੂੰ ਲੋਕਾਂ ਨੂੰ ਪਾਉਣ ਆਉਂਦੀ ਹੁੰਦੀ, ਇਹਨੂੰ ਗਾਉਣ ਆਉਂਦਾ ਹੀ ਬੰਦੇ ਸਾਡੇ ਨੂੰ। ਚਲੋ ਸਾਨੂੰ ਦੋਵਾਂ ਵੀਰਾਂ ਨੂੰ ਇਕੱਠਾ ਹੀ ਕਰ ਲਿਓ ਯਾਰ, ਮੈਂ ਮਾੜੀ ਮੋਟੀ ਢੋਲਕੀ ਖੜਕਾ ਲੂੰਗਾ ਜਾਂ ਮੋਹਰੇ ਪੈ ਪੂਏ ਜਿੱਦਾਂ ਫੜ ਲਿਆ ਕਰੂੰ, ਜਿਹੜੇ ਕੋਈ 2-2.5 ਡਾਲੇ ਕੋਈ ਤੁਹਾਡੇ ਦਊਗਾ ਜੀ। ਵੈਸੇ ਮਨੀਸ਼ ਤਿਵਾੜੀ ਹੋ ਰਹੀ ਜਿੱਦਾਂ ਦੇ ਅੱਜ ਕੱਲ੍ਹ ਬਿਆਨ ਦਿੰਦੇ, ਉਹ ਕਹਿੰਦੀ ਜੀ ਪਹਿਲਾਂ ਬੰਗਾਲ ਵਾਲਾ ਕੰਮ ਕਰਾ ਲਿਆ ਜੀ, ਫਿਰ ਤੁਸੀਂ ਯੂਪੀ ਵਾਲਾ ਕੰਮ ਕਰਾ ਲਿਆ ਜੀ, ਪੰਜਾਬ ਵਾਲਾ ਵੀ ਕਰਾ ਲਿਆ, ਜਾਣੀ ਕੈਪਟਨ ਸਾਹਿਬ ਚਲੇ ਗਏ, ਹੁਣ ਉੱਤਰਾਖੰਡ ਵਾਲੇ ਕਰਾਉਣਾ ਲੱਗਦਾ, ਭੋਗ ਪਵਾ ਕੇ ਹੀ ਹਟੋਗੇ। ਹਾਂ ਬਾਕੀ ਤਾਂ ਕੋਈ ਨਹੀਂ, ਤਿਵਾੜੀ ਸਾਹਿਬ ਜਿੱਦਾਂ ਦੇ ਬਿਆਨ ਦਿੰਦੇ ਆ ਨਾ, ਮੈਂ ਨਹੀਂ ਕੁਛ ਆਖਦਾ। ਨਹੀਂ ਨਹੀਂ ਆਪਾਂ ਕਿਉਂ ਕਹਿਣਾ, ਆਪਾਂ ਤਾਂ ਇਹਦੇ ਤੋਂ ਗਾਣਾ ਗਿਆ ਵੀ ਤੁਰ ਚੱਲੀ ਰਾਂਝਣਾ ਵੇ। ਚਲੋ ਚੱਲੀਏ ਫਿਰ ਆਪਾਂ, ਚੱਲੀਏ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ, ਤੁਸੀਂ ਆਪਣਾ ਖਿਆਲ ਰੱਖਣਾ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ ਤੁਹਾਡੇ ਲਈ।